हेलो सलाम नमस्ते सत श्री अकाल मैं हां तुम्हारी होस्ट दोस्त मोनी गिल सत श्री अकाल नमस्कार अस्सलाम वालेकुम मैं हां कुलदीप गिल ते तुसी देख रहे हो जस्ट चिल विद मिस्टर एंड मिसेस गिल हेलो जी आज असी चिल करन लगे हैं इन्ने स्पेशल पर्सन नाल मेनू तो लगता है उन्हां दा ही नाम मिस्टर चिल होना चाहिए है क्योंकि इन्नी एनर्जी और इन्नी रूहदारी और इन्ना इन्ना मतलब वाइब पर्सनैलिटी अस तुहाडे नाल सांझा कर रहे हैं जी उस बंदे नू कहने ना वर्ड्स डिस्क्राइब नहीं कर सकते जिस खानदान तो बिलोंग करते हैं जिस म्यूजिक घराने तो बिलोंग करते हैं लफ्ज छोटे ने उन्हां दी तारीफ ली उस्ताद नज़ाकत अली सलामत अली जी दे घराने चो बिलोंग करना और शाम चौरासी घराने तो बिलोंग करता हुआ ये बंदा उन्हां दी औलाद अगो औलाद दर औलाद सिंगिंग करती आ रही है तो बहुता सस्पेंस ना करते हुए असी अज वेलकम करांगे उस्ताद रफाकत अली जी दा तो लो जी उन्हां नू नाल अपने स्क्रीन ते साझा करते हैं सत श्री अकाल सलाम जी की हाल चाल ने रफाकत जी जी सत श्री अकाल नमस्ते ते अस्सलाम वालेकुम चंगा गुमान कहते किसी चीज इमेजिन करना सोचना चंगा गुमान रखना भी इबादत है असी चंगी सोच रखी है ते अल्लाह ताला हाल और मुस्तकबिल बहुत अच्छा कर देगा क्या बात है ते दूसरा मैं ਤੁਹਾਡੇ ਚ ਜਦੋਂ ਚਲਕ ਦੇਖਦੀ ਆ ਤੁਹਾਡੇ ਵੀਡੀਓਸ ਆਫ ਕੋਰਸ ਤੁਹਾਡੇ ਅਸੀਂ ਫਾਲੋਅਰ ਆ ਤੁਹਾਨੂੰ ਫਾਲੋ ਕਰਦੇ ਆ ਔਰ ਜਦੋਂ ਵੀ ਤੁਸੀਂ ਵਾਸ਼ਿੰਗਟਨ ਡੀਸੀ ਜਾਂਦੇ ਹੋ ਤੇ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਐਟਲੀਸਟ ਪ੍ਰੋਗਰਾਮ ਜਾ ਕੇ ਜ਼ਰੂਰ ਦੇਖਿਆ ਕਰੀਏ ਔਰ ਜਿੰਨਾ ਵੀ ਤੁਹਾਨੂੰ ਦੇਖਿਆ ਉਹਦੇ ਚ ਇਹ ਨਜ਼ਰ ਆਉਂਦਾ ਕਿ ਬੜੀ ਹੈਪੀ ਪਰਸਨੈਲਿਟੀ ਹੈ ਮਤਲਬ ਬੜਾ ਖੁਸ਼ ਕਿਸਮਤ ਖੁਸ਼ ਜਿਹਾ ਰਹਿਣ ਵਾਲਾ ਆਰਟਿਸਟ ਹੈ ਜੀ ਬੜਾ ਜ਼ਰੂਰੀ ਹੈ ਖੁਸ਼ ਰਹਿਣਾ ਉਹ ਬੜਾ ਅੱਛਾ ਕਿਸ਼ੋਰ ਦਾ ਗਾਣਾ ਰੋਤੇ ਹੋਏ ਆਏ ਸਭ ਹੱਸਦਾ ਹੋਇਆ ਤੂੰ ਜਾਏਗਾ ਉਹ ਮੁਕੱਦਰ ਕਾ ਸਿਕੰਦਰ ਜਾਣੇ ਮਨ ਕਹਿਲਾਏਗਾ ਮੇਰਾ ਕਹਿਣ ਦਾ ਮਕਸਦ ਹੈ ਕਿ ਬਾਜ਼ੂ ਕਾ ਪੁੱਛੀ ਤੁਹਾਨੂੰ ਫਿਲਮੀ ਗਾਣਾ ਇਹ ਫਿਲਮੀ ਗਾਣਾ ਹੀ ਹੈ ਨਾ ਫਲਾਣੀ ਸ਼ਾਇਰੀ ਫਲਾਣੀ ਚੀਜ਼ ਫਲਾਣੀ ਚੀਜ਼ ਕਈ ਵਾਰੀ ਇਤਨਾ ਬੜਾ ਉਹਦੇ ਵਿੱਚ ਮੈਸੇਜ ਹੁੰਦਾ ਹੈ ਇਤਨੀ ਬੜੀ ਗੱਲ ਹੁੰਦੀ ਹੈ ਕਿ ਆਦਮੀ ਅਗਰ ਇੱਕ ਗੱਲ ਨੂੰ ਵੀ ਅਪਣਾ ਲਏ ਤੇ ਮਨ ਸਾਰੀ ਜ਼ਿੰਦਗੀ ਸਿੱਧੀ ਹੋ ਜਾਂਦੀ ਹੈ ਤੇ ਦੁਨੀਆ ਦਾ ਸਭ ਤੋਂ ਖੂਬਸੂਰਤ ਕੰਮ ਜਿਹੜਾ ਹੈ ਉਹ ਮੈਂ ਚਾਰਲੀ ਚੈਪਲਿਨ ਦੀ ਗੱਲ ਪੜ੍ਹੀ ਸੀ ਕਿ ਉਹ ਦਿਨ ਤੁਹਾਡਾ ਜ਼ਾਇਆ ਗਿਆ ਜਿਸ ਦਿਨ ਤੁਸੀਂ ਨਹੀਂ ਹੱਸੇ ਮੈਂ ਨਹੀਂ ਸਮਝਦਾ ਇਨਸਾਨ ਸਾਰੀ ਜ਼ਿੰਦਗੀ ਖੁਸ਼ੀ ਦੀ ਤਲਾਸ਼ 'ਚ ਰਹਿੰਦਾ ਸਾਰੀ ਜ਼ਿੰਦਗੀ ਸਰਚ ਕਰਦਾ ਹੈ ਡਿਵੈਲਪਮੈਂਟ ਕਰਦਾ ਹੈ ਆਪਣੇ ਆਪ ਨੂੰ ਅੱਗੇ ਵਧਾਉਂਦਾ ਆਪਣੇ ਮੁਸਤਕਬਿਲ ਨੂੰ ਅੱਛਾ ਕਰਦਾ ਸਿਰਫ ਖੁਸ਼ੀ ਵਾਸਤੇ ਨਾ ਤੇ ਜਦੋਂ ਖੁਸ਼ੀ ਸਾਨੂੰ ਛੋਟੀਆਂ ਛੋਟੀਆਂ ਖੁਸ਼ੀਆਂ ਇਗਨੋਰ ਕਰ ਦਿੰਦੇ ਅਸੀਂ ਹੁਣ ਮੇਰੀ ਮੁਲਾਕਾਤ ਹੁੰਦੀ ਮੇਰੇ ਇੱਕ ਦੋਸਤ ਦੇ ਨਾਲ ਮੇਰੇ ਕਿਸੇ ਪੁਰਾਣੇ ਦੋਸਤ ਨਾਲ ਮੇਰੇ ਘਰ ਬਾਰ ਦੇ ਵਿੱਚ ਮੈਂ ਆਪਣਾ ਮੂਡ ਵੀ ਅੱਛਾ ਰੱਖਣਾ ਕੋਸ਼ਿਸ਼ ਕਰਨਾ ਮੇਰੇ ਬੱਚੇ ਵੀ ਮੈਂ ਕਹਿੰਦੇ ਐਡਾ ਜ਼ਾਲਮ ਬਾਪ ਹੈਗਾ ਕਿ ਮੈਂ ਹਰ ਵਕਤ ਚਾਹੁੰਦਾ ਰਹਿੰਦਾ ਮਾਰਦਾ ਰਹਿੰਦਾ ਮੈਂ ਕਦੀ ਪੜ੍ਹਾਉਂਦਾ ਵੀ ਹਾਂ ਤਾਂ ਉਹਨਾਂ ਨੂੰ ਵਿੱਚ ਥੋੜ੍ਹਾ ਕਹਿੰਦਾ ਉਹ ਐਕਟਿੰਗ ਨਾ ਪੜਿਆ ਕਰੋ ਸਟੋਰੀ ਤੇ ਐਕਟਿੰਗ ਨਾ ਪੜੀ ਦੀ ਹੁੰਦੀ ਯਾਨੀ ਉਹਨਾਂ ਦਾ ਮੂਡ ਲੱਗੇ ਉਹਨਾਂ ਦਿਲ ਲੱਗੇ ਤੇ ਜਦੋਂ ਤੁਸੀਂ ਬਿਲਕੁਲ ਆਪਣੇ ਆਪ ਨੂੰ ਡਿਸਟਰੋਇਡ ਕਰ ਲੈਂਦੇ ਹੋ ਮੈਂਟਲ ਵਾਈਜ਼ ਔਰ ਆਪਣੀ ਆਪਣੀ ਦੁਨੀਆ 'ਚ ਰਹਿਣਾ ਸ਼ੁਰੂ ਕਰ ਦਿੰਦੇ ਹੋ ਫਿਰ ਤੁਸੀਂ ਕਿਸੇ ਨੂੰ ਹੈਪੀਨੈਸ ਨਹੀਂ ਦੇ ਸਕਦੇ ਚਾਰਲੀ ਚੈਪਲਿਨ ਨੇ ਕਿਹਾ ਸੀ ਕਿ ਉਹ ਦਿਨ ਜ਼ਾਇਆ ਗਿਆ ਜਿਸ ਦਿਨ ਤੁਸੀਂ ਨਹੀਂ ਹੱਸੇ ਤੇ ਕੋਸ਼ਿਸ਼ ਕਰਨੀ ਚਾਹੀਦੀ ਕਿ ਆਦਮੀ ਦੇਖੇ ਨਾ ਅਸੀਂ ਹੁਣ ਬਹਿ ਕੇ ਗੱਲਾਂ ਕਰ ਰਹੇ ਆਪਣੇ ਜਿੰਨੇ ਦੇਖਣ ਵਾਲੇ ਨੇ ਸੁਣਨ ਵਾਲੇ ਨੇ ਉਹਨਾਂ ਨੂੰ ਇਹ ਤੇ ਪਤਾ ਲੱਗੇ ਨਾ ਕਿ ਅਸੀਂ ਬੋਲ ਰਹੇ ਹਾਂ ਤੇ ਉਹਨਾਂ ਨੂੰ ਖੁਸ਼ੀ ਹੋ ਰਹੀ ਅਸੀਂ ਗਾ ਰਹੇ ਹਾਂ ਤੇ ਉਹਨਾਂ ਨੂੰ ਖੁਸ਼ੀ ਹੋ ਰਹੀ ਵੈਸੇ ਮੈਂ ਦੇਖਿਆ ਫੇਸਬੁੱਕ 'ਚ ਕੋਈ ਇੰਨਾ ਖੁਸ਼ ਨਹੀਂ ਹੁੰਦਾ ਸਾਰੇ ਦੁਖੀ ਆਉਂਦੇ ਨੇ ਤੇ ਭੈੜੀਆਂ ਗੱਲਾਂ ਕਰਕੇ ਚਲੇ ਵੀ ਜਾਂਦੇ ਐਕਚੁਅਲੀ ਇਹ ਗੱਲ ਸਹੀ ਹੈ ਤੁਹਾਡੀ ਪਰ ਇਹ ਪਰਸਨ ਟੂ ਪਰਸਨ ਹੈ ਕਿਉਂਕਿ ਮੈਂ ਜਦੋਂ ਤੁਹਾਨੂੰ ਦੇਖਦੀ ਹਾਂ ਤੇ ਤੁਹਾਡੇ ਲੋਕੋਂ ਤੋਂ ਸਿੱਖਦੇ ਹਾਂ ਅਸੀਂ ਤੁਸੀਂ ਸਾਡੇ ਰੋਲ ਮਾਡਲ ਹੋ ਇਹ ਸਾਡੇ ਹੱਥ ਜਿਹੜੇ ਜੁੜੇ ਨੇ ਉਹ ਤੁਹਾਡੇ ਇੱਕ ਪਰਸਨੈਲਿਟੀ ਔਰ ਉੱਤੋਂ ਇੱਕ ਜਿਹੜਾ ਆਰਟ ਹੈ ਤੁਹਾਡੇ ਕੋਲੇ ਕਰਕੇ ਸਾਡੇ ਹੱਥ ਤੁਹਾਡੇ ਅੱਗੇ ਜੁੜਦੇ ਆ ਜਾਂ ਰੱਬ ਅੱਗੇ ਜੁੜਦੇ ਆ ਜਾਂ ਫਨਕ ਇਹ ਵੱਡੇ ਹੋਣ ਦੀ ਨਿਸ਼ਾਨੀ ਹੈ ਇਹ ਬੋਨੀ ਜੀ ਨਾਲ ਸਾਡੇ ਭਾਈ ਵੀ ਬੈਠੇ ਨੇ ਤੁਸੀਂ ਮੇਰੀ ਛੋਟੀ ਭੈਣਾ ਵਾਂਗੂ ਹੋ ਇਹ ਇਹ ਖੁਦ ਬੰਦਾ ਚੰਗਾ ਹੋਵੇ ਨਾ ਕਹਿੰਦੇ ਖੂਹ 'ਚ ਆਵਾਜ਼ ਮਾਰੋ ਨਾ ਓਏ ਤੇ ਅੱਗੋਂ ਓਏ ਆ ਜਾਂਦਾ ਤੇ ਜੇ ਖੂਹ 'ਚ ਕਹੋ ਨਾ ਜੀ ਤੇ ਅੱਗੋਂ ਜੀ ਆ ਜਾਂਦਾ ਤੇ ਇਨਸਾਨ ਖੁਦ ਆਇਨਾ ਹੈਗਾ ਹਰ ਬੰਦੇ ਦਾ ਅਗਰ ਉਹ ਕਿਸੇ ਦੀ ਇੱਜ਼ਤ ਕਰਨਾ ਜਾਣਦਾ ਰਿਸਪੈਕਟ ਕਰਨਾ ਜਾਣਦਾ ਕਈ ਲੋਕਾਂ ਨੂੰ ਇੱਜ਼ਤ ਰਾਸ ਵੀ ਨਹੀਂ ਆਉਂਦੀ ਕਈ ਲੋਕ ਇੱਜ਼ਤ ਦਾ ਗਲਤ ਮਤਲਬ ਵੀ ਲੈ ਲੈਂਦੇ ਨੇ ਜੀ ਉਹਨਾਂ ਨੂੰ ਫਿਰ ਆਦਮੀ ਮਿਲ ਵੀ ਲੈਂਦਾ ਕਿ ਸਮਝਾ ਵੀ ਦਿੰਦਾ ਲੇਕਿਨ ਕੋਸ਼ਿਸ਼ ਇਹ ਕਰਨੀ ਚਾਹੀਦੀ ਕਿ ਜਿੰਨੀ ਤੁਸੀਂ ਰਿਸਪੈਕਟ ਦੇ ਸਕਦੇ ਇੱਕ ਦੂਸਰੇ ਨੂੰ ਕਿਉਂਕਿ ਮੈਂ ਤੁਹਾਨੂੰ ਦੱਸਾਂ ਖੁਦਾ ਦੀ ਕਸਮ ਇਹ ਜ਼ਿੰਦਗੀ ਇਤਨਾ ਜ਼ਬਰਦਸਤ ਔਰ ਛੋਟਾ ਜਿਹਾ ਖਾਬ ਇਹਨੂੰ ਅਸੀਂ ਲੜਾਈ ਫਸਾਦ ਨਾਲ ਭਰਿਆ ਪਿਆ
ਅਸੀਂ ਹਰ ਵਕਤ ਲੜਾਈ ਦੇ ਚੱਕਰ 'ਚ ਰਹਿੰਦੇ। ਇਤਨਾ ਖੁਸ਼ ਹੁੰਦਾ ਬੰਦਾ ਲੜ ਕੇ ਇੱਕ ਦੂਸਰੇ ਦੇ ਨਾਲ, ਇੱਕ ਦੂਸਰੇ ਨੂੰ ਭੈੜਾ ਕਹਿ ਕੇ, ਬੁਰਾ ਕਹਿ ਕੇ। ਉਹਦੇ ਵਿੱਚ ਯਕੀਨ ਕਰੋ 90% ਜ਼ਿੰਦਗੀ ਗੁਜ਼ਰ ਜਾਂਦੀ, 90% ਜ਼ਿੰਦਗੀ ਲੜ ਕੇ ਗੁਜ਼ਰ ਜਾਂਦੀ। ਤੇ 10% ਤੁਹਾਨੂੰ ਜ਼ਿੰਦਗੀ 'ਚ ਜਿਹੜੀ ਪ੍ਰੋਸਪੈਰਿਟੀ ਔਰ ਹੈਪੀਨੈਸ ਮਿਲਦਾ ਨਾ, ਉਹ ਬੜੀ ਮੁਸ਼ਕਿਲ ਦੇ ਨਾਲ ਤੁਹਾਨੂੰ ਨਸੀਬ ਹੁੰਦਾ। ਅਤੇ ਮੈਂ ਸਮਝਦਾ ਕਿ ਇਹ ਤੁਸੀਂ ਜਿਹੜੀ ਬੜੀ ਵੱਡੀ ਗੱਲ ਕਰ ਗਏ ਹੋ, ਇਸ ਕਰਕੇ ਕੀਤੀ ਹੈ ਕਿ ਤੁਸੀਂ ਖੁਦ ਬਹੁਤ ਚੰਗੇ ਔਰ ਬੜੇ ਅੱਛੇ ਖਾਨਦਾਨ। ਥੈਂਕ ਯੂ ਜੀ। ਤੇ ਜਿਵੇਂ ਖਾਨ ਸਾਹਿਬ ਤੁਸੀਂ ਦੱਸ ਰਹੇ ਸੀ ਕਿ ਖੁਸ਼ੀ, ਇਹ ਕੋਵਿਡ ਨੇ ਸਾਨੂੰ ਬੜਾ ਕੁਝ ਸਿਖਾਤਾ। ਇਹ ਪਿਛਲੇ ਜਿਹੜੇ 2-3 ਮਹੀਨੇ ਨਿਕਲੇ ਲੈ ਨਾ, ਇਹ ਦੱਸਦਾ ਕਿ ਇਨਸਾਨੀਅਤ 'ਚ ਪਰਿਵਾਰ ਦੀ ਕੀ ਇੰਪੋਰਟੈਂਸ ਹੈ। ਪੈਸਾ, ਗੱਡੀਆਂ, ਸ਼ੋਹਰਤ ਵਗੈਰਾ ਸ਼ਾਇਦ ਇੰਨੇ ਮਾਇਨੇ ਨਹੀਂ ਰੱਖਦਾ ਜਿੰਨੀ ਪਰਿਵਾਰ ਔਰ ਖਾਸ ਦੋਸਤੀ ਯਾਰੀ ਔਰ ਪਿਆਰ। ਕੀ ਵਿਚਾਰ ਹੈ ਤੁਹਾਡਾ ਇਸ ਬਾਰੇ? ਦੇਖੋ ਜੀ, ਤੁਸੀਂ ਬੜਾ ਹੀ ਸੋਹਣਾ ਸਵਾਲ ਕੀਤਾ ਹੈ। ਅੱਜ ਦੀ ਜ਼ਰੂਰਤ ਹੈ ਸਵਾਲ ਜਿਹੜਾ ਤੁਸੀਂ ਮਨ ਕੀਤਾ ਹੈ, ਔਰ ਹਰ ਬੰਦੇ ਦੇ ਦਿਮਾਗ 'ਚ ਇੱਕ ਚੀਜ਼ ਹੋਣੀ ਚਾਹੀਦੀ। ਦੁਨੀਆਂ ਉੱਤੇ ਮੰਨਣ ਵਾਲੇ ਔਰ ਨਾ ਮੰਨਣ ਵਾਲੇ ਵੀ ਹੁੰਦੇ ਨੇ, ਕੋਈ ਗੱਲ ਨਹੀਂ। ਜਿਹੜਾ ਮੰਨਦਾ ਉਹ ਠੀਕ ਹੈ। ਕਿਸੇ ਨੇ ਇੱਕ ਦਫ਼ਾ ਹਜ਼ਰਤ ਅਲੀ ਮੁਸ਼ਕਿਲ ਕੁਸ਼ਾ ਜਿਹੜੇ ਸਾਡੇ ਬਲੀਆਂ ਦੇ ਬਲੀ ਹੋਏ ਨੇ, ਅਸੀਂ ਉਹਨਾਂ ਨੂੰ ਬੜਾ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਯਾਨੀ ਉਹ ਸੰਗੇ ਮੀਲ ਨੇ, ਅਸੀਂ ਉਹਨਾਂ ਨੂੰ ਫੋਲੋ ਕਰਦੇ। ਉਹ ਫਰਮਾਉਂਦੇ ਨੇ ਕਿ ਕਿਸੇ ਨੇ ਕਿਹਾ ਯਾ ਅਲੀ, ਸਰਕਾਰ ਨੂੰ ਫਰਮਾਇਆ ਕਿਸੇ ਨੇ ਕਿ ਅਗਰ ਅਸੀਂ ਇੰਨੀ ਇਬਾਦਤ ਕਰਨੀ ਅੱਗੇ ਗਏ ਤਾਂ ਅੱਗੇ ਰੱਬ ਹੀ ਨਾ ਹੋਇਆ ਤਾਂ ਫਿਰ ਸਾਡੀ ਇਬਾਦਤ ਜ਼ਾਇਆ ਜਾਏਗੀ। ਆਪ ਫਰਮਾਉਣ ਲੱਗੇ ਕਿ ਅੱਛਾ ਯਾਰ, ਗੱਲ ਤਾਂ ਤੂੰ ਠੀਕ ਕਰ ਰਹੇ ਹੈ। ਫਿਰ ਆਪਨੇ ਫਰਮਾਇਆ, ਥੋੜ੍ਹਾ ਜਿਹਾ ਸੋਚ ਕੇ ਆਪਨੇ ਕਿਹਾ ਕਿ ਤੂੰ ਐਸਾ ਕਰ, ਇਬਾਦਤ ਕਰਕੇ ਹੀ ਜਾ ਇਸ ਦੁਨੀਆ ਤੋਂ, ਅੱਗੇ ਰੱਬ ਮਿਲ ਗਿਆ, ਅਗਰ ਨਾ ਮਿਲਿਆ ਕੋਈ ਗੱਲ ਨਹੀਂ, ਤੇ ਜੇ ਲੱਭ ਗਿਆ ਤੇ ਇਬਾਦਤ ਕੰਮ ਆ ਜਾਏਗੀ। ਤੇ ਇਸ ਕਰਕੇ ਇਹ ਕੋਵਿਡ-19 ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪਹਿਚਾਣ ਹੋਈ ਨਾ, ਸਭ ਤੋਂ ਵੱਡੀ ਪਹਿਚਾਣ ਉਹ ਹੈਗੀ ਅੱਲਾ ਦੀ ਪਹਿਚਾਣ। ਅੱਲਾ ਜਦੋਂ ਪਹਿਚਾਣਿਆ ਜਾਂਦਾ ਹੈ, ਜਦੋਂ ਅੱਲਾ ਨੂੰ ਤੁਸੀਂ ਪਹਿਚਾਣ ਲੈਂਦੇ ਹੋ, ਉਹਦੇ ਅੱਗੇ ਝੁਕਣਾ ਸ਼ੁਰੂ ਕਰ ਦਿੰਦੇ ਹੋ, ਯਕੀਨ ਕਰੋ ਜ਼ਿੰਦਗੀ ਤੱਕ ਆਪਣਾ ਹੀ ਮਜ਼ਾ ਆਉਣਾ ਸ਼ੁਰੂ ਹੋ ਜਾਂਦਾ। ਤੁਸੀਂ ਬੜੀ ਜਗਲ ਕੀਤੇ, ਗੱਡੀਆਂ ਦੀ, ਕੋਠੀਆਂ ਦੀ, ਰੇਸ ਲੱਗੀ, ਦੌੜ ਲੱਗੀ, ਮੇਰੇ ਕੋਲ ਇੰਨੇ ਮਿਲੀਅਨ, ਮੇਰੇ ਕੋਲ ਇੰਨੇ ਟ੍ਰਿਲੀਅਨ, ਜਿਹਦੇ ਛੋਟੇ ਜਿਹੇ ਜਰਮਸ ਨੇ ਬੰਦੇ ਦਾ ਸਾਹ ਬੰਦ ਕਰਕੇ ਉਹਨੂੰ ਮਾਰ ਦਿੱਤਾ, ਪਿੱਛੇ ਰਹਿ ਕੀ ਗਿਆ। ਤੇ ਇਸ ਕਰਕੇ ਇਹਦੇ ਅੰਦਰ ਹੀ ਬੜਾ ਵੱਡਾ ਸਬਕ ਹੈਗਾ ਕਿ ਤੁਸੀਂ ਅੱਲਾ ਨੇ ਆਪਣੀ ਪਹਿਚਾਣ ਕਰਾਈ, ਆਪਣਾ ਦੱਸਿਆ ਕਿ ਠਹਿਰ ਜਾਓ ਇੱਕ ਮਿੰਟ, ਠਹਿਰ ਜਾਓ, ਠਹਿਰੋ, ਰੁਕੋ ਜ਼ਰਾ ਇੱਕ ਮਿੰਟ, ਇਹ ਦੇਖੋ ਜ਼ਰਾ ਮੇਰੇ ਵੱਲ। ਤੇ ਜਿਹੜੇ ਤੇ ਸਮਝਦਾਰ ਲੋਕ ਹੈ ਨਾ, ਉਹਨਾਂ ਵਾਸਤੇ ਇਹ ਇਸ਼ਾਰਾ ਹੈ। ਜ਼ਿੰਦਗੀ ਮੌਤ ਅੱਲਾ ਦੇ ਹੱਥ ਹੈ, ਜਿਹਨੇ ਜਾਣਾ ਉਹਨੇ ਜਾਣਾ ਹੀ। ਇਹ ਉਹਦਾ ਇਸ਼ਾਰਾ ਹੈ ਕਿ ਅਗਰ ਤੇ ਤੁਹਾਨੂੰ ਮੇਰੀ ਪਹਿਚਾਣ ਹੋ ਗਈ ਤੇ ਤੁਹਾਡੇ ਵਾਸਤੇ ਇਸ ਦੁਨੀਆ 'ਚ ਵੀ ਫਲਾਹ ਹੈ ਤੇ ਅੱਗੇ ਵੀ ਫਲਾਹ ਹੈ। ਮੈਂ ਕੋਈ ਮਜ਼ਹਬੀ ਆਦਮੀ ਨਹੀਂ ਤੇ ਮੈਂ ਕੋਈ ਪ੍ਰਚਾਰ ਕਰਨ ਬਹਿ ਗਿਆ। ਗੱਲ ਆਪਣੇ ਆਪਣੇ ਇਮਾਨ ਦੀ ਹੈ। ਮੈਂ ਆਪਣੇ ਇਮਾਨ ਦੀ ਗੱਲ ਕਰਨਾ, ਉਨੀ ਰਿਸਪੈਕਟ ਤੁਹਾਡੇ ਇਮਾਨ ਦੀ ਹੈ, ਅਸੀਂ ਉਤਨਾ ਹੀ ਆਦਰ ਔਰ ਰਿਸਪੈਕਟ ਚੁੱਕ ਕੇ ਗੁਰੂ ਜੀ ਦਾ ਵੀ ਕਰਨਾ ਹੈ, ਉਹਨਾਂ ਦਾ ਵੀ ਸਤਿਕਾਰ ਔਰ ਉਹਨਾਂ ਦਾ ਮਾਣ ਸਾਡੇ ਦਿਲ ਦੇ ਵਿੱਚ ਇੰਝ ਛਾਇਆ ਜਿਵੇਂ ਅਸੀਂ ਆਪਣੇ ਬਜ਼ੁਰਗਾਂ ਨੂੰ ਪਿਆਰ ਕਰਨਾ। ਸਿਰਫ ਗੱਲ ਇੰਨੀ ਹੈ ਕਿ ਇੱਕ ਦੂਸਰੇ ਨੂੰ ਪਛਾਣ ਲਈਏ ਤੇ ਪਛਾਣ ਕੇ ਇੱਕ ਦੂਸਰੇ ਨੂੰ ਪਿਆਰ ਕਰ ਲਈਏ ਤੇ ਮੇਰੇ ਖਿਆਲ ਦੇ ਵਿੱਚ ਸ਼ਾਇਦ ਸਾਡੀ ਕੋਈ ਫਲਾਹ ਹੋ ਜਾਏ, ਕੋਈ ਤੁਹਾਡੇ ਵਾਸਤੇ ਅੱਛਾ ਹੀ ਆ ਜਾਏ। ਕਿਆ ਬਾਤ ਹੈ ਰਫਾਕਤ ਜੀ। ਹੁਣ ਮੈਂ ਥੋੜ੍ਹਾ ਜਿਹਾ ਤੁਹਾਨੂੰ ਰਿਵਰਸ 'ਚ ਲੈ ਕੇ ਜਾਂਦੀ ਹਾਂ, ਥੋੜ੍ਹਾ ਜਿਹਾ ਆਪਣੇ ਚਾਈਲਡਹੁੱਡ ਬਾਰੇ ਦੱਸੋ, ਕਿਉਂਕਿ ਬਹੁਤ ਘੱਟ ਗੱਲਾਂ ਨੇ ਤੁਹਾਡੇ ਚਾਈਲਡਹੁੱਡ ਦੇ ਬਾਰੇ। ਕਿੰਨਾ ਕੁ ਟਾਈਮ ਤੁਸੀਂ ਆਪਣੇ ਫਾਦਰ ਸਾਹਿਬ ਨਾਲ ਸਪੈਂਡ ਕੀਤਾ ਤੇ ਸਕੂਲ 'ਚ ਕੀਤਾ, ਕਿੰਨੇ ਕੁ ਛਿੱਤਰ ਪਏ ਸਕੂਲ 'ਚ, ਪੜ੍ਹਾਈ ਕੀਤੀ ਨਹੀਂ ਕੀਤੀ, ਮਾਂ ਤੋਂ ਕਿੰਨੀ ਕੁ ਛਿੱਤਰ ਪਏ ਜਾਂ ਕਿੰਨਾ ਕੁ ਲਾਡ ਪਿਆਰ ਮਿਲਿਆ, ਥੋੜ੍ਹਾ ਜਿਹਾ ਆਪਣੀ ਗੱਲ ਦੱਸੋ। ਅਸੀਂ ਬੜੇ ਨਸੀਬਾਂ ਵਾਲੇ ਹਾਂ, ਸਾਡੇ ਮਾਂ ਬਾਪ ਨੇ ਸਾਡੇ ਲਾਡ ਵੀ ਉਠਾਏ ਨੇ। ਉਹ ਬੜੇ ਨਸੀਬ ਵਾਲੇ ਬੰਦੇ ਹੁੰਦੇ ਜਿਹੜੇ ਲਾਡ ਕਰਨ ਆਪਣੇ ਮਾਂ ਬਾਪ ਨਾਲ, ਉਹ ਜ਼ਿੰਦਾ ਸਲਾਮਤ ਹੋਣ ਜੀ। ਯਕੀਨ ਕਰੋ, ਮਾਂ ਬਾਪ ਜਿਹੜੇ ਹੁੰਦੇ ਨੇ, ਮਾਤਾ ਪਿਤਾ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਇਹ ਈਮਾਨ ਨੇ, ਇਹ ਈਮਾਨ ਦਾ ਹਿੱਸਾ ਹੈ। ਮੈਂ ਬੜਾ ਹੈਰਾਨ ਹੁੰਦਾ, ਲੋਕ ਪੀਰ ਲੱਭਦੇ ਨੇ, ਉਹ ਬਾਹਰ ਨਿਕਲਿਆ, ਪੀਰ ਲੱਭਿਆ ਜੀ, ਪੀਰ ਕੋ ਮੈਂ ਚੱਲਾਂ, ਮੈਂ ਪੀਰ ਕੋ ਚੱਲਾਂ, ਮੈਂ ਪੀਰ ਮਨਾਵਣ ਚੱਲਾਂ। ਉਹ ਮਰ ਗਏ, ਮੈਂ ਕਿੱਥੇ ਚੱਲਾਂ ਤੂੰ? ਘਰ ਤੇ ਮਾਂ ਬੈਠੀ, ਉਸ ਤੋਂ ਵੱਡਾ ਕਿਹੜਾ ਪੀਰ ਹੈ? ਘਰ ਪਿਓ ਬੈਠਾ, ਉਸ ਤੋਂ ਵੱਡਾ ਕਿਹੜਾ ਪੀਰ ਹੈ ਯਾਰ? ਜਦੋਂ ਤੁਸੀਂ ਉਹ ਆਪਣੇ ਉਹ ਸੱਚੇ ਪੀਰ ਨੂੰ ਖੁਸ਼ ਨਹੀਂ ਕੀਤਾ ਜਿਹਨੇ ਤੈਨੂੰ ਪੈਦਾ ਕਰਕੇ ਪਾਲਿਆ, ਅੱਲਾ ਤੋਂ ਬਾਅਦ ਜਿਹਨੇ ਤੈਨੂੰ ਸੰਭਾਲਿਆ, ਆਪ ਗਿੱਲੇ ਥਾਂ ਤੇ ਪੈ ਗਈ ਤੇ ਤੈਨੂੰ ਸੁੱਕੇ ਥਾਂ ਤੇ ਪਾ ਦਿੱਤਾ, ਉਹ ਤੂੰ ਉਹਨੂੰ ਨਹੀਂ ਪਛਾਣ, ਤੇ ਪੀਰ ਪਛਾਣਨ ਚੱਲਿਆ ਤੇ ਰੱਬ ਪਛਾਣਨ ਚੱਲਿਆ। ਖੁਦਾ ਦੀ ਕਿਸਮ, ਅੱਲਾ ਦਾ ਰੂਪ ਨਹੀਂ ਇਹਨੂੰ, ਤੁਸੀਂ ਇਹਨਾਂ ਨੂੰ ਪਛਾਣ ਲਓ। ਇੱਥੇ ਤੱਕ ਕਿਹਾ ਗਿਆ ਸਾਡੇ ਮਜ਼ਹਬ ਦੇ ਅੰਦਰ ਵੀ, ਇੱਥੇ ਤੱਕ ਕਿਹਾ ਗਿਆ ਗਲਤ ਵੀ ਹੋਣ ਤੇ ਉਹਨਾਂ ਨੂੰ ਗਲਤ ਨਾ ਕਹੋ, ਉਹਨਾਂ ਨੂੰ ਗਲਤ ਨਾ ਕਹੋ, ਉਹਨਾਂ ਨੂੰ ਕਿਉਂਕਿ ਉਹਨਾਂ ਦਾ ਆਦਰ ਕਰਨਾ ਆਪਣਾ ਇੰਪੋਰਟੈਂਟ। ਖੈਰ, ਕਮ ਬੈਕ ਟੂ ਮਾਈ ਬਚਪਨ, ਮਾਈ ਚਾਈਲਡਹੁੱਡ, ਬੜਾ ਸੋਹਣਾ ਸੀ, ਬੜੇ ਅੱਛੇ ਸਕੂਲਾਂ 'ਚ ਪੜ੍ਹੇ ਔਰ ਬੜੀਆਂ ਸ਼ਰਾਰਤਾਂ ਵੀ ਕਰਦੇ ਹੁੰਦੇ ਸੀ। ਸਾਡੇ ਦੌਰ 'ਚ ਸਭ ਤੋਂ ਜਿਹੜੀ ਖੂਬਸੂਰਤ ਗੱਲ ਸੀ ਨਾ, ਬੰਦੇ ਬੜੇ ਘੱਟ ਸੀ, ਬਹੁਤ ਥੋੜ੍ਹੇ ਲੋਕ ਹੁੰਦੇ ਸੀ। ਅਸੀਂ ਨੰਗੇ ਪੈਰੀ ਬਾਹਰ ਨਿਕਲ ਜਾਣਾ, ਉੱਥੇ ਤਪਤੀਆਂ ਸੜਕਾਂ 'ਤੇ ਵੀ ਫਿਰਨਾ, ਬੜਾ ਮਜ਼ਾ ਆਉਣਾ। ਦਰਖਤਾਂ 'ਤੇ ਬੈਠੇ ਰਹਿੰਦੇ ਸੀ, ਉੱਥੋਂ ਅਮਰੂਦ ਤੋੜ ਤੋੜ ਕੇ ਖਾਣੇ, ਕਿ ਤੂੰ ਅਨਾਰ ਤੋੜ ਕੇ ਖਾਣੇ, ਕਿ ਤੂੰ ਸੇਬ। ਇਹ ਨਸੀਬ ਨਹੀਂ ਅੱਜ ਕੱਲ੍ਹ ਦੇ ਬੱਚੇ ਨੂੰ, ਅੱਜ ਕੱਲ੍ਹ ਦਾ ਬੱਚਾ 'ਤੇ ਬੈਠਾ ਹੋਇਆ ਟੈਬਲੇਟ ਅੱਗੇ,
ਉੱਥੇ ਬਹਿ ਕੇ ਡੋਰੀਮੋਨ ਦੇਖੇ ਤੇ ਤੇ ਉਹਨੂੰ ਵਿਚਾਰੇ ਨੂੰ ਕੀ ਪਤਾ ਬਚਪਨ ਕੀ ਹੁੰਦਾ ਔਰ ਯਕੀਨ ਕਰ ਅੱਜ ਕੱਲ ਦਾ ਬਚਪਨ ਵੀ ਬੜਾ ਥੋੜਾ ਸਾਡਾ ਬਚਪਨ ਲੰਬਾ ਬੜਾ ਸੀ ਬਹੁਤ ਦੇਰ ਤੱਕ ਰਿਹਾ ਬਚਪਨ ਕਾਫੀ ਦੇਰ ਤੱਕ ਅਸੀਂ ਭੋਲੇ ਰਹੇ ਇਨੋਸੈਂਟ ਹੀ ਰਹੇ ਅਨਭੋਲ ਹੀ ਰਹੇ ਅਸੀਂ ਲੇਕਿਨ ਅੱਜ ਕੱਲ ਦਾ ਬੱਚਾ ਜਿਹੜਾ ਨਾ ਉਹਨੂੰ ਤਾਂ ਸਾਰਾ ਬਚਪਨ ਚ ਪਤਾ ਲੱਗ ਜਾਂਦਾ ਹਰ ਗੱਲ ਦਾ ਸਮਝ ਆ ਜਾਂਦੀ ਹਰ ਚੀਜ਼ ਉਹਨੇ ਵੇਖ ਲਈ ਹੈ ਤੇ ਕਾਹਦਾ ਬਚਪਨ ਤੇ ਕਿਹੜੀਆਂ ਗੱਲਾਂ ਵੀ ਆਰ ਦ ਵੈਰੀ ਲੱਕੀਸਟ ਪਰਸਨ ਵੀ ਸੋ ਆਰ ਚਾਈਲਡਹੁੱਡ ਵੈਰੀ ਨਾਈਸਲੀ ਵੈਰੀ ਟ੍ਰੈਮੈਂਡਸਲੀ ਐਂਡ ਵੀ ਹੈਡ ਅ ਵੈਰੀ ਗੁੱਡ ਟਾਈਮ ਵਿਦ ਆਰ ਪੇਰੈਂਟਸ ਐਵਰੀਬਡੀ ਹੈਵ ਅ ਵੈਰੀ ਗੁੱਡ ਟਾਈਮ ਵਿਦ देयर ਓਨ ਪੇਰੈਂਟਸ ਬੜੀ ਅੱਛੀ ਗੱਲ ਸਭ ਬੰਦੇ ਆਪਣੇ ਮਾਪੇ ਨੂੰ ਪਿਆਰ ਕਰਦੇ ਨੇ ਪਿਛਲੇ ਦਿਨਾਂ ਤੇ ਮੈਂ ਇੱਕ ਇਸ਼ਤਿਹਾਰ ਦੇਖ ਰਿਹਾ ਸੀ ਉਹ ਉਹਦੀ ਮਾਂ ਆਵਾਜ਼ ਮਾਰਦੀ ਕਿ ਚਾਹ ਤੇ ਪੀ ਲੈ ਤੂੰ ਕਹਿੰਦਾ ਮੈਂ ਮੀਟਿੰਗ ਤੇ ਜਾਣਾ ਇੱਕਦਮ ਉਹਨੂੰ ਖਿਆਲ ਹੁੰਦਾ ਯਾਰ ਮੇਰੀ ਮਾਂ ਬੁਲਾ ਰਹੀ ਵਾਪਸ ਆ ਕੇ ਫਟਾਫਟ ਚਾਹ ਪੀਣ ਲੱਗ ਪੈਂਦਾ ਕਹਿੰਦੀ ਤੇਰੀ ਮੀਟਿੰਗ ਉਹ ਕਹਿੰਦਾ ਹੈ ਮੀਟਿੰਗ ਵੀ ਤੇ ਇੰਪੋਰਟੈਂਟ ਹੈ ਇਸ ਮੀਟਿੰਗ ਅਗਰ ਇਹ ਕਿਹੜੀ ਮੀਟਿੰਗ ਹੈ ਜਿਹੜੀ ਤੂੰ ਬੁਲਾਇਆ ਮੈਨੂੰ ਆਵਾਜ਼ ਮਾਰ ਕੇ ਬੁਲਾਇਆ ਮੈਂ ਬਾਕੀਆਂ ਨੂੰ ਵੇਖ ਲਵਾਂਗਾ ਤੇ ਖਾਬ ਆ ਮੇਰੀ ਜਾਨ ਇਸ ਖਾਬ 'ਚ ਖੇਲ ਲਓ ਜਿੰਨਾ ਖੇਲਣਾ ਹੈ ਲੇਕਿਨ ਕੋਸ਼ਿਸ਼ ਹੈ ਕਰੋ ਕਿ ਆਪਣੇ ਮਾਂ ਬਾਪ ਦਾ ਕਦਰ ਕਰੋ ਉਹਨਾਂ ਦਾ ਇਹਤਰਾਮ ਕਰੋ ਤੇ ਕਿੱਦਾਂ ਤੁਹਾਡੀ ਬੌਂਡਿੰਗ ਤੁਹਾਡੇ ਫਾਦਰ ਸਾਹਿਬ ਨਾਲ ਕਿੱਦਾਂ ਸੀਗੀ ਮੇਰੀ ਬਦਨਸੀਬੀ ਇਹ ਹੋਈ ਕਿ ਮੈਂ ਕੁਛ ਅਰਸਾ ਤੋਂ ਮੇਰਾ ਬੜਾ ਅੱਛਾ ਗੁਜ਼ਰਿਆ ਫਿਰ ਉਹ ਜਲਦੀ ਵਫਾਤ ਪਾ ਗਏ ਫਿਰ ਮੇਰੇ ਜਿਹੜੇ ਦੂਸਰੇ ਫਾਦਰ ਸਨ ਦੂਸਰੇ ਫਾਦਰ ਤੋਂ ਮੇਰੀ ਬਰਾਤ ਮੇਰੇ ਚਾਚਾ ਜੀ ਚਾਚਾ ਜੀ ਜਿਹਨਾਂ ਨੂੰ ਮੈਂ ਆਪਣੇ ਬਾਪ ਹੀ ਸਮਝਦਾ ਸੀ ਅੱਜ ਤੱਕ ਮੇਰੇ 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 ਉਹ ਦੂਸਰੇ ਬਾਪ ਕੀ ਪਹਿਲੇ ਬਾਪ ਸੀ ਉਸਤਾਦ ਸਨ ਮੇਰੇ ਉਸਤਾਦ ਸਲਾਮਤ ਅਲੀ ਖਾਨ ਸਰ ਜੀ ਉਹਨਾਂ ਨੇ ਫਿਰ ਮੈਂ ਉਹਨਾਂ ਨੂੰ ਮਿਲਣਾ ਸ਼ੁਰੂ ਕੀਤਾ ਉਹਨਾਂ ਕੋਲ ਬੈਠਣਾ ਸ਼ੁਰੂ ਕੀਤਾ ਉਹਨਾਂ ਦੇ ਨਾਲ ਇੰਟਰੈਕਸ਼ਨ ਕੀਤੀ ਉਹ ਇੱਕ ਸਕਾਲਰ ਆਦਮੀ ਸੀ ਇੱਕ ਬਹੁਤ ਵੱਡਾ ਬੰਦਾ ਸੀ ਉਹ ਕੋਈ ਛੋਟਾ ਆਦਮੀ ਨਹੀਂ ਸੀ ਉਹਨੇ ਮੈਨੂੰ ਇਸ ਕੰਮ ਦੇ ਵਿੱਚ ਪਾਇਆ ਮਿਊਜ਼ਿਕ ਦੇ ਵਿੱਚ ਮੈਂ ਮਾਰਸ਼ਲ ਆਰਟ ਦਾ ਪਲੇਅਰ ਸੀ ਕਰਾਟੇ ਕਰੂਟੇ ਖੇਲੀ ਦੇ ਸੀ ਸਪੋਰਟਸ ਦੇ ਵਿੱਚ ਸੀ ਮੈਂ ਵਾਹ ਤੇ ਬਲੈਕ ਮੈਂ ਬਲੈਕ ਬੈਲਟ ਵੀ ਰਿਹਾ ਹੁਣ ਤੇ ਮੈਨੂੰ ਬਿੱਲੀ ਵੇਖ ਕੇ ਡਰ ਜਾਂਦਾ ਲੇਕਿਨ ਤੇ ਉਦੋਂ ਮੈਂ ਮਾਰਸ਼ਲ ਆਰਟ ਦੇ ਵਿੱਚ ਬੜੇ ਬੜੇ ਵੱਡੇ ਚੈਂਪੀਅਨ ਲੋਕਾਂ ਨੂੰ ਹਰਾਇਆ ਹੈ ਰੈਸਲਿੰਗ ਦੇ ਵਿੱਚ ਔਰ ਮੇਰੇ ਕੋਲ ਕਈ ਗੋਲਡ ਮੈਡਲ ਨੇ ਕਈ ਸਿਲਵਰ ਮੈਡਲ ਨੇ ਬ੍ਰਾਂਜ਼ ਮੈਡਲ ਨੇ ਮੈਂ ਯੂਨੀਵਰਸਿਟੀ ਪਲੇਅਰ ਵੀ ਰਿਹਾ ਥੋੜ੍ਹਾ ਜਿਹਾ ਕਾਲਜ ਯੂਨੀਵਰਸਿਟੀ ਵੀ ਦੇਖਿਆ ਤੇ ਸਲਾਮਤ ਅਲੀ ਖਾਨ ਕਹਿੰਦੇ ਸੀ ਪੁੱਤਰ ਹੈ ਉਹ ਮੁਲਕ ਨਹੀਂ ਹੈਗਾ ਪਾਕਿਸਤਾਨ ਜਿੱਥੇ ਤੂੰ ਇਹ ਸਪੋਰਟਸ ਕਰੇਂਗਾ ਸਪੋਰਟਸ ਦੇਖਦਾ ਨਹੀਂ ਕੋਈ ਓਲੰਪਿਕ 'ਚ ਤੈਨੂੰ ਕਿਸੇ ਨੇ ਲਿਜਾਣਾ ਤੂੰ ਗਾਣਾ ਗਾਇਆ ਕਰ ਫਿਰ ਮੈਨੂੰ ਉਹਨਾਂ ਨੇ ਗਾਣੇ 'ਚ ਪਾ ਦਿੱਤਾ ਤੇ ਉਹ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਮੇਰਾ ਗਾਣਾ ਥੋੜ੍ਹਾ ਹੈ ਉਹ ਕਹਿੰਦੇ ਥੋੜ੍ਹੇ ਨੂੰ ਠੀਕ ਕਰ ਲੈ ਕਈਆਂ ਨੂੰ ਬਹੁਤ ਸ਼ੌਕ ਹੁੰਦਾ ਬਹੁਤ ਗਾਉਣ ਦਾ ਗਾਈ ਜਾਂਦੇ ਹਟਦੇ ਨਹੀਂ ਲੇਕਿਨ ਅਗਰ ਸੁਰ ਇੱਕ ਵੀ ਧਿਆਨ ਨਾਲ ਲੱਗਾ ਹੋਵੇ ਨਾ ਤਾਂ ਕਾਫੀ ਹੁੰਦਾ ਤੇ ਸਲਾਮਤ ਅਲੀ ਖਾਨ ਜੈਸਾ ਸਕਾਲਰ ਔਰ ਵੱਡਾ ਆਦਮੀ ਉਹ ਕਮਾਲ ਹੀ ਸੀ ਉਹ ਜਦੋਂ ਵੀ ਹਿੰਦੁਸਤਾਨ ਜਾਂਦੇ ਸੀ ਯਕੀਨ ਕਰੋ ਹਿੰਦੁਸਤਾਨ ਦੀ ਜਿਹੜੀ ਬਾਲੀਵੁੱਡ ਇੰਡਸਟਰੀ ਹੈ ਜਿਹ 'ਚ ਲਤਾ ਜੀ ਕਿਸ਼ੋਰ ਜੀ ਰਫੀ ਜੀ ਮਨਾ ਡੇ ਔਰ ਬੜੇ ਬੜੇ ਲੋਕ ਜਿੰਨੇ ਵੀ ਸੀ ਉਹ ਉਹਨਾਂ ਨੂੰ ਬੈਠ ਕੇ ਸੁਣਦੇ ਹੁੰਦੇ ਸੀ ਔਰ ਯਕੀਨ ਕਰੋ ਜਦੋਂ ਵੀ ਸਲਾਮਤ ਅਲੀ ਖਾਨ ਸਾਹਿਬ ਗਾਉਂਦੇ ਸੀ ਤੇ ਐਸ ਡੀ ਬਰਮਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਤੁਸੀਂ ਜਿਹੜੀ ਕਲਾਵਤੀ ਗਾਈ ਹੈ ਇਹ ਕਲਾਵਤੀ ਦੇ ਵਿੱਚ ਉਹਨਾਂ ਨੇ ਗਾਣੇ ਬਣਾਉਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਕਿਹਾ ਖਾਨ ਸਾਹਿਬ ਤੁਸੀਂ ਜਿਹੜੀਆਂ ਜਗ੍ਹਾ ਛੱਡ ਦਿੰਦੇ ਹੋ ਸੀ ਉਹਦਾ ਗਾਣਾ ਬਣਾ ਦਿੰਦੇ ਰਾਜ ਕਪੂਰ ਸਾਹਿਬ ਨੇ ਉਹਨੂੰ ਬੜਾ ਪਿਆਰ ਕੀਤਾ ਤੇ ਉਹਨਾਂ ਕੋਈ ਕਿਸ ਕਿਸਮ ਦਾ ਐਕਸਪੀਰੀਅੰਸ ਸੀ ਔਰ ਕਿਆ ਆਰਟਿਸਟ ਸੀ ਉਹ ਜਿਹੜਾ ਥੋੜ੍ਹਾ ਜਿਹਾ ਵਕਤ ਗੁਜ਼ਾਰਿਆ ਨਾ ਮੈਂ ਉਹਨਾਂ ਦੇ ਨਾਲ ਉਹ ਮੇਰੀ ਚਾਚੀ ਨੇ ਮੈਨੂੰ ਸਮਝਾਇਆ ਸੀ ਕਹਿੰਦੀ ਸੀ ਆ ਜਾਇਆ ਕਰੇ ਲੱਭਣੇ ਨਹੀਂ ਬੰਦੇ ਫਿਰ ਤੈਨੂੰ ਫਿਰ ਮੈਂ ਚਲੇ ਜਾਣਾ ਮੈਂ ਬਹਿਣਾ ਫਿਰ ਮੈਂ ਉਹਨਾਂ ਨੂੰ ਕਿਹਾ ਜੀ ਭਤੀਜਾ ਨਾ ਕਿਹਾ ਕਰੋ ਮੈਨੂੰ ਮੈਂ ਤੁਹਾਡਾ ਨੌਕਰ ਤੁਹਾਡਾ ਸੇਵਕ ਤੇ ਉਹਨਾਂ ਨੂੰ ਪਿਆਰ ਕਰਨਾ ਉਹਨਾਂ ਦੀ ਜੁੱਤੀਆਂ ਸਾਫ਼ ਕਰਨੀਆਂ ਉਹਨਾਂ ਦੇ ਕੋਲ ਬਹਿਣਾ ਅਦਬ ਦੇ ਨਾਲ ਉਹਨਾਂ ਨੂੰ ਆਪਣਾ ਸਾਰਾ ਕੁਛ ਮੰਨਿਆ ਮੈਂ ਤੇ ਚਲੋ ਅੱਜ ਸਾਡੇ ਵੀ ਛੋਟੇ ਮੋਟੇ ਟੁੱਟੇ ਭੱਜੇ ਕੰਮ 'ਚ ਬਰਕਤ ਪੈ ਗਈ ਨਹੀਂ ਨਹੀਂ ਤੁਸੀਂ ਬੜੀ ਅੱਛੀ ਅੱਛੀ ਗੱਲ ਕੀਤੀ ਹੈ ਅੱਜ ਮੈਂ ਤੁਸੀਂ ਗੱਲ ਕੀਤੀ ਨਾ ਉਸਤਾਦ ਸਲਾਮਤ ਅਲੀ ਖਾਨ ਸਾਹਿਬ ਦੀ ਮੈਨੂੰ ਵੀ ਮੌਕਾ ਮਿਲਿਆ ਸੀ ਬੰਬੇ ਉਹ ਸਾਡੇ ਘਰੇ ਆ ਕੇ ਰਹੇ ਸੀ ਦੋ ਤਿੰਨ ਵਾਹ 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 ਸ਼ਰਾਫਤ ਪਾਈ ਲਤਾਫਤ ਪਾਈ ਸਰਫਤ ਪਾਈ ਚਾਰੋ ਨਾਲ ਉਹਨਾਂ ਦੇ ਸਿਸਟਰ ਵੀ ਸੀਗੇ ਮੈਨੂੰ ਉਹਨਾਂ ਦਾ ਨਾਮ ਇਸ ਤਰ੍ਹਾਂ ਚੇਤੇ ਨਹੀਂ ਹੈਗਾ ਰਿਫਤ ਛੋਟੀ ਰਿਫਤ ਰਿਫਤ ਉਹ ਵੀ ਸੀਗੇ ਨਾਲ ਅੱਜ ਕੱਲ ਕੈਲੀਫੋਰਨੀਆ ਆਉਂਦੀ ਹੋਗਾ ਕੈਲੀਫੋਰਨੀਆ ਤੇ ਆ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਆ ਛੋਟੇ ਜੇ ਕਿ ਥੋੜਾ ਗਾਓ ਮੈਨੂੰ ਯਾਦ ਹੈ ਮੈਂ ਜਦੋਂ ਅੱਬਾ ਜੀ ਉਸਤਾਦ ਅੱਲਾ ਰੱਖਾ ਖਾਨ ਸਾਹਿਬ ਕੋਲ ਤਬਲਾ ਸਿੱਖਣ ਜਾਂਦਾ ਸੀ ਅੱਛਾ ਤੇ ਇੱਕ ਦਿਨ ਕਲਾਸ 'ਚ ਸਾਰੇ ਤਬਲਾ ਵਜਾ ਰਹੇ ਸੀ ਤੇ ਮੈਨੂੰ ਕਹਿੰਦੇ ਤੂੰ ਕਿਉਂ ਨਹੀਂ ਵਜਾਇਆ ਮੈਂ ਕਿਹਾ ਖਾਨ ਸਾਹਿਬ ਬਹੁਤ ਤਿਆਰ ਤਿਆਰ ਲੋਕ ਨੇ ਕਹਿੰਦਾ ਇੱਕ ਮੇਰੀ ਗੱਲ ਯਾਦ ਰੱਖੀ ਜਿਹੜੀ ਤੁਸੀਂ ਕਹਿੰਦਾ ਥੋੜਾ ਵਜਾਈ ਲੇਕਿਨ ਸਵਾਦ ਵਾਲਾ ਵਜਾਈ ਸਵਾਦ ਵਾਲਾ ਵਜਾਈ ਵਾਹ 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 ਸੋ ਆ ਜਿਹੜੀ ਤੁਸੀਂ ਗੱਲ ਕਰ ਗਏ ਹੋ ਨਾ ਸਲਾਮਤ ਅਲੀ ਖਾਨ ਸਾਹਿਬ ਕਿ ਥੋੜਾ ਗਾਈ ਲੇਕਿਨ ਐਸਾ ਧਿਆਨ ਨਾ ਕਮਾਲ ਕਰ ਯਾ ਦੇਖੋ ਜੀ ਗਾਣਾ ਕੀ ਚੀਜ਼ ਹੈ ਗਾਣਾ ਹੈਗਾ ਕਿ ਪਹਿਲੇ ਤੇ ਗਾਣੇ ਦਾ ਮਤਲਬ ਹੈ ਗਾ ਨਾ ਤੇ ਮਾਸ਼ਾਅੱਲਾ ਸਾਰੀ ਦੁਨੀਆ ਗਾਉਂਦੀ ਹਾਏ ਮੈਂ ਮਰ ਜਾਵਾਂ ਤੇ ਮੈਂ ਕਿਹਾ ਕੋਵਿਡ-19 ਨੇ ਜਿੱਥੇ ਸਾਨੂੰ ਹੋਰ ਬੜੇ ਸਬਕ ਦਿੱਤੇ ਉਹ ਮੈਂ ਸਿੰਗਰ ਵੀ ਬੜੇ ਵੇਖ ਲਏ ਅੱਲਾਹ ਉਹਨਾਂ ਨੂੰ ਜ਼ਿੰਦਗੀ ਦੇਵੇ ਇਸ ਤਰ੍ਹਾਂ ਹੀ ਗਾਉਂਦੇ ਵਜਾਉਂਦੇ ਰਹਿਣ ਸਗੋਂ ਲੜਾਈ ਨਾਲੋਂ ਚੰਗਾ ਗਾਣਾ ਵਜਾਉਣਾ ਕਰਨ ਗਾਣਾ ਵਜਾਉਣਾ ਫਿਰ ਵੀ ਚੰਗਾ ਬੰਦੂਕਾਂ ਪਿਸਤੌਲਾਂ ਨਾਲੋਂ ਗਿਟਾਰਾਂ ਫੜ ਲੈਣ ਤੇ ਇਹੀ ਚੰਗਾ ਮੈਂ ਕਹਿੰਦਾ ਗਾਣੇ ਦੀ ਇੱਜ਼ਤ
ਗਾਣੇ ਦੀ ਇੱਕ ਇਜ਼ਾਫਾ ਹੋਇਆ ਜਿਹੜਾ ਜਿਹਨੂੰ ਸੁਣਨਾ ਪੈ ਰਿਹਾ ਉਹ ਕੀ ਕਰੇ ਉਹ ਵੀ ਸੁਣੇ ਉਹ ਵੀ ਗਾਣਾ ਸੁਣੇ ਔਰ ਇਸਲਾਮ ਤਰੀ ਖਾਨ ਕਹਿੰਦੇ ਸੀ ਸਾਰਿਆਂ ਨੂੰ ਸੁਣੋ ਸਾਰਿਆਂ ਨੂੰ ਸੁਣਨ ਤੋਂ ਬਾਅਦ ਜੋ ਕੁਛ ਮਿਲਦਾ ਨਾ ਉਹਦਾ ਕੋਈ ਹਿਸਾਬ ਨਹੀਂ ਹੈਗਾ ਸਭ ਨੂੰ ਸੁਣਨਾ ਚਾਹੀਦਾ ਹਰ ਔਰ ਕਿਸੇ ਨੂੰ ਬੁਰਾ ਨਾ ਕਹੋ ਮੈਂ ਕਹਿੰਦਾ ਇੱਥੇ ਬੈਠੇ ਹੁੰਦੇ ਨੇ ਲੋਕ ਬੜਾ ਬੜਾ ਸੋਚ ਸਮਝ ਕੇ ਆਪਣੀ ਆਪਣੀਆਂ ਸੋਚਾਂ ਲੈ ਕੇ ਠੀਕ ਹੈ ਯਾਰ ਬੰਦੇ ਦਾ ਆਪਣਾ ਪੁਆਇੰਟ ਆਫ ਵਿਊ ਹੁੰਦਾ ਕੋਈ ਗੱਲ ਨਹੀਂ ਲੇਕਿਨ ਕੋਸ਼ਿਸ਼ ਕਰੋ ਇੱਕ ਵਕਤ ਐਸਾ ਹੁੰਦਾ ਜ਼ਿੰਦਗੀ 'ਚ ਕਿ ਤੁਸੀਂ ਆਪਣੇ ਆਪ ਨੂੰ ਵੀ ਜਸਟੀਫਾਈ ਕਰ ਰਹੇ ਹੁੰਦੇ ਆਪਣੇ ਗਰੇਬਾਨ 'ਚ ਵੀ ਦੇਖ ਰਹੇ ਹੁੰਦੇ ਕਿ ਮੈਂ ਕਿੰਨਾ ਕੁ ਚੰਗਾ ਹੈ ਅਤੇ ਮੈਂ ਕਿਸੇ ਨੂੰ ਕਿਉਂ ਬੁਰਾ ਕਹਾਂ ਤੇ ਅਸੀਂ ਤਾਂ ਹਾਲੇ ਤੱਕ ਆਪ ਸਿੱਖ ਰਹੇ ਹਾਂ ਹਾਲੇ ਆਪ ਦੇਖ ਰਹੇ ਔਰ ਦੇਖ ਰਹੇ ਕਿ ਜਦੋਂ ਮਹਿੰਦੀ ਹਸਨ ਸਾਹਿਬ ਨੂੰ ਸੁਣੀ ਦਾ ਤਾਂ ਕਹਿੰਦੇ ਉਹ ਯਾਲਾ ਇਹ ਕਿਹੜਾ ਸੁਰ ਹੈ ਇਹ ਕਿਸ ਤਰ੍ਹਾਂ ਲੱਗ ਗਿਆ ਸੁਰ ਯਾਲਾ ਕਿਸ ਤਰ੍ਹਾਂ ਲਾਇਆ ਜੇ ਜਦੋਂ ਬਰਕਤ ਅਲੀ ਖਾਨ ਨੂੰ ਸੁਣੀ ਦਾ ਬੜੇ ਗੁਲਾਮ ਅਲੀ ਖਾਨ ਸਾਹਿਬ ਨੂੰ ਸੁਣੀ ਦਾ ਤੇ ਯਕੀਨ ਕਰੋ ਗਾਣਾ ਛੱਡਣ ਨੂੰ ਦਿਲ ਕਰਦਾ ਲੇਕਿਨ ਸਲਾਮਤ ਅਲੀ ਖਾਨ ਉਹੀ ਗੱਲ ਕੁਲਦੀਪ ਭਾਈ ਜਿਹੜੀ ਗੱਲ ਕਰਦੇ ਨੇ ਕਿ ਯਾਰ ਜੋ ਵੀ ਤੁਹਾਨੂੰ ਆਉਂਦਾ ਥੋੜ੍ਹਾ ਬਹੁਤ ਗਾ ਲਿਆ ਕਰ ਖੈਰ ਹੈ ਉਹਦੇ ਚੱਲਾ ਬਰਕਤ ਪਾ ਦੇ ਰੋਸ਼ਨ ਔਰ ਰਾਜੇਸ਼ ਰੋਸ਼ਨ ਸਾਹਿਬ ਨਾਲ ਦੇਖੋ ਜੀ ਮੇਰਾ ਇਨਸੈਂਟਿਵ ਸੀ ਮੇਰੀ ਜ਼ਿੰਦਗੀ ਦਾ ਇੱਕ ਕਿ ਮੈਂ ਆਰ ਡੀ ਬਰਮਨ ਦੇ ਨਾਲ ਗਾਵਾਂ ਅਤੇ ਮੈਨੂੰ ਆਰ ਡੀ ਬਰਮਨ ਨਾਲ ਤਾਂ ਮੌਕਾ ਨਹੀਂ ਮਿਲਿਆ ਮੈਂ ਇਹੀ ਕਿਹਾ ਇੰਨੀ ਲੇਟ ਆਏ ਹੋ ਬਹੁਤ ਦੇਰ ਕੀ ਮਿਹਰਬਾਨ ਅਤੇ ਕਹਾਂ ਚੱਲ ਪੜੇ ਕਹਾਂ ਜਾਤੇ ਜਾਤੇ ਤਾਂ ਉਹ ਮੈਨੂੰ ਉਹਨਾਂ ਨੇ ਕਿਹਾ ਫਿਰ ਵੀ ਮੈਨੂੰ ਅੱਲਾ ਨੇ ਮੌਕਾ ਦਿੱਤਾ ਉਹਨਾਂ ਦੇ ਕੋਲ ਬੈਠਣ ਦਾ ਉਹਨਾਂ ਨੂੰ ਦੇਖਣ ਦਾ ਉਹਨਾਂ ਦੀ ਗੱਲਾਂ ਸੁਣਨ ਦਾ ਉਹਨਾਂ ਨੇ ਫਿਰ ਮੈਨੂੰ ਗਾਣਾ ਵੀ ਗਵਾਇਆ ਮੈਂ ਅਤੇ ਅਲਕਾ ਜੀ ਨੇ ਗਾਣਾ ਗਾਇਆ ਸੀ ਮੈਂ ਹੂੰ ਆਸਮਾਨ ਅਤੇ ਉਹਦੀ ਥੋੜ੍ਹੀ ਜਿਹੀ ਮੈਂ ਜੀ ਬਿਲਕੁਲ ਬਿਲਕੁਲ ਦੇਖੋ ਕਿੱਡੀ ਮਲਾਇਮ ਤਰਜ਼ ਔਰ ਕਿੱਡੀ ਖੂਬਸੂਰਤੀ ਨਾਲ ਬਣਾਈ ਮੇਰੇ ਨਾਲ ਮੇਰੇ ਕੀਬੋਰਡ ਪਲੇਅਰ ਦਾ ਹੱਥ ਲਾ ਦਿਓ ਹਸਨ ਅਲੀ ਸਾਹਿਬ ਮੇਰੇ ਨਾਲ ਇਹ ਇੱਕ ਬਹੁਤ ਬੜੇ ਤਬਲਾ ਪਲੇਅਰ ਨੇ ਖਾਨ ਸਾਹਿਬ ਕਾਲੂ ਖਾਨ ਸਾਹਿਬ ਬਹੁਤ ਹੀ ਜ਼ਬਰਦਸਤ ਤਬਲਾ ਪਲੇਅਰ ਨੇ ਉਹ ਤੋਬਾ ਤੋਬਾ ਕਿਸ ਦਿਨ ਅਮਰੀਕਾ ਇਨਸ਼ਾਅੱਲਾ ਮੇਰੇ ਨਾਲ ਆਉਣਗੇ ਉਹ ਐਸੇ ਪਲੇਅਰ ਨੇ ਕਿ ਕਰੋਨਾ ਵੀ ਡਰ ਕੇ ਨੱਸ ਜਾਂਦਾ ਤੇ ਉਹ ਕਿਸ ਦਿਨ ਤੁਹਾਨੂੰ ਸੁਣਾਉਣਾ ਤੇ ਮੈਂ ਹੁਣ ਗਾਣਾ ਪੇਸ਼ ਕਰ ਰਿਹਾ ਮੇਰੇ ਨਾਲ ਤਬਲੇ ਵਾਲਾ ਸਾਡਾ ਆ ਨਹੀਂ ਸਕਿਆ ਰਸਤੇ ਚ ਰਕਸ਼ਾ ਖਰਾਬ ਹੋ ਗਿਆ ਸੀ ਤੇ ਮੈਂ ਅੱਛਾ ਜੀ ਸੀ ਮੇਜਰ ਠੀਕ ਹੈ ਥੋੜੀ ਜਿਹੀ ਬਤਾਓ ਕੋਈ ਗਲਤੀ ਹੋ ਜਾਏ ਤੇ ਮਾਫ਼ ਕਰਨਾ ਥੋੜਾ ਬਤਾਓ ਸਰ ਮੈਂ ਹੂੰ ਵੋ ਆਸਮਾਨ ਮੈਂ ਹੂੰ ਵੋ ਆਸਮਾਨ ਔਰ ਤੁਮ ਹੋ ਯੇ ਜ਼ਮੀਨ ਹੋ ਕਰ ਭੀ ਹਮ ਜੁਦਾ ਹੋਤੇ ਜੁਦਾ ਨਹੀਂ ਮੈਂ ਹੂੰ ਵੋ ਆਸਮਾਨ ਔਰ ਤੁਮ ਹੋ ਯੇ ਜ਼ਮੀਨ ਹੋ ਕਰ ਭੀ ਹਮ ਜੁਦਾ ਹੋਤੇ ਜੁਦਾ ਨਹੀਂ ਤੁਮ ਹੋ ਵੋ ਆਸਮਾਨ ਔਰ ਮੈਂ ਹੂੰ ਯੇ ਜ਼ਮੀਨ ਹੋ ਕਰ ਭੀ ਹਮ ਜੁਦਾ ਹੋਤੇ ਜੁਦਾ ਨਹੀਂ ਮੈਂ ਹੂੰ ਵੋ ਆਸਮਾਨ ਬਾਤ
प्रेमी बनना जितना मुश्किल, प्यार निभाना उसी से भी मुश्किल। प्रेमी बनना जितना मुश्किल, प्यार निभाना उसी से भी मुश्किल। हम दोनों का दीवाना बन जानता है ये जहान सारा। किस्सा तू मेरा मैं तेरी कहानी, हो कर भी हूँ जुदा होते जुदा नहीं। मैं हूँ वो आसमां की जितनी भी है किताबें उनमें लिखा है नाम हमारा। प्यार की जितनी भी है किताबें उनमें लिखा है नाम हमारा। हम दोनों का दीवाना पल जानता है ये जहान सारा। किस्सा तू मेरा मैं तेरी कहानी, हो कर भी हम जुदा होते जुदा नहीं। मुझ में एक राग भी देखे नजर कर रहे हैं। और तुम हो ये जमीन, हो कर भी हम जुदा होते जुदा नहीं, होते जुदा नहीं, होते जुदा नहीं। क्या बात, थैंक यू, थैंक यू। ये वन ऑफ माय फेवरेट सॉन्ग है जी। बहुत बहुत शुक्रिया जी, बड़ी शुक्रिया। मैं तिलका जी ने गाया सी मेरे वास्ते, तो यही है कि मैं लता ने गाया सी। मेरी बड़ी ख्वाहिश थी लता जी ना गान दे, लेकिन मेरी ख्वाहिश पूरी होगी। वो भी बहुत बड़ी आर्टिस्ट हैं, उन्होंने मन बड़े प्यार ना कौन खड़ा करके गवाया मन, तो मैं कभी नहीं बोल सकता। क्या बात है, बहुत। और इधर मिक्सिंग ऋतिक रोशन साहब ने की थी, ऋतिक रोशन साहब वो बैठे हुए थे। मन कहते थे मैं हूँ वो, मैं कहता थी मैं हूँ वो आसमां, वो कहते खास आसमान उत्ते होता मैं हूँ वो आसमां और तुम हो ये जमीन, हो कर भी हम जुदा होते जुदा नहीं। उन्होंने गाना सी मनु थोड़ा रखना गौड़, राजेश रोशन दा सुन जिनगारे जा, नहीं करूंगा अब गलती जो तू ना रूठे रे कभी। मैल हो तो छूट जाए आदत ना छूटे रे कभी। हे सुन जिनगा अरे जा, मैं हूँ वो आसमान। वाह क्या बात है, क्या जबरदस्त। ते खासा बापा फिर थोड़ा जब पीछे चलांगे,
ਤੇ ਤੁਸੀਂ ਦੱਸਿਆ ਸੀ ਕਿ ਤੁਸੀਂ ਉਸਤਾਦ ਸਲਾਮਤ ਅਲੀ ਖਾਨ ਸਾਹਿਬ ਦੇ ਜਦੋਂ ਜਾ ਕੇ ਸਿੱਖਣਾ ਸ਼ੁਰੂ ਕੀਤਾ, ਕੀ ਉਮਰ ਸੀ ਤੁਹਾਡੀ ਉਸ ਟਾਈਮ, ਏਜ ਕੀ ਸੀ? ਮੈਂ ਜੀ ਮੈਟ੍ਰਿਕ ਕਰ ਲਿਆ ਸੀ ਉਦੋਂ ਜਦੋਂ ਮੈਂ ਸ਼ੁਰੂ ਕੀਤਾ, ਕਿਉਂਕਿ ਜ਼ਿਆਦਾ ਟਾਈਮ ਮੈਂ ਗੁਜ਼ਾਰ ਲਿਆ ਸੀ। ਗਾਉਂਦੇ ਤੇ ਸੀ ਬਚਪਨ 'ਚ ਸੀ, ਜਦੋਂ ਦੋਨੋਂ ਭਰਾ ਇਕੱਠੇ ਰਹਿੰਦੇ ਸੀ ਤੇ ਉਦੋਂ ਕਲਾਸੀਕਲ 27 ਅੰਤਰੇ ਯਾਦ ਕਰਦੇ ਰਹਿੰਦੇ ਸੀ। ਬੈਠੇ ਬਚਪਨ 'ਚ, ਤੁਹਾਨੂੰ ਪਤਾ ਨਹੀਂ ਹੁੰਦਾ ਸੀ ਕਿੱਡੀ ਵੱਡੀ ਚੀਜ਼ ਹੈ। ਇਹ ਬਚਪਨ 'ਚ ਹੀ ਅਸੀਂ ਸ਼ੁਰੂ ਕਰ ਲਿਆ ਸੀ, ਲੇਕਿਨ ਜਿਹੜੀ ਪ੍ਰੋਪਰ ਇੰਟਰੈਕਸ਼ਨ ਹੋਈ ਸਾਡੀ, ਉਹ ਫਿਰ ਜਦੋਂ ਬੈਠੇ ਤੇ ਪਤਾ ਲੱਗੋ ਇਹ ਤੇ ਬੜੀਆਂ ਬੜੀਆਂ ਚੀਜ਼ਾਂ ਯਾਦ ਕਰ ਲਈਆਂ ਨੇ, ਤੇ ਫਿਰ ਅੱਲਾ ਨੇ ਕਰਮ ਕਰ ਲਿਆ। ਕੀ ਬਾਤ ਹੈ! ਤੇ ਕਿੰਨੇ ਕੁ ਸਾਲ ਤੁਹਾਨੂੰ ਮੌਕਾ ਮਿਲਿਆ, ਜਾਂ ਹਾਊ ਲੱਕੀ ਯੂ ਵਰ, ਕਿੰਨੇ ਕੁ ਸਾਲ ਸਿੱਖ ਸਕੇ? ਮੈਨੂੰ 12 14 ਸਾਲ ਮੈਂ ਉਹਨਾਂ ਦੇ ਨਾਲ ਗੁਜ਼ਾਰੇ, ਜਿਹੜੇ ਉਹਨਾਂ ਦੇ ਉਸ ਤੋਂ ਬਾਅਦ ਉਹ ਬਿਮਾਰ ਵੀ ਹੋ ਗਏ। ਹਾਂਜੀ, 12 13 14 ਸਾਲ ਮੈਂ ਵਕਤ ਉਹਨਾਂ ਦੇ ਨਾਲ ਗੁਜ਼ਾਰਿਆ। ਉਹ ਬਿਜ਼ੀ ਵੀ ਹੁੰਦੇ ਸੀ, ਅਮਰੀਕਾ ਚਲੇ ਜਾਂਦੇ ਸੀ ਦੁਨੀਆ ਤੋਂ, ਫਿਰ 4 4 ਮਹੀਨੇ ਬਾਅਦ ਆਉਣਾ ਉਹਨਾਂ ਨੇ, ਫਿਰ ਉਹਨਾਂ ਨੇ ਦੂਸਰੀ ਦੁਨੀਆ 'ਚ ਜਾਣਾ ਉੱਥੇ, ਤੇ ਫਿਰ ਆ ਜਾਣਾ। ਮੈਂ ਇੰਤਜ਼ਾਰ ਕਰਦਾ ਹੁੰਦਾ ਸੀ, ਯਕੀਨ ਕਰੋ, ਮੈਂ ਕਾਲਜ ਜਾਣਾ, ਯੂਨੀਵਰਸਿਟੀ ਜਾਣਾ, ਤੇ ਮੇਰੀਆਂ ਅੱਖਾਂ ਜਿਹੜੀਆਂ ਸੀ ਉਹਨਾਂ ਦਾ ਇੰਤਜ਼ਾਰ ਕਰਦੀ ਰਹਿੰਦੀਆਂ ਸੀ। ਤੇ ਫਿਰ ਜਦੋਂ ਉਹਨਾਂ ਨੇ ਆਉਣਾ ਤੇ ਫਿਰ ਬੜਾ ਟਾਈਮ ਮਿਲਣਾ ਉਹਨਾਂ ਦੇ ਕੋਲ, ਕਿਉਂਕਿ ਮੈਂ ਬਹੁਤ ਉਹਨਾਂ ਨੂੰ ਇਸ਼ਕ ਕੀਤਾ, ਮੈਂ ਉਹਨਾਂ ਦੇ ਨਾਲ ਮੁਹੱਬਤ ਔਰ ਇਸ਼ਕ ਜਿਹਨੂੰ ਕਹਿੰਦੇ ਨਾ, ਮੈਂ ਉਹਨਾਂ ਨੇ ਇਸ਼ਕ ਕੀਤਾ ਉਹਨਾਂ ਦੇ ਨਾਲ। ਕੋਈ ਗੱਲ ਨੀ, ਉਹ ਗੱਲਾਂ ਕਰਦੇ ਸੀ ਤੇ ਜਦੋਂ ਗਾਉਂਦੇ ਸੀ ਤੇ ਨਾਲ ਬਹਿ ਜਾਂਦੇ ਸੀ। ਜਿਹੜਾ ਉਹਨਾਂ ਦੇ ਨਾਲ ਬਹਿਣਾ ਤੇ ਜਿਹੜਾ ਉਹਨਾਂ ਦੀ ਗੁਫ਼ਤਗੂ ਸੁਣਨੀ ਹੈ, ਉਹ ਸਾਡੀ ਟ੍ਰੇਨਿੰਗ ਸੀ, ਉਹ ਸਾਨੂੰ ਮਿਲਿਆ ਉਹਨਾਂ ਦੇ ਕੋਲ, ਉਹ ਕੁਛ ਮਿਲਿਆ। ਯਕੀਨ ਕਰੋ, ਜਦੋਂ ਵੱਡਾ ਆਦਮੀ ਬੈਠਦਾ ਹੈ ਨਾ, ਜਦੋਂ ਵੱਡਾ ਆਦਮੀ ਬੈਠਦਾ ਤੁਹਾਡੇ ਨਾਲ, ਉਹ ਤੁਹਾਨੂੰ ਸਾਰਾ ਕੁਛ ਦੇ ਦਿੰਦਾ। ਬਸ ਸਮਝਣ ਵਾਲੀ ਗੱਲ ਹੈ, ਜਾਂ ਕੋਈ ਬੰਦਾ ਲੈਂਦਾ ਕਿਸ ਤਰ੍ਹਾਂ, ਉਹਨੂੰ ਕਿਸ ਤਰ੍ਹਾਂ ਉਸ ਚੀਜ਼ ਨੂੰ ਬੰਦਾ ਪਛਾਣ ਕੇ ਉਹਨੂੰ ਉਸ ਚੀਜ਼ ਨੂੰ ਕਾਬੂ ਕਿਸ ਤਰ੍ਹਾਂ ਕਰਨਾ ਹੈਗਾ ਤੁਹਾਨੂੰ। ਉਹਨਾਂ ਦਾ ਜਿਹੜਾ ਉਹਨਾਂ ਦੇਖੋ ਗਾਣਾ ਵੀ ਆ ਜਾਂਦਾ, ਸਭ ਕੁਝ, ਰੰਗ ਔਰ ਅੰਦਾਜ਼ ਨਹੀਂ ਆਉਂਦਾ। ਰੰਗ ਔਰ ਅੰਦਾਜ਼ ਜਿਹੜਾ ਨਾ, ਉਹ ਅੰਦਾਜ਼ ਤੁਹਾਨੂੰ ਆਪਣੇ ਉਸਤਾਦ ਕੋਲ ਲੈਣਾ ਪੈਂਦਾ, ਸਿੱਖਣਾ ਪੈਂਦਾ, ਦੇਖਣਾ ਪੈਂਦਾ ਕਿ ਤੁਹਾਡਾ ਉਸਤਾਦ ਤੁਹਾਨੂੰ ਕੀ ਦੱਸ ਰਿਹਾ ਔਰ ਉਹਦਾ ਆਪਣਾ ਗਲਾ ਕੈਸਾ ਆਪਣੇ ਉਸਤਾਦ ਦਾ। ਕਈਆਂ ਦੇ ਉਸਤਾਦ ਬਹੁਤ ਅੱਛੇ ਹੁੰਦੇ ਨੇ, ਲੇਕਿਨ ਵਿਚਾਰਿਆਂ ਦੇ ਗਲੇ ਨਹੀਂ ਹੁੰਦੇ। ਅਸੀਂ ਇਸ ਗੁਰੂ ਲੱਕੀ ਸੀ ਕਿ ਉਹਨਾਂ ਦਾ ਗਲਾ ਵੀ ਕਾਇਨਾਤ ਜੈਸਾ ਗਲਾ ਹੀ ਨਹੀਂ ਹੋਇਆ ਕਿਸੇ ਦਾ ਜੈਸਾ। ਜਦੋਂ ਉਹਨਾਂ ਨੇ ਠੁਮਰੀ ਗਾਉਣੀ ਤੇ ਜਦੋਂ ਰੱਖਣਾ ਤੇ ਰਖਮਾਜ ਰੱਖਣਾ, ਸਹੀਆਂ ਬਿਨਾਂ ਜਦੋਂ ਰੱਖਣਾ ਤੇ ਉਹਦੇ ਕੋਲ ਸਿੱਖਣ ਨੂੰ ਤੇ ਬੰਦਾ ਸਿੱਖ ਲੈਂਦਾ। ਸਿਆਂ ਬਿਨਾਂ ਗੱਜ ਸੋਨਾ ਸਿਆਂ ਬਿਨਾਂ ਗੱਜ ਸੋ, ਜਿੰਨਾ ਸੁਣਨਾ ਆਉਂਦਾ ਇੰਨਾ ਸਿੱਖਣ ਦਾ ਵੀ ਜਾਂਦਾ। ਜਬ ਸੇ ਪਲਮ ਪਰਦੇਸ ਸਿਦਾਰੇ, ਜਬ ਸੇ ਪਲਮ ਪਰਦੇਸ ਸਿਦਾਰੇ, ਹੈ ਚੈਨ ਜਿਆਨ ਪਾਏ। ਓ ਸਿਆਂ ਕਿਸ ਅੰਦਾਜ਼ ਨਾਲ ਸੁਰ ਵੇਖ ਰਹੇ ਨੇ, ਕਿਸ ਅੰਦਾਜ਼ ਨਾਲ ਬੈਠੇ ਨੇ, ਕਿਸ ਅੰਦਾਜ਼ ਨਾਲ ਖਾਣਾ ਕਰ ਰਹੇ ਨੇ, ਪਾਣੀ ਪੀ ਰਹੇ ਨੇ, ਉੱਠ ਰਹੇ ਨੇ, ਬੈਠ ਰਹੇ ਨੇ, ਉਹ ਸਾਰਾ ਕੁਛ ਤਾਂ ਦੇ ਰਹੇ ਹੁੰਦੇ। ਇਹ ਤਾਂ ਬਹੁਤ ਘੱਟ ਲੋਕਾਂ ਦਾ ਨਸੀਬ ਹੁੰਦਾ ਹੈ। ਜੀ ਜੀ, ਇਹ ਸਾਡੀ ਖੁਸ਼ਬਖਤੀ, ਇਹ ਸਾਡੀ ਖੁਸ਼ਬਖਤੀ ਕਿ ਅਸੀਂ ਇਹਨਾਂ ਲੋਕਾਂ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਤੇ ਉਹ ਕਹਿੰਦੇ ਮੈਂ ਮੰਨਿਆ ਨਾਲ ਯਕੀਨ ਦੇ, ਮੈਂ ਵੇਖਿਆ ਅੱਖਾਂ ਨਾਲ ਉਹਦੇ ਹੱਥ ਚੰਦੀ ਯਾਸੀਨ ਦੀ, ਉਹਦੇ ਕੁੰਗਰ ਜੈਸੇ ਵਾਲ, ਤੇ ਮੈਂ ਮੰਨਿਆ ਨਾਲ ਯਕੀਨ ਦੇ, ਮੈਂ ਵੇਖਿਆ ਅੱਖਾਂ ਨਾਲ। ਤੇ ਜਦੋਂ ਕਿੰਨੇ ਅੱਖਾਂ ਨਾਲ ਵੇਖਿਆ ਹੋਵੇ, ਉਹ ਉਹ ਤੇ ਫਿਰ ਸਾਰੀ ਜ਼ਿੰਦਗੀ ਨਸ਼ੇ 'ਚ ਰਹਿੰਦਾ। ਅਸੀਂ ਅੱਜ ਵੀ ਨਜ਼ਾਕਤ ਅਲੀ ਖਾਨ, ਸਲਾਮਤ ਅਲੀ ਖਾਨ ਦੇ ਨਸ਼ੇ 'ਚ ਹੁੰਦੇ, ਯਕੀਨ ਕਰੋ, ਉਹਨਾਂ ਦਾ ਨਸ਼ਾ ਹੈ ਸਾਨੂੰ।
ਵਾਕਈ ਗੱਲ ਸਹੀ ਹੈ ਤੁਹਾਡੀ। ਅਸੀਂ ਹਲੇ ਵੀ ਜਦੋਂ ਵੀ ਦਿਲ ਕਰਦਾ ਹੈ ਜਦੋਂ ਸੁਣਦੇ ਹਾਂ ਗਮਕ ਤੋਂ ਡਰ ਜਾਂਦੇ ਨੇ ਲੋਕ ਕਹਿੰਦੇ ਹਾਲੇ ਕੀ ਕਰਦਾ ਪਿਆ, ਲੇਕਿਨ ਉਹਨਾਂ ਦੀ ਗਮਕ ਚ ਵੀ ਉਹ ਸੁਰ ਸੀ ਔਰ ਮਿਜ਼ਾਜ ਸੀ। ਕੀ ਦੱਸੀ ਜੀ ਬਿਲਕੁਲ, ਔਰ ਕਿਉਂਕਿ ਸਾਡੇ ਨਾਲ ਬੜੇ ਸਾਰੇ ਗੈਸਟ ਆਲਰੇਡੀ ਜੁੜ ਵੀ ਚੁੱਕੇ ਨੇ, ਸਾਰਿਆਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ। ਜਿਹੜੇ ਜਿਹੜੀ ਆਡੀਅੰਸ ਸਾਨੂੰ ਦੇਖ ਰਹੀ ਹੈ, ਤੁਸੀਂ ਇੰਨੇ ਸੁਰੀਲੇ ਫਨਕਾਰਾਂ ਨੂੰ ਸੁਣਦੇ ਹੋ, ਜਿਹੜੀ ਸਾਡੀ ਆਡੀਅੰਸ ਹੈ ਉਹ ਵੀ ਬੜੀ ਸੁਰੀਲੀ ਹੈ। ਸੋ ਥੈਂਕ ਯੂ ਗਾਇਸ, ਇਹ ਮਨ ਬੜੀ ਅੱਛੀ ਤੁਹਾਡੀ ਗੱਲ ਲੱਗੀ, ਤੁਸੀਂ ਕਿਹਾ ਮੇਰੇ ਸੁਰੀਲੀ ਆਡੀਅੰਸ ਹੈ, ਬੜੀ ਵੱਡੀ ਗੱਲ ਹੈ ਜੀ। ਘੱਟ ਹੈ ਲੇਕਿਨ ਜਿੰਨੀ ਵੀ ਹੈ ਸਾਰੇ ਬੜੇ ਸੁਰੀਲੇ ਨੇ, ਕਿਉਂਕਿ ਇਹੋ ਜਿਹਾ ਮਿਊਜ਼ਿਕ ਕੋਈ 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 ਹੈ ਜਿਹੜਾ ਕਿ ਹਜ਼ਾਰਾਂ ਦੇ ਵਿੱਚੋਂ ਇੱਕ ਦੀ ਨੰਬਰ ਹੁੰਦਾ ਇਸ ਤਰ੍ਹਾਂ ਦਾ। ਸਾਡੇ ਘਰੇ ਨਾ ਖਿਆਮ ਸਾਹਿਬ, ਵਾੜੇਕਰ ਸਾਹਿਬ, ਸਰਦੂਲ ਸਿਕੰਦਰ ਜੀ, ਹੰਸਰਾਜ ਹੰਸ, ਇਹ ਜਿੰਨੇ ਵੱਡੇ ਵੱਡੇ ਸਿੰਗਰ ਆਨੇ ਨੇ, ਇਹਨਾਂ ਨੇ ਆ ਕੇ ਨਾ ਉਹਨਾਂ ਦੇ ਪੈਰਾਂ ਚ ਬਹੀ ਜਾਣਾ। ਮੈਂ ਛੋਟਾ ਜਿਹਾ ਸੀ, ਮੈਂ ਕਿਹਾ ਕਿ ਕੌਣ ਸ਼ਖਸ ਹੈ ਕਿ ਜਿਹੜੀ ਦੁਨੀਆ ਆ ਰਹੀ ਪੈਰਾਂ ਤੇ ਬਹੀ ਜਾਂਦੀ ਹੈ ਔਰ ਬਸ ਬੈਠੀ ਹੈ ਔਰ ਆਪਣਾ ਬੈਠੇ ਨੇ, ਔਰ ਕਈ ਵਾਰੀ ਉਹਨਾਂ ਨੇ ਬੈਠੇ ਬੈਠੇ ਨੇ ਕੋਈ ਗੱਲ ਸੁਣਾ ਦੇਣੀ ਤੇ ਸਾਰਿਆਂ ਨੇ ਵਾਹ ਵਾਹ ਸ਼ੁਰੂ ਹੋ ਜਾਣਾ। ਵਾਹ! ਸੋ ਆਹ ਜਿਹੜੀ ਤੁਸੀਂ ਦੱਸਿਆ ਮੈਂ ਦੇਖਿਆ, ਐਂਡ ਮੈਂ ਦੂਜੇ ਬ੍ਰਦਰਸ ਨਾਲ ਵੀ ਰਿਹਾ, ਹੁਣ ਦੂਜੇ ਬ੍ਰਦਰਸ ਦੀ ਇੰਟਰੈਕਸ਼ਨ ਜਦੋਂ ਤੁਸੀਂ ਸਾਰੇ ਹੀ ਬ੍ਰਦਰ ਗਾ ਰਹੇ ਹੋ, ਸਾਰੇ ਮਾਸ਼ਾਅੱਲਾ ਬਹੁਤ ਸੁਰੀਲੇ ਹੋ ਤੁਸੀਂ ਸਾਰੇ, ਜਵਾਬ ਨਹੀਂ ਆਉਂਦਾ ਤੇ ਉਹਦੇ ਨਾਲ ਬੈਠ ਕੇ ਵੀ ਪਰਫਾਰਮੈਂਸ ਕੀਤੀ ਹੈ ਲਤਾਫਤ ਬਾਈ ਨੇ, ਕਾਫੀ ਅਸੀਂ ਇਕੱਠੇ ਵੀ ਗਾਉਂਦੇ ਰਹੇ। ਫਿਰ ਤੁਹਾਨੂੰ ਪਤਾ ਆਪਣਾ ਪ੍ਰੋਫੈਸ਼ਨਲ ਲਈ ਤੁਸੀਂ ਫਿਰ ਫਿਰਦੇ ਰਹਿੰਦੇ ਹੋ, ਕੋਈ ਕਿਤੇ ਚਲਾ ਗਿਆ, ਮੇਰੀ ਆਪਣੀ ਆਡੀਅੰਸ ਬਣ ਗਈ, ਉਹਨਾਂ ਦੀ ਆਪਣੀ ਆਡੀਅੰਸ ਬਣ ਗਈ, ਤੇ ਫਿਰ ਉਹ ਕਹਿੰਦੇ ਨੇ ਦੁਨੀਆ ਨੇ ਤੇਰੀ ਯਾਦ ਸੇ ਬੇਗਾਨਾ ਕਰ ਦਿਆ, ਤੁਝਸੇ ਵੀ ਦਿਲ ਫਰੇਬ ਹੈ ਗਮ ਰੋਜ਼ਗਾਰ ਕੇ। ਇਨਸਾਨ ਫਿਰ ਆਪਣੇ ਆਪਣੇ ਰੋਜ਼ਗਾਰ 'ਚ ਪੈ ਜਾਂਦਾ, ਤੇ ਬਹਰਹਾਲ ਅਸੀਂ ਸਭ ਇੱਕ ਦੂਸਰੇ ਨੂੰ ਯਾਦ ਰੱਖਣੇ, ਪਿਆਰ ਕਰਨੇ, ਇੱਕ ਦੂਸਰੇ ਤੇ ਆਪਣਾ। ਜੀ ਬਿਲਕੁਲ, ਔਰ ਸਾਡੇ ਕੁਛ ਆਡੀਅੰਸ ਹੈ ਜਿਹੜੇ ਬੜੇ ਖਾਸ ਨੇ, ਉਹਨਾਂ ਦੇ ਨਾਂ ਲੈ ਲਵਾਂ। ਰਹਿਣਾ ਜੀ ਵੈਸ਼ਨੋ ਦੇਵੀ ਤੋਂ, ਥੈਂਕ ਯੂ ਰਹਿਣਾ ਜੀ, ਤੁਸੀਂ ਹਰ ਪ੍ਰੋਗਰਾਮ ਦੇਖਦੇ ਹੋ। ਵਿਭਾ ਸ਼੍ਰੀਵਾਸਤਵਾ ਜੀ ਥੈਂਕ ਯੂ, ਅਦਾਬ ਨਮਸਤੇ ਕਹਿੰਦੇ ਨੇ। ਵਿਭਾ ਜੀ ਆਪ ਪਤਾ ਨਹੀਂ ਕੁਛ ਟਾਈਮ ਸੇ ਹਮਾਰੇ ਸਾਥ ਜੁੜਨਾ ਸ਼ੁਰੂ ਹੋਏ ਹੈ, ਥੈਂਕ ਯੂ ਸੋ ਮਚ। ਆਮਿਨ ਮਜ਼ਰ ਜੀ ਵਾਚਿੰਗ, ਔਰ ਯੂਸਫ ਖਾਨ, ਆਸ਼ਿਕ ਬਣਾ ਦਿੱਤਾ ਹੈ ਰਾਹੁਲ ਰਾਏ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਾਈ ਟੀਵੀ ਤੇ। ਆਈ ਹੋਪ ਹਮਾਰੀ ਪੰਜਾਬੀ ਔਰ ਹਿੰਦੀ ਆਪਕੋ ਸਮਝ ਮੇ ਆ ਰਹੀ ਹੈ, ਬਹੁਤ ਵੱਡੀ ਸ਼ਖਸੀਅਤ ਨੇ, ਅਸੀਂ ਤੁਹਾਡੇ ਹਿਊਜ ਫੈਨ ਆ। ਕੁਮਾਰ ਸਾਨੂੰ ਦਾ ਅਬ ਤੇਰੇ ਬਿਨ ਜੀ ਲੇਂਗੇ ਹਮ, ਇਹ ਮੈਨੂੰ ਬੜਾ ਪਸੰਦ ਹੈ, ਬਹੁਤ ਪਸੰਦ ਹੈ ਗਾਣਾ। ਜ਼ਹਿਰ ਜ਼ਿੰਦਗੀ ਕਾ ਪੀ ਲੇਂਗੇ ਹਮ, ਹਾਂਜੀ ਕੀ ਬਾਤ ਹੈ, ਜ਼ਹਿਰ ਜ਼ਿੰਦਗੀ ਕਾ ਜੀ ਲੇਂਗੇ ਹਮ, ਕਿਆ ਹੁਆ ਜੋ ਇੱਕ ਦਿਲ ਟੂਟ ਗਿਆ, ਕਿਆ ਹੁਆ ਜੋ ਇੱਕ ਦਿਲ ਟੂਟ ਗਿਆ, ਅਬ ਤੇਰੇ ਬਿਨ ਜੀ ਲੇਂਗੇ ਹਮ, ਜਬਰਦਸਤ ਸਾਨੂੰ ਸਾਹਿਬ ਨੇ ਕਮਾਲ ਗਾਇਆ, ਸਾਨੂੰ ਦਾਨੇ ਕਮਾਲ ਗਾਇਆ ਗਾਣਾ।
ਕਮਾਲ ਗਾਇਆ ਉਹਦੇ ਚ ਬੜਾ ਅੱਛਾ ਸ਼ਾਟ ਹੈਗਾ ਜਿਹੜਾ ਉਹ ਆਪਣੀ ਮਾਂ ਨੂੰ ਆ ਕੇ ਗਲੇ ਲਾ ਕੇ ਤੇ ਰੋਂਦਾ ਨਾ ਤੇ ਉਹਦੀ ਫਿਰ ਮਾਂ ਨੂੰ ਜਿਹੜੀ ਤਕਲੀਫ ਉਹਦੀ ਅੱਖਾਂ ਚ ਆਈ ਨਾ ਉਹ ਮੈਂ ਕਦੀ ਨਹੀਂ ਭੁੱਲ ਸਕਦਾ ਵਾਟ ਅ ਸ਼ਾਟ ਮੇਰੇ ਵੱਲੋਂ ਮੁਬਾਰਕਬਾਦ ਦੇ ਦਿਓ ਅੱਜ ਵੀ ਮੁਬਾਰਕਬਾਦ ਦੇ ਦੇਣ ਮੈਂ ਜੀ ਬਿਲਕੁਲ ਰਾਹੁਲ ਜੀ ਪਹਿਲੀ ਗੱਲ ਤੇ ਸਿੰਗਰ ਤੇ ਯਾਦ ਹੀ ਨਹੀਂ ਗਾਣੇ ਵੀ ਯਾਦ ਨਹੀਂ ਲੇਕਿਨ ਤੁਹਾਡੇ ਜਿਹੜੇ ਹੇਅਰ ਸਟਾਈਲ ਹੈ ਉਹ ਵੀ ਬੜਾ ਕਮਾਲ ਸੀ ਅੱਜ ਤੱਕ ਰਾਹੁਲ ਜੀ ਸਟਿਲ ਵੈਰੀ ਗੁੱਡ ਲੁਕਿੰਗ ਮਾਰਕੀਟ ਚ ਵੀ ਜਾਈਦਾ ਮਾਰਕੀਟ ਚ ਵੀ ਆਪਸ ਚ ਗਾ ਗਾ ਕੇ 12 ਸਾਲ ਉਦੋਂ ਵੀ ਖਰਾਬ ਕਰ ਦਿੱਤੇ ਤੇ ਉਹ ਤੋਂ ਬਾਅਦ ਚੋਂ ਪਤਾ ਲੱਗਾ ਲੋਕ ਤੇ ਰਾਤੋ ਰਾਤ ਗਾਣਾ ਬਣਾ ਕੇ ਇਹ ਕੁੜੀ ਲੱਗਦੀ ਪਿਸ਼ੌਰ ਦੀ ਇਹ ਕੁੜੀ ਲੱਗਦੀ ਲਾਹੌਰ ਦੀ ਕਰਕੇ ਤੇ ਕਰੋੜਪਤੀ ਹੋ ਗਈ ਗੱਡੀਆਂ ਦੇ ਵੱਡੇ ਲੈ ਅਸੀਂ ਤੇ ਅਸੀਂ ਰਕਸ਼ੀਆਂ 'ਚ ਫਿਰ ਵੀ ਜਾ ਰਹੇ ਕਦੀ ਬੈਗਨ ਦੇ ਇੰਤਜ਼ਾਰ ਖੜੇ ਕਦੀ ਰਕਸ਼ੀਆਂ 'ਤੇ ਕਦੀ ਬੱਸਾਂ ਤੇ ਗਾਣਾ ਸਾਡਾ ਬਹੁਤਾ ਸਾਡਾ ਗਾਣਾ ਬਹੁਤਾ ਜ਼ਿਆਦਾ ਗਾਣਾ ਤੇ ਉਹਨਾਂ ਦਾ ਕੁੜੀ ਲੱਗਦੀ ਪਿਸ਼ੌਰ ਦੀ ਕੁੜੀ ਲੱਗਦੀ ਬਿਲਾ ਉਹ ਉਹਨਾਂ ਨੇ ਮਾਸ਼ਾਅੱਲਾ ਬੜਾ ਅੱਛਾ ਗਾਇਆ ਬਹੁਤ ਸੋਹਣੇ ਮੁੰਡੇ ਬੜੇ ਅੱਛੇ ਆਲਾ ਮੈਂ ਇੱਥੇ ਤੁਹਾਨੂੰ ਇੱਕ ਗੱਲ ਕਹਿਣਾ ਚਾਹਾਂਗੀ ਤੇ ਉਹ ਐਂਜੀ ਆਉਂਦੇ ਨੇ ਔਰ ਐਂਜੀ ਜਾਂਦੇ ਨੇ ਤੁਸੀਂ ਲੋਕ ਜਿਹੜੇ ਅਸੀਂ ਹਲੇ ਵੀ ਤੁਹਾਨੂੰ ਉਨਾ ਹੀ ਪਿਆਰ ਕਰਦੇ ਆ ਜਿਵੇਂ ਪਹਿਲਾਂ ਕਰਦੇ ਸੀ ਨਹੀਂ ਮਿਹਰਬਾਨੀ ਤੇ ਉਹ ਫਿਰ ਖਿਆਲ ਹੈ ਮੇਰੇ ਕੁਛ ਦੋਸਤਾਂ ਨੇ ਮੈਨੂੰ ਮਸ਼ਵਰਾ ਦਿੱਤਾ ਉਹਨਾਂ ਨੇ ਕਿਹਾ ਖਾਨ ਸਾਹਿਬ ਖੁਦਾ ਦਾ ਵਾਸਤੇ ਕੋਈ ਆਮ ਗਾਣੇ ਵੀ ਬਣਾਓ ਆ ਪਬਲਿਕ ਜਨਤਾ ਵਾਸਤੇ ਆਮ ਜਨਤਾ ਵਾਸਤੇ ਤੇ ਉਹਨਾਂ ਨੂੰ ਵੀ ਕੁਛ ਸਮਝ ਆਵੇ ਗਾਣਿਆਂ ਦੀ ਉਹਨਾਂ ਨੂੰ ਵੀ ਕੋਈ ਪਤਾ ਲੱਗੇ ਖੈਰ ਫਿਰ ਅਸੀਂ ਆਮ ਗਾਣੇ ਵੀ ਬਣਾਏ ਤੇ ਉਹ ਮੇਰੇ ਗਾਣੇ ਮਸ਼ਹੂਰ ਹੋ ਗਏ ਕਾਸ਼ ਅੰਬੀ ਪੜ੍ਹੇ ਲਿਖੇ ਉੱਤੇ ਚਾਂਦ ਸੇ ਚਿਹਰੇ ਕਾ ਸਦਕਾ ਉਤਾਰਾ ਕੀਜੀਏ ਅੱਲਾ ਤੇਰਾ ਸ਼ੁਕਰੀਆ ਤੇਰਾ ਛਣਛਣ ਕਰਦਾ ਚੂਹਾ ਹਾਲਾਂਕਿ ਮੈਨੂੰ ਕੋਈ ਫੈਮਿਲੀ 'ਚ ਥੋੜ੍ਹੀ ਜਿਹੀ ਤਨਕੀਦ ਥੋੜ੍ਹੀ ਨਹੀਂ ਕਾਫੀ ਤਨਕੀਦ ਬਰਦਾਸ਼ਤ ਵੀ ਕਰਨੀ ਪਈ ਹੈ ਅੱਜ ਤੱਕ ਵੀ ਕਰੀ ਕਿਉਂਕਿ ਸਟੇਜ 'ਤੇ ਜਾ ਕੇ ਥੋੜ੍ਹੇ ਜਿਹੇ ਛਾੜਾ ਛੋੜਾ ਵੀ ਮਾਰੀ ਦੀਆਂ ਲੋਕਾਂ ਨੂੰ ਨਚਾਈ ਟਪਾਈ ਦਾ ਵੀ ਤੁਹਾਨੂੰ ਪਤਾ ਵੀ ਪੈਸਿਆਂ ਵਾਸਤੇ ਸਾਰਾ ਕੁਛ ਹੀ ਕਰਨਾ ਪੈਂਦਾ ਤੇ ਉਹ ਨਾ ਉਹਦੇ ਨਾਲ ਫਿਰ ਇਹ ਹੋਇਆ ਕਿ ਚਲੋ ਥੋੜ੍ਹਾ ਮਾਰਕੀਟ ਦੇ ਵਿੱਚ ਫਿਰ ਅੰਦਰ ਇਨ ਹੋਏ ਫਿਰ ਆਹਿਸਤਾ ਆਹਿਸਤਾ ਅੱਲਾ ਦਾ ਕਰਮ ਹੋ ਗਿਆ ਹੁਣ ਮੇਰੀ ਰੀਸੈਂਟਲੀ ਇੱਕ ਵਾਲੀ ਹਿੱਟ ਹੋਈ ਹੈ ਤੂੰ ਕੁਜਾ ਮਨ ਕੁਜਾ 200 million ਵਿਊਜ਼ ਹੋ ਗਏ ਉਹਦੇ ਪੂਰੇ ਆਲ ਓਵਰ ਵਰਲਡ ਦੇ ਵਿੱਚ ਕੋਈ 40 crore ਬੰਦੇ ਨੇ ਉਹ ਕਵਾਲੀ ਸੁਣੀ ਹੈ 40 crore ਬੰਦੇ ਨੇ ਕੋਈ ਮਜ਼ਾਕ ਨਹੀਂ ਹੈਗਾ ਤੇ ਇਹ ਮੇਰੇ ਖਾਨਦਾਨ ਦੀ ਜਿੱਤ ਹੈ ਔਰ ਦੂਸਰਾ ਜਿਸ ਹਸਤੀ ਵਾਸਤੇ ਮੈਂ ਪੜ੍ਹੀ ਹੈ ਉਹ ਹਸਤੀ ਦਾ ਸਦਕਾ ਜਿੱਤ ਤੁਹਾਡੇ ਕੋਲ ਬੈਠੇ ਹਾਂ ਤੇ ਇੰਟਰਵਿਊ ਕਰ ਰਹੇ ਹਾਂ ਕੀ ਬਾਤ ਹੈ ਤੇ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇੱਕ ਕਵਾਲੀ ਅਗਰ ਸਾਡੀ ਆਡੀਅੰਸ ਨੂੰ ਸੁਣਾ ਸਕੋ ਜਾਂ ਜੀ ਮੈਂ ਲਿਖੀ ਅੱਛਾ ਗਾਈ ਹੈ ਨੁਸਰਤ ਅਲੀ ਖਾਨ ਸਾਹਿਬ ਨੇ ਇਹ ਉਹਨਾਂ ਦੀ ਜੁੱਤੀਆਂ ਦਾ ਸਦਕਾ ਮਨ ਮਿਲੀ ਹੈ ਔਰ ਏ ਆਰ ਰਹਿਮਾਨ ਸਾਹਿਬ ਨੇ ਮੇਰੇ ਦੋਸਤ ਨੇ ਸ਼ਰਾਜ਼ ਉੱਪਲ ਉਹਨਾਂ ਨੂੰ ਕਿਹਾ ਸੀ ਕਿ ਰਹਿਮਾਨ ਸਾਹਿਬ ਨੂੰ ਉਹਨਾਂ ਨੇ ਇਹ ਜਿਹੜੀ ਕਵਾਲੀ ਹੈ ਉਹਨਾਂ ਨੇ ਇਨਾਮ ਦੇ ਤੌਰ ਤੇ ਦਿੱਤੀ ਸੀ ਨੁਸਰਤ ਅਲੀ ਖਾਨ ਸਾਹਿਬ ਨੇ ਅਰਲੀ 90s ਦੇ ਵਿੱਚ ਕਿ ਕੋਈ ਉਹਨਾਂ ਨੇ ਕਿਹਾ ਸੀ ਮੈਨੂੰ ਕੋਈ ਤੋਹਫਾ ਦਿਓ ਆਪਣੇ 뮤직 ਦਾ ਤੇ ਇਹ ਕਵਾਲੀ ਉਹਨਾਂ ਨੇ ਤੋਹਫੇ 'ਚ ਦਿੱਤੀ ਸੀ ਤੇ ਰਹਿਮਾਨ ਸਾਹਿਬ ਦੇ ਕਹਿਣੇ ਤੇ ਫਿਰ ਅਸੀਂ ਕੋਕ ਸਟੂਡੀਓ 'ਚ ਗਾਈ ਮੈਂ ਤੇ ਸ਼ਰਾਜ਼ ਉੱਪਲ ਸਾਹਿਬ ਨੂੰ ਤੇ ਅਸੀਂ ਤੁਹਾਨੂੰ ਉਹਦੇ ਕੁਝ ਚੰਦ ਅਸ਼ਾਰ ਬੜੇ ਖੂਬਸੂਰਤ ਪਹਿਲੇ ਲਫ਼ਜ਼ ਹੈਗਾ ਤੂੰ ਕੁਜਾ ਮਨ ਕੁਜਾ ਇਹਦਾ ਮਤਲਬ ਮੈਂ ਕਿੱਥੇ ਤੇ ਤੂੰ ਕਿੱਥੇ ਮੇਰੀ ਕੀ ਹਸੀਅਤ ਹੈਗੀ ਤੇਰੇ ਨਾਲ ਮੈਂ ਤੁਸੀਂ ਕਿੱਥੇ ਤੇ ਮੈਂ ਕਿੱਥੇ ਜੀ ਬਿਲਕੁਲ ਹਸਨ ਭਾਈ ਦੇ ਨਾਲ ਹਸਨ ਭਾਈ ਨੂੰ ਵੀ ਇੱਕ ਤਾਲੀ ਵਜਾ ਦਿਓ ਥੋੜੀ ਜੀ ਮੇਰਾ ਕੀਬੋਰਡ ਪਲੇਅਰ ਮਿਹਰਬਾਨੀ ਥੈਂਕ ਯੂ ਹਾਂਜੀ ਇਸ ਇੰਟਰਵਿਊ ਦੀ ਬਰਕਤ ਵਾਸਤੇ ਹੋਰ ਬਰਕਤ ਵੱਧ ਜਾਏਗੀ Ya Nabi Ya Nabi Sallu Alaihi Wa Alihi Halka rakhe Drum kata do Drum kata do तू कुजा मन कुजा तू कुजा मन कुजा तू कुजा मन कुजा तू कुजा मन कुजा तू अमीरे हरम मैं फकीरे हजम तू अमीरे हरम मैं फकीरे हजम ਤੇਰੇ ਗੁਣ ਗੌਰੀਏ ਲਬ ਮੈਂ ਤਲਬ ਗੀ ਤਲਬ ਤੇਰੇ ਗੁਣ ਗੌਰੀਏ ਲਬ ਮੈਂ ਤਲਬ ਗੀ ਤਲਬ ਤੂੰ ਅਤਾ ਗੀ ਗਤਾ ਤੂੰ ਕੁਜਾ ਬਨ ਕੁਜਾ
तू को जा मन को जा। ऐप बस प्रवाह में वो कटाओ, ड्रम कटाओ। इल्हाम है जामा तेरा, इल्हाम है जामा तेरा, कुरआन इमामा है तेरा, कुरआन इमामा है तेरा, मिंबर तेरा अरिशे परी, मिंबर तेरा अरिशे परी, या रहमत लिल आलमी, तू को जा मन को जा, तू को जा मन को जा। तू हकीकत है मैं सिर्फ एक सांस हूँ, तू समंदर में भटकी हुई प्यास हूँ, तू हकीकत है मैं सिर्फ एक सांस हूँ, तू समंदर में भटकी हुई प्यास हूँ, मेरा घर खाक पर और तेरी ना गुजर, मेरा घर खाक पर और तेरी ना गुजर, सिदरातुल मुल्तहा तू को जा मन को जा, तू को जा मन को जा, तू है एहराम अनिवार बांधे हुए, मैं दुरूदों की दस्तार बांधे हुए, तू है अखेरा तू है अखेरा में अनिवार्य बांधे हुए, मैं दुरूदों की दस्तार बांधे हुए, काबाए इश्क तू मैं तेरे चार सू, काबाए इश्क तू मैं तेरे चार सू, तू असर में दुआ तू को जा मल पूजा, तू को जा मल पूजा। आए तेरा तस्वुर मुझे थामने, डगमगाऊं जो हालात के सामने, आए तेरा तस्वुर मुझे थामने, मेरी खुशकिस्मती मैं तेरा उम्मती, मेरी खुशकिस्मती मैं तेरा उम्मती, दिल से निकले सदा तू को जा मन को जा, तू को जा मन को जा, तू को जा मन को जा, तू को जा मन को जा। क्या बात, वाजो, शुक्रिया शुक्रिया। गाते मैं 2 घंटे सकने कल्ली कवाली, बस मैं तानु जरा ट्रेलर ही चला रहा चीजां दे। नहीं ठीक है, बहुत बढ़िया और बड़ा मुश्किल भी है कल्ला। ਤੁਹਾਡੇ ਵਰਗੇ ਬੰਦਾ ਐਡਾ ਵੱਡਾ ਉਸਤਾਦ ਸਾਨੂੰ ਇੰਨਾ ਸਮਾਂ ਦੇ ਰਿਹਾ ਸਾਡੇ ਅਸਤੇ ਬੜੀ ਖੁਸ਼ਕਿਸਮਤ ਆ। ਇਹ ਦੇਖੋ ਮੇਰੇ ਹੱਥ ਜੁੜੇ ਮਨ ਸ਼ਰਮਿੰਦਾ ਨਾ ਕਰੋ, ਇਹ ਹੱਥ ਜੁੜੇ ਨਹੀਂ ਨਹੀਂ। ਤੁਹਾਨੂੰ ਸਾਡੀ ਦਿੱਲੀ ਦੀ ਇੱਕ ਬਹੁਤ ਖਾਸ ਹਸਤੀ ਦੇਖ ਰਹੀ ਹੈ, ਡੋਲੀ ਜੀ, ਡੋਲੀ ਜੁਟਲਾ ਜੀ। ਹਾਂ ਡੋਲੀ ਜੀ, ਅੱਛਾ ਅੱਛਾ ਅੱਛਾ, ਮੇਰਾ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੋਲੋ। ਔਰ ਡੋਲੀ ਜੀ ਤੇ ਸਾਡੀ ਆਪਣੀ ਫੈਮਿਲੀ ਹੈ, ਔਰ ਮੇਰੀ ਛੋਟੀ ਭੈਣ ਹੈ ਉਹ, ਔਰ ਅੱਲਾਹ ਨੂੰ ਜ਼ਿੰਦਗੀ ਦੇਵੇ, ਤੰਦਰੁਸਤੀ ਦੇਵੇ। ਔਰ ਉਹਨਾਂ ਦੇ ਭਾਈ ਬੌਬੀ ਜੁਟਲੇ ਲੰਡਨ 'ਚ ਬੜਾ ਉਹਨਾਂ ਨੇ ਮੇਰੇ ਨਾਲ ਵਜਾਇਆ, ਅੱਜ ਕੱਲ੍ਹ ਉਹ ਅਮੈਰੀਕਾ ਚਲੇ ਗਏ ਨੇ,
बॉबी शुक्ले बहुत बहुत जबरदस्त तबला प्लेयर ने, और अपना साड़ी जड़ी है छोटी भैन संदीली तो देख रही है, खुद बाजा फड़ के कमाल गाते ने, ਇਹਨਾਂ ਨੂੰ ਕੀ ਗਾਣਾ ਸੁਣਾਉਣਾ ਸੀ, ਖੁਦ ਬਹੁਤ ਹੀ ਬਹੁਤ ਸੋਹਣਾ ਗਾਉਂਦੇ ਨੇ, ਮਾਸ਼ਾਅੱਲਾ ਬਹੁਤ ਸੋਹਣੀ ਰੂਹ ਹੈ ਜੀ, ਬੜੀ ਰੂਹਦਾਰੀ ਵਾਲੀ ਰੂਹਦਾਰੀ ਵਾਲੀ ਲੱਗੀ। ਮੇਰੀ ਭੈਣ ਸੋਹਣੀ ਵੀ ਬੜੀ ਬੜੀ ਖੂਬਸੂਰਤ ਹੈ। ਹਾਂ ਬਿਲਕੁਲ, ਮੈਂ ਮੇਰੀ ਕੱਲ ਇਹਨਾਂ ਨਾਲ, ਮੇਰੀ ਤਾਂ ਵੱਡੀ ਭੈਣ ਹੈ ਜੀ, ਉਹ ਮੇਰੀ ਬਿਲਕੁਲ ਵੱਡੇ ਭੈਣਾਂ ਵਾਂਗੂ ਹੀ ਪਿਆਰਾ ਸਾਡਾ। ਕੱਲ ਉਹ ਮੈਨੂੰ ਵੀਡੀਓ ਭੇਜ ਰਹੇ ਐਕਸਰਸਾਈਜ਼ ਦੀ, 10 ਕਿਲੋ ਦੀ ਬੋਰੀ ਲੈ ਕੇ ਆਟੇ ਦੀ ਉਹ ਪੂਰੀ ਐਕਸਰਸਾਈਜ਼ ਕਰ ਰਹੇ, ਤੇ ਮੈਂ ਕਿਹਾ ਮਾਈ ਗੋਡ, ਉਹਨਾਂ ਨੂੰ ਕਹੋ ਖੁਦਾ ਦਾ ਵਾਸਤਾ ਦਰਿਆਗੰਜ ਜਾ ਕੇ ਤੇ ਉੱਥੇ ਕੋਰਮਾ ਖਾਣੇ ਕਿਹੜੇ ਕੰਮਾਂ 'ਚ। ਉਸ ਤੋਂ ਬਾਅਦ ਫਿਰ ਉਹਨਾਂ ਨੇ ਵੱਡਾ ਸਾਰਾ ਟਰੱਕ ਦਾ ਟਾਇਰ ਲਿੱਤਾ ਤੇ ਉਹਨੂੰ ਪੁਸ਼ ਅਰਾਊਂਡ ਕਰ ਰਹੇ ਸੀਗੇ ਐਕਸਰਸਾਈਜ਼ ਨਾਲ, ਤੇ ਮੈਂ ਐਂਡ 'ਚ ਕਿਹਾ, ਮੈਂ ਕਿਹਾ ਤੁਸੀਂ ਸੁਪਰ ਵੂਮੈਨ ਹੋ ਜੀ, ਅਸੀਂ ਨਹੀਂ ਇਹ ਸਭ ਕਰ ਸਕਦੇ। ਸਤਿ ਅਕਾਲ, ਨਮਸਤੇ, ਸਲਾਮ ਅਲੈਕੁਮ ਜੀ। ਔਰ ਇਰਸ਼ਾਦ ਸਾਬਰੀ ਜੀ ਸਾਨੂੰ ਦੇਖ ਰਹੇ ਨੇ, ਇਰਸ਼ਾਦ ਥੈਂਕ ਯੂ, ਵੈਸੇ ਬਹੁਤ ਸੁਰੀਲਾ ਮੁੰਡਾ ਹੈ ਵੀ, ਬੜੀ ਰੂਹਦਾਰੀ ਵਾਲਾ ਹੈ। ਨਜ਼ਰ ਲੱਗ ਗਈ ਉਹਨੂੰ, ਐਡੇ ਸੋਹਣੇ ਆਰਟਿਸਟ ਨੂੰ ਨਜ਼ਰ ਲੱਗ ਤੀ ਕਿਸੇ ਨੇ, ਅੱਲਾ ਉਹਨੂੰ ਬਰੀਕ ਰਹਿਮਤ ਕਰੇ। ਬਿਲਕੁਲ ਜੀ, ਸੁਭਾਨ ਸੁਲਤਾਨੀ ਜੀ ਵਾਚਿੰਗ, ਔਰ ਮੈਂ ਸੋਰੀ ਜਿਹਦੇ ਜਿਹਦੇ ਨਾਮ ਨਾ ਲੈ ਸਕਾਂ ਬੜੀ ਬੜੀ ਮਾਫੀ ਚਾਹਵਾਂਗੀ, ਗੁਲਸ਼ਨ ਜੀ, ਇਰਫਾਨ ਜੀ, ਹੋਰ ਕੌਣ ਕੌਣ ਦਿਖ ਰਿਹਾ, ਮੈਨੂੰ ਦਿਖ ਨਹੀਂ ਰਿਹਾ ਹਾਲੇ ਕੋਈ ਹੋਰ, ਲੇਕਿਨ ਫਰਮਾਇਸ਼ ਆਪਣੇ ਇਰਸ਼ਾਦ ਜੀ ਆਪਣੇ ਕਿਆ ਫਰਮਾਇਸ਼ ਕੀ ਰਹੀ ਹੈ, ਮੇਰੀ ਵਫਾਏ ਯਾਦ ਕਰੇਗੀ, ਬੇਵਫਾ, ਹਾਂ ਮੇਰੀ ਵਫਾਏ ਯਾਦ ਕਰੋਗੇ, ਇਹ ਗਜ਼ਲ ਹੈਗੀ ਹੈ, ਮੈਂ ਇਨਸ਼ਾਅੱਲਾ ਜ਼ਰੂਰ ਸੁਣਾਵਾਂਗਾ ਕਿਸੇ ਦੇ, ਤਬਲੇ ਦੇ ਨਾਲ ਅੱਛੀ ਲੱਗੇਗੀ, ਸੋਹਣੀ ਲੱਗੇਗੀ ਜੀ। ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਤਬਲੇ ਵਾਲੇ ਦਾ ਰਕਸ਼ਾ ਖਰਾਬ ਹੋ ਗਿਆ, ਰਕਸ਼ਾ ਉਹਨੂੰ ਕੋ ਰਕਸ਼ੇ ਦੇ ਟਾਇਰ ਚੁੱਕਣੇ ਸ਼ੁਰੂ ਕਰ ਦੇ। ਤੁਹਾਡਾ ਜਿਹੜਾ ਇੰਡੀਆ ਦਾ ਟ੍ਰਿਪ ਸੀਗਾ, ਪਹਿਲੀ ਵਾਰੀ ਤੁਸੀਂ ਐਸੇ ਫਿਲਮੀ ਸੌਂਗ ਲਈ ਗਏ ਸੀ ਜਾਂ ਐਸੇ ਟੂਰ ਗਏ ਸੀ, ਕਿਵੇਂ ਸੀਗਾ ਪਹਿਲਾਂ ਇੰਡੀਆ ਦਾ ਟ੍ਰਿਪ ਤੁਹਾਡਾ? ਪਹਿਲੀ ਦਫਾ ਤੇ ਮੈਂ ਆਪਣੇ ਚਾਚਾ ਨਾਲ ਗਿਆ ਸੀ 97 ਚ, ਉਸਤਾਦ ਜ਼ਾਕਰ ਅਲੀ ਖਾਨ ਸਾਹਿਬ ਨਾਲ, ਆਈ ਵਾਜ਼ ਅ ਵੈਰੀ ਯੰਗ ਮੈਨ ਐਟ ਦੈਟ ਟਾਈਮ, ਔਰ ਉਦੋਂ ਮੇਰੀ ਮੁਲਾਕਾਤ ਹੋਈ ਸੀ ਡੋਲੀ ਸਾਹਿਬਾ ਦੇ ਨਾਲ, ਤੇ ਮੈਂ ਘਰ ਵੀ ਗਿਆ ਸੀ ਇਹਨਾਂ ਦੇ ਜਿਹੜੇ ਸ਼ੋਹਰ ਨੇ ਸ਼ੀਨੂ ਜੀ, ਸ਼ੀਨੂ ਕਨਵਰ ਜੀ, ਮੇਰੇ ਬੜੇ ਅੱਛੇ ਦੋਸਤ ਵੀ ਨੇ, ਬੜੇ ਹੀ ਪਿਆਰੇ ਇਨਸਾਨ, ਉਹਨਾਂ ਨੇ ਸਾਨੂੰ ਬੜਾ ਉੱਥੇ ਐਪਰੀਸ਼ੀਏਟ ਕੀਤਾ, ਸਾਡੀਆਂ ਮਹਿਫਲਾਂ ਇਹਨਾਂ ਨੇ ਰੱਖੀਆਂ, ਸਾਨੂੰ ਬੜੀ ਮੁਹੱਬਤ ਕੀਤੀ, ਸਾਨੂੰ ਬੜਾ ਐਪਰੀਸ਼ੀਏਟ ਕੀਤਾ। ਔਰ ਉਸ ਤੋਂ ਬਾਅਦ ਮੈਂ 99 'ਚ ਗਿਆ, ਮੇਰਾ ਉੱਥੇ ਗਾਣਾ ਸੀ, ਜਵਾਹਰ ਬੱਟਲ ਸਾਹਿਬ ਵੀ ਉੱਥੇ ਮਿਊਜ਼ਿਕ ਡਾਇਰੈਕਟਰ ਹੁੰਦੇ ਸੀ ਜਿਹੜੇ ਦਲੇਰ ਮਹਿੰਦੀ ਸਾਹਿਬ ਦੇ ਨਾਲ ਕੰਮ ਕਰਦੇ ਸੀ, ਉਹਨਾਂ ਨੇ ਮੇਰਾ ਗਾਣਾ ਕੱਢਿਆ ਸੀ, ਹਾਸਬ ਦਾ ਗਾਣਾ ਸੀ, ਮੈਂ ਯਾਰ ਯਾਰ ਕਹਿਣਾ ਮੈਂ ਪਿਆਰ, ਅੱਖੀਆਂ ਲੜ ਗਈਆਂ, ਉਹ ਮੈਂ ਗਾਣਾ ਗਾਇਆ ਸੀ 90, ਬੜਾ ਮਸ਼ਹੂਰ ਹੋਇਆ ਸੀ ਉੱਥੇ ਹਿੰਦੁਸਤਾਨ ਦੇ ਵਿੱਚ, ਇੱਕ ਪੰਜਾਬੀ ਮੁੰਡਾ, ਇੱਕ ਐਲਬਮ ਆਇਆ ਸੀ ਉਦੋਂ, ਕੈਸਟਾਂ ਹੁੰਦੀਆਂ ਸੀ, ਤੁਹਾਨੂੰ ਯਾਦ ਹੈ ਕਿੰਨਾ, ਮਤਲਬ ਸੀਡੀਆਂ ਵੀ ਆਉਣੀਆਂ ਸ਼ੁਰੂ, ਹਾਂਜੀ, ਅਤੇ ਉਹ ਟਿਪਸ ਕੰਪਨੀ ਨੇ ਕੀਤੇ ਸੀ, ਫਿਰ ਮੈਂ ਸਾਈਨ ਕੀਤਾ ਸੀ ਮੈਗਨਾ ਸਾਊਂਡ ਨੂੰ, ਕਿਸੇ ਵਜ੍ਹਾ ਨਾਲ ਐਲਬਮ ਨਹੀਂ ਹੋ ਸਕਿਆ, ਜਿਹਦੇ ਨਾਲ ਅਦਨਾਨ ਸਮੀ ਖਾਨ ਸਾਹਿਬ ਨੇ ਵੀ ਕੰਮ ਕੀਤਾ, ਜਿਹਨਾਂ ਦੀ ਵਜ੍ਹਾ ਨਾਲ ਮਸ਼ਹੂਰ ਹੋਇਆ ਅਦਨਾਨ ਸਮੀ, ਸ਼ਸ਼ੀ ਗੋਪਾਲ ਉਹਨਾਂ ਦੇ ਹੈੱਡ ਸਨ, ਉਹਨਾਂ ਨੇ, ਮੈਂ ਵੀ ਉਹਨਾਂ ਦੇ ਨਾਲ ਕੰਮ ਕੀਤਾ, ਲੇਕਿਨ ਥੋੜ੍ਹੀ ਬਦਨਸੀਬੀ ਰਹੀ, ਅਨਫੋਰਚੁਨੇਟਲੀ ਕੰਮ ਕੁਛ ਨਹੀਂ ਹੋ ਸਕੇ, ਫਿਰ ਇੰਡੀਆ ਪਾਕਿਸਤਾਨ ਦੀ ਰਿਲੇਸ਼ਨ ਐਸੀ ਹੈਗੀ ਹੈ ਕਿ ਉਹ ਫਲੈਕਚੁਏਟ ਹੁੰਦੀ ਰਹਿੰਦੀ ਹੈ, ਉੱਚੀ ਨੀਵੀਂ ਹੁੰਦੀ, ਕਦੀ ਬਹੁਤ ਚੰਗੀ ਹੁੰਦੀ ਸੀ ਉਦੋਂ, ਕਦੀ ਫਿਰ ਖਰਾਬ ਹੋ ਜਾਂਦੀ ਸੀ, ਹੁਣ ਤਾਂ ਬਹੁਤ ਹੀ ਮੁਸ਼ਕਿਲ ਹੋ ਗਿਆ ਆਉਣਾ ਜਾਣਾ। ਮੈਂ ਆਖਰੀ ਪ੍ਰੋਗਰਾਮ 2016 'ਚ ਕਰਕੇ ਆਇਆ ਜਸ਼ਨੇ ਰੇਖਤਾ, ਉਹ ਕੋਈ 8-10 ਹਜ਼ਾਰ ਲੋਕ ਬੈਠਦੇ ਨੇ, ਅਤੇ ਮੈਂ ਉੱਥੇ ਬਹਿ ਕੇ ਗਜ਼ਲਾਂ ਗੁਜ਼ਲਾਂ ਗਾਈਆਂ, ਔਰ ਮੇਰਾ ਬੇਟਾ ਵੀ ਮੇਰੇ ਨਾਲ ਸੀ ਬਖਤ ਅਲੀ ਖਾਨ, ਅਤੇ ਬਹੁਤ ਹੀ ਮਨਪਸੰਦ ਕੀਤਾ ਗਿਆ ਉੱਥੇ, ਮੇਰਾ ਦਿੱਲੀ 'ਚ ਇਸ ਤਰ੍ਹਾਂ ਨਾਮ ਹੋ ਗਿਆ ਸੀ ਕਿ ਇੱਕ ਦਿਨ ਦੇ ਵਿੱਚ ਪੂਰੀ ਦਿੱਲੀ ਨੇ ਮਨ ਪਛਾਣ ਲਿਆ ਸੀ, ਅਤੇ ਬਸ ਬਦਨਸੀਬੀ ਫਿਰ ਦੁਬਾਰਾ ਸ਼ੋਅ ਰੱਖੇ ਕੁਛ ਲੋਕਾਂ ਨੇ ਮੇਰੇ 2017 ਦੇ ਵਿੱਚ, ਉਹ ਕਿਸੇ ਵਜ੍ਹਾ ਨਾਲ, ਫਿਰ ਤੁਹਾਨੂੰ ਪਤਾ ਹਾਲਾਤ ਐਸੇ ਹੋ ਜਾਂਦੇ, ਅੱਲਾ ਕਦੀ ਅੱਛਾ ਕਰੇਗਾ, ਅੱਲਾ ਤਾਲਾ ਕਦੀ ਚੰਗਾ ਵਕਤ ਵੀ ਲਿਆਏਗਾ, ਔਰ ਮੇਰੀ ਦੁਆ ਹੈ ਲੈ ਦੋਨਾਂ ਮੁਲਕਾਂ ਨੂੰ ਅੱਲਾ ਅਮਨ ਦੀ ਤੌਫੀਕ ਅਤਾ ਫਰਮਾਵੇ। ਬਿਲਕੁਲ, ਬੰਬੇ ਫਿਰ ਮੈਂ ਇੱਕ ਫਿਲਮਾਂ 'ਚ ਗਾਇਆ ਜਾ ਕੇ, ਜਿਹਦੇ 'ਚ ਮੈਨੂੰ, ਸੋਰੀ ਮੈਂ ਮੁਕੰਮਲ ਕਰਦਾ, ਰਾਕੇਸ਼ ਰੋਸ਼ਨ ਮਿਲੇ, ਜਤਿੰਦਰ ਜੀ ਦੇ ਘਰ ਮੈਂ ਮਹਿਫਿਲ ਕੀਤੀ ਸੀ, ਬੱਪੀ ਲਹਿਰੀ ਦੀ ਬੇਟੀ ਦੀ ਸ਼ਾਦੀ 'ਤੇ ਗਾਇਆ ਸੀ, ਅਤੇ ਉਹ ਜਦੋਂ ਤੁਸੀਂ ਕਿਸੇ ਕੋਲ ਗਾਣਾ ਮੰਗਣ ਜਾਓ ਨਾ, ਕਹੋ ਮੈਨੂੰ ਗਾਣਾ ਦੇ ਦਿਓ, ਤਾਂ ਗਾਣਾ ਨਹੀਂ ਮਿਲਦਾ ਤੁਹਾਨੂੰ, ਅਤੇ ਜਦੋਂ ਤੁਹਾਡੀ ਦੋਸਤੀ ਹੁੰਦੀ ਹੈ, ਤੁਸੀਂ ਬੈਠਦੇ ਹੋ, ਖਾਂਦੇ ਪੀਂਦੇ ਹੋ, ਸੁਣਾਉਂਦੇ ਹੋ ਗਾਣਾ, ਅਤੇ ਫਿਰ ਉਹਨਾਂ ਦੇ ਦਿਮਾਗ 'ਚ ਆਉਂਦੀ ਗੱਲ, ਕਿਉਂਕਿ ਉਹ ਵੱਡੇ ਲੋਕ ਨੇ, ਉਹਨਾਂ ਦੇ ਕੋਲ ਟਾਈਮ ਨਹੀਂ ਹੈਗਾ ਕਿ ਉਹ ਕਿਸੇ ਨੂੰ ਗਾਣਾ ਦਿੰਦੇ। ਫਿਰ ਮੈਂ ਜਤਿੰਦਰ ਦੇ ਘਰ 6.5 ਘੰਟੇ ਗਾਇਆ,
ਮੇਰੇ ਦੋਸਤ ਆਏ ਸਰਵਨਬੀਰ ਸਾਹਿਬ ਮੇਰੇ ਨਾਲ ਸੀ, ਉਹ ਵੀ ਮੈਨੂੰ ਲਾਣ ਲੈ ਕੇ ਗਏ, ਅਸੀਂ ਇਕੱਠੇ ਗਏ ਦੋਨੋਂ। ਤੋ ਮੇਰੇ ਦੋਸਤ ਨੇ ਮੈਨੂੰ ਬੜਾ ਉੱਥੇ ਪ੍ਰਮੋਟ ਕੀਤਾ, ਉਹ ਇੱਕ ਬਹੁਤ ਵੱਡੇ ਜਰਨਲਿਸਟ ਹੈਗੇ ਨੇ, ਉਹ ਮੈਨੂੰ ਨਾਲ ਲੈ ਕੇ ਗਏ ਸੀ। ਅਸੀਂ ਦਲੀਪ ਸਾਹਿਬ ਨੂੰ ਮਿਲੇ, ਫਿਰ ਅਸੀਂ ਰਾਕੇਸ਼ ਰੋਸ਼ਨ ਮਿਲੇ, ਗੁਲਜ਼ਾਰ ਸਾਹਿਬ ਨੂੰ ਮਿਲੇ, ਅਤੇ ਫਿਰ ਰਾਕੇਸ਼ ਰੋਸ਼ਨ ਨਾਲ ਮੇਰੀ ਇੰਟਰੈਕਸ਼ਨ ਹੋ ਗਈ। ਉਸ ਤੋਂ ਬਾਅਦ ਮੈਨੂੰ ਮਹੇਸ਼ ਭੱਟ ਨੇ ਬਹੁਤ ਪਿਆਰ ਕੀਤਾ, ਮਹੇਸ਼ ਭੱਟ ਤਾਂ ਮੈਨੂੰ ਬਿਲਕੁਲ ਆਪਣੇ ਘਰ ਦਾ ਫਰਜ਼ ਸਮਝਦੇ ਨੇ। ਫਿਰ ਮੈਨੂੰ ਪੂਜਾ ਭੱਟ ਨੇ ਆਪਣੀ ਫਿਲਮ 'ਚ ਚਾਂਸ ਦਿੱਤਾ, ਫਿਰ ਮੈਨੂੰ ਉਹ ਦੇਣਾ ਚਾਹ ਰਹੇ ਸੀ ਇੱਕ ਸਹਾਰਾ ਮਿਊਜ਼ਿਕ 'ਚ ਐਜ਼ ਏ ਐਂਕਰ ਪਰਸਨ ਦੇ ਨਾਲ ਦੇ ਤੌਰ 'ਤੇ ਨਾ। ਉਦੋਂ ਮੈਂ ਬੜਾ ਔਰ ਬੜਾ ਅੱਛਾ ਬੋਲਦਾ ਸੀ ਉਸ ਦੌਰ 'ਚ, ਅਤੇ ਮੈਨੂੰ ਉਹਨਾਂ ਨੇ ਚਾਂਸ ਦਿੱਤਾ, ਅਤੇ ਉਹ ਉਦੋਂ ਫਿਰ 26/11 ਜੋੜਾ ਹੋ ਗਿਆ ਸੀ ਜਿਹੜਾ ਬੰਬੇ ਦੇ ਵਿੱਚ ਇੱਕ ਬੜਾ ਵੱਡਾ ਵਾਕਿਆ ਹੋ ਗਿਆ ਸੀ, ਉਹਦੀ ਵਜ੍ਹਾ ਨਾਲ ਉਹ ਪ੍ਰੋਗਰਾਮ ਮੇਰਾ ਮਿਸ ਹੋ ਗਿਆ। ਅਤੇ ਉਹ ਫਿਰ ਤੁਹਾਨੂੰ ਪਤਾ ਕਿਸਮਤ ਘੇਰਦੀ ਰਹਿੰਦੀ ਬੰਦੇ ਨੂੰ, ਨਹੀਂ ਮਿਲਦੀ। ਫਿਰ ਅਸੀਂ ਆਪਣਾ ਗਾਣਾ ਤਾਂ ਛੱਡਣਾ ਨਹੀਂ ਸੀ ਨਾ, ਗਾਣਾ ਤਾਂ ਗਾਉਣਾ ਹੀ ਸੀ। ਅਲਹਮਦੁਲਿਲਾ ਫਿਰ ਪਾਕਿਸਤਾਨ 'ਚ ਵੀ ਅੱਲਾ ਨੇ ਨਾਮ ਦਿੱਤਾ ਬੜਾ। ਹੁਣ ਮੇਰੀ ਇਹ ਕਵਾਲੀ ਜਿਹੜੀ ਇਸ ਵਕਤ ਦੁਨੀਆ ਦੇ ਉੱਤੇ ਪੂਰੇ ਵਰਲਡ ਉੱਤੇ ਇਸ ਵੇਲੇ ਛਾਈ ਹੈ ਕਵਾਲੀ, ਅਤੇ ਅੱਲਾ ਨੇ ਬੜੀ ਮਿਹਰਬਾਨੀ ਫਰਮਾਈ। ਲੇਕਿਨ ਇਹ ਕੋਵਿਡ-19 ਦੀ ਵਜ੍ਹਾ ਨਾਲ ਅਸੀਂ ਹੁਣ ਸਾਰੇ ਘਰਾਂ 'ਚ ਬੈਠੇ, ਅਤੇ ਚਲੋ ਜ਼ਿੰਦਗੀ 'ਚ ਜਿਸ ਤਰ੍ਹਾਂ ਵੀ ਅੱਲਾ ਰੱਖੇ ਬੰਦੇ ਨੂੰ ਰਹਿਣਾ ਚਾਹੀਦਾ। ਜ਼ਿੰਦਗੀ ਦੇ ਦੋ ਅਸੂਲ ਬਣਾ ਲਓ, ਜਦੋਂ ਖੁਸ਼ੀ ਆਵੇ ਤਾਂ ਗਰੂਰ ਨਾ ਕਰੋ, ਅਤੇ ਦੁੱਖ ਆਵੇ ਤਾਂ ਸਬਰ ਕਰੋ, ਸਾਰੀਆਂ ਚੀਜ਼ਾਂ ਠੀਕ ਹੋ ਜਾਂਦੀਆਂ। ਬਹੁਤ ਵਧੀਆ। ਅੱਛਾ ਹੁਣ ਇੱਕ ਹੋਰ ਮੈਂ ਪੁੱਛਣਾ ਚਾਹਾਂਗੀ, ਕਿਉਂਕਿ ਹੁਣ ਕਲਾਸੀਕਲ ਵਾਲੇ ਪਾਸੇ ਤਾਂ ਹੋ ਗਏ ਆ। ਮਹੇਸ਼ ਭੱਟ ਜੀ ਦੀ ਤੁਸੀਂ ਗੱਲ ਕੀਤੀ, ਪਾਗਲਪਨ ਦੇ ਵਿੱਚ, ਪਾਗਲਪਨ ਦੇ ਵਿੱਚ ਵੀ ਤੁਸੀਂ ਇੱਕ ਗਾਣਾ ਗਾਇਆ, ਅਵਾਰਾਪਨ, ਸੌਰੀ, ਯੈਸ, ਅਵਾਰਾਪਨ। ਤੇ ਇੱਕ ਇੱਕ ਹੌਟ ਬੰਦੇ ਨੂੰ ਛੱਡ ਕੇ, ਰਿਤਿਕ ਰੋਸ਼ਨ ਨੂੰ ਛੱਡ ਕੇ, ਮੁੜ ਕੇ ਇੱਕ ਹੋਰ ਹੌਟ ਬੰਦੇ ਨਾਲ ਤੁਸੀਂ ਆਵਾਜ਼ ਦਿੱਤੀ ਆਪਣੀ। ਹਾਂਜੀ, ਮੈਨੂੰ ਅੱਛੀ ਤਰ੍ਹਾਂ ਯਾਦ ਹੈ, ਮੈਂ ਜਦੋਂ ਗਾਣਾ ਲੈ ਕੇ ਗਿਆ ਸੀ ਤੇ ਉਦੋਂ ਸਾਰੇ ਬੈਠੇ ਹੋਏ ਸੀ, ਪ੍ਰੀਤਮ ਵੀ, ਇਮਰਾਨ ਹਾਸ਼ਮੀ ਸਾਹਿਬ ਵੀ, ਪੂਜਾ ਭੱਟ ਵੀ, ਸਭ ਲੋਕ ਬੈਠੇ ਹੋਏ ਸੀ। ਤੇ ਮੈਂ ਕਮਰੇ ਦੇ ਵਿੱਚ ਮੁਕੇਸ਼ ਭੱਟ ਨੂੰ ਸੁਣਾਇਆ, ਤੇ ਉਹਨਾਂ ਨੇ ਸੁਣ ਕੇ ਬੜੀ ਤਾਰੀਫ ਕੀ, ਉਹਨਾਂ ਕਿ ਠੀਕ ਹੈ, ਫਿਲਮ ਸਾਡੀ 90% ਬਣ ਗਈ ਹੈ ਖਾਨ ਸਾਹਿਬ, ਫਿਰ ਅਸੀਂ ਲੈ ਲਵਾਂਗੇ ਗਾਣਾ। ਉਹ ਇੱਕਦਮ ਮਹੇਸ਼ ਭੱਟ ਸਾਹਿਬ ਅੰਦਰ ਆ ਗਏ, ਉਹਨੇ ਕਿਹਾ ਮਨ ਤੇ ਸੁਣਾਓ। ਮੈਂ ਕਿਹਾ ਜੀ ਤੁਸੀਂ ਸੁਣ ਲਓ, ਫਿਲਮ 'ਚ ਰਹਿਣ ਦਿਓ, ਗਾਣਾ ਤਾਂ ਸੁਣ ਲਓ ਨਾ ਜ਼ਰਾ। ਉਹ ਜਦੋਂ ਗਾਣਾ ਸੁਣਿਆ ਤੂੰ ਤਾਂ ਰੋਣ ਲੱਗ ਪਏ, ਅੱਖਾਂ 'ਚ ਹਾਸੂ ਆ ਗਏ ਉਹਨਾਂ ਦੇ। ਅਤੇ ਉਹ ਸਭ ਨੇ ਫਿਰ ਉਹਨਾਂ ਨੂੰ ਮਹੇਸ਼ ਭੱਟ ਨੇ ਕਿਹਾ ਯਾਰ ਉਹ ਤੋਂ ਸਾਡੀ ਕਲਾਈਮਿਕ ਸੀਨ ਦਾ ਗਾਣਾ ਬਣਦਾ, ਅਤੇ ਉਹਨਾਂ ਨੇ ਫਿਰ ਇਸ ਗਾਣੇ ਨੂੰ ਇਫ ਨੋਮੀਨੇਸ਼ਨ ਵੀ ਹੋਈ ਸੀ ਫਿਲਮ ਫੇਅਰ ਅਵਾਰਡ ਦੇ ਵਿੱਚ ਵੀ ਮੈਂ ਗਿਆ ਸੀ। ਮੈਂ ਟਾਈਮਜ਼ ਆਫ ਇੰਡੀਆ ਦੇ ਨਾਲ ਵੀ ਐਲਬਮ ਕੀਤਾ, ਨਿਸ਼ਾਨੇ ਰਫਾਕਤ, ਰਫਾਕਤ ਦਾ ਮਤਲਬ ਹੈਗਾ ਦੋਸਤੀ ਦਾ, ਅਤੇ ਦੀ ਸਾਈਨ ਆਫ ਫਰੈਂਡਸ਼ਿਪ। ਅਤੇ ਮੈਨੂੰ ਉਹਨਾਂ ਨੇ ਐਲਬਮ ਕਰਕੇ ਦਿੱਤਾ, ਉਹ ਬੜਾ ਖੂਬਸੂਰਤ ਐਲਬਮ ਬਣਾਇਆ ਸੀ ਉਹਨਾਂ ਨੇ ਮੇਰਾ ਉਸ ਦੌਰ ਦੇ ਵਿੱਚ। ਉਹਨਾਂ ਨੇ ਕਲਾਸ਼ ਖੇਡ ਦਾ ਐਲਬਮ ਕੀਤਾ, ਮੇਰਾ ਕੀਤਾ, ਫਿਰ ਉਸ ਤੋਂ ਬਾਅਦ ਸੋਨੂ ਨਿਗਮ ਜੀ ਦਾ ਔਰ ਬਹੁਤ ਸਾਰੇ ਲੋਕਾਂ ਦੇ ਐਲਬਮ ਚੱਲੇ, ਆਪਦਾ ਪ੍ਰਵੀਨ ਸਾਹਿਬਾਂ ਦਾ। ਅਤੇ ਇੱਕ ਬੜਾ ਅੱਛਾ ਮਾਹੌਲ ਸੀ ਉਸ ਵਕਤ ਬੰਬੇ ਦੇ ਵਿੱਚ ਸਾਡੇ ਵਾਸਤੇ, ਮੇਰੇ ਵਾਸਤੇ ਬਹੁਤ ਅੱਛਾ ਮਾਹੌਲ ਸੀ। ਫਿਰ ਮੇਰੀ ਮੁਲਾਕਾਤ ਹੋਈ ਅਨੁਪਮ ਖੇਡ ਸਾਹਿਬ ਨਾਲ, ਉਹਨਾਂ ਨੇ ਆਪਣੀ ਫਿਲਮ ਦਾ ਗਾਣਾ ਦਿੱਤਾ ਮੈਨੂੰ। ਉਸ ਤੋਂ ਬਾਅਦ ਫਿਰ ਮੇਰੀ ਮੁਲਾਕਾਤ ਬੱਪੀ ਲਹਿਰੀ ਸਾਹਿਬ ਨਾਲ ਹੋਈ, ਉਹਨਾਂ ਦੇ ਬੱਚੇ ਦੇ ਨਾਲ ਮੈਂ ਕੰਮ ਕੀਤਾ, ਫਿਰ ਬੱਪੀ ਲਹਿਰੀ ਨੇ ਵੀ ਗਾਣਾ ਗਵਾਇਆ ਮੇਰੇ ਕੋਲ। ਉਸ ਤੋਂ ਬਾਅਦ ਜਤਿੰਦਰ ਜੀ ਵੀ ਕੋਈ ਪ੍ਰੋਜੈਕਟ ਸ਼ੁਰੂ ਕਰੇ ਸੀ ਆਪਣੀ, ਕੋਈ OHT ਬਣਾਉਣਾ ਚਾਹ ਰਹੇ ਸੀ, ਉਹ ਹਾਲੇ ਪਾਈਪ ਲਾਈਨ 'ਚ ਸੀ। ਫਿਰ ਸ਼ੰਕਰ ਮਹਾਦੇਵਨ ਦੇ ਨਾਲ ਇੱਕ ਛੋਟਾ ਜਿਹਾ ਕੰਮ ਕੀਤਾ, ਫਿਰ ਬਹੁਤ ਸਾਰੇ ਕੰਮ ਕੀਤੇ ਤੁਹਾਡੀ ਦੁਆ ਦੇ ਨਾਲ ਉੱਥੇ। ਫਿਰ ਗਾਇਆ ਬਹੁਤ ਪ੍ਰਾਈਵੇਟਲੀ, ਬਹੁਤ ਸਾਰਾ ਗਾਇਆ, ਪੂਰੇ ਫਿਲਮ ਇੰਡਸਟਰੀ ਨੇ ਮੈਨੂੰ ਸੁਣਿਆ ਉੱਥੇ ਬੈਠ ਕੇ, ਜਿਹਦੇ 'ਚ ਸੁਨਿਧੀ ਚੌਹਾਨ ਵੀ ਬੈਠੇ ਸੀ, ਕੁਮਾਰ ਸਾਨੂੰ ਵੀ, ਅਲਕਾ ਯਾਗਨਿਕ, ਉਹ ਸਭ ਬੜੇ ਬੜੇ ਅੱਛੇ ਔਰ ਬੜੇ ਬੜੇ ਲੋਕਾਂ ਨੇ ਉੱਥੇ ਬੈਠ ਕੇ ਸੁਣਿਆ ਔਰ ਪਸੰਦ ਕੀਤਾ ਮੈਨੂੰ ਬੜਾ। ਫਿਰ ਤੁਹਾਨੂੰ ਪਤਾ ਵਕਤ ਬਦਲਦਾ, ਫਿਰ ਅੱਜ ਤਾਂ ਸਟਾਈਲ 'ਚ ਹਰ ਗਾਣਾ ਹੁਣ ਅੰਗਰੇਜ਼ੀ ਹੋ ਗਿਆ, ਹੁਣ ਹਰ ਗਾਣੇ 'ਚ ਅੰਗਰੇਜ਼ੀ ਪਾ ਦਿੱਤੀ ਉਹਨਾਂ ਨੇ, ਅਤੇ ਅਸੀਂ ਅੰਗਰੇਜ਼ੀ 'ਚ ਜ਼ਰਾ ਫੇਰ ਨਾ, ਅਤੇ ਫਿਰ ਅਸੀਂ ਪਿੱਛੇ ਹਟ ਗਏ। ਉਹਦੇ ਵਿੱਚ ਮੇਰੀ ਇੱਕ ਦੋਸਤ ਹੈਗੀ ਹੈ ਅਮੇਰੀਕਾ 'ਚ, ਰਿਆਨਾ ਅਖਤਰ ਸਾਹਿਬਾ, ਉਹਨਾਂ ਦੇ ਵੀ ਕੁਛ ਅਸ਼ਾਰ ਹੈ ਵਿੱਚ। ਮੈਂ ਇਸ਼ਕ ਵੀ ਤੂੰ, ਮੈਂ ਯਾਰ ਵੀ ਤੂੰ, ਮੈਂ ਦਿਲ ਵੀ ਤੂੰ, ਈਮਾਨ ਵੀ ਤੂੰ, ਮੈਂਡਾ ਜਿਸਮ ਵੀ ਤੂੰ, ਮੈਂਡੀ ਰੂਹ ਵੀ ਤੂੰ, ਮੈਂਡੀ ਜਿਲੜੀ ਵੀ ਤੂੰ, ਜਿੰਦ ਜਾਨ ਵੀ ਤੂੰ, ਓ ਮੇਰੇ ਮੌਲਾ ਮੌਲਾ, ਮੌਲਾ ਹੋ ਮੇਰੇ
मौला मौला क्या बात मेरी मंजिल में तू मेरी राहों में तू मेरे सपनों में तू मेरे गपनों में तू मेरी सुबहों में तू मेरी शामों में तू मेरी यादों में तू मेरे वादों में तू हो मेरे मौला 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 हो मेरे मौला मौला मेरे कंगन में तू मेरे झुमके में तू मेरे सूखे में तू मेरे सावन में तू मेरे पल्लू में तू मेरे चिलमन में तू मेरे ख्वाबों में तू मेरी आंखों में तू हो मेरे मौला मौला हो मेरे मौला मौला मेंढा जिक्री भी तू मेंढी फिक्री भी तू मेंढा दर्द भी तू दरमान भी तू मेंढा किबला भी तू मेंढा काबा भी तू मेंढी मस्जिद भी तू मेंढा मंदिर भी तू हो मेरे मौला 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 हो मेरे मौला मौला हो मेरे मौला 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 हो मेरे मौला 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 थैंक यू बहुत खूबसूरत और कोशिश कर रहे वेरी वेरी डिफिकल्ट मेरी कंपोजिशन है जी मेरे एक दोस्त भी नाल सी सज्जाद साहब आजकल न्यूयॉर्क चुनते ने उन्होंने मैं मिलके बनाई सी कंपोजिशन है ते सारा जितना सेंट्रल आइडिया थोड़ी दुआ दे नाल मैं किया फिर उन्होंने मेरा साथ दिता तुहानू पता दो बंदे रल जाते ज्यादा अच्छा काम हो जाता है पाकिस्तान च तीसरा दूसरा बंदा मैं एक पहले राहत फतेह अली खान साहब सोनू निगम साहब तीसरा मैं हाले तक इस बैंड के नाल बहुत कम लोगों ने परफॉर्म किया उन्होंने तो खैर इंग्लैंड किया सोनू निगम साहब के नाल तो राहत साहब ने किया मेरे ख्याल के उन्होंने भी इंग्लैंड किया राहत साहब ने मैं नॉर्वे किया ओपरा हाउस मैं तीन दिन लगातार परफॉर्म किया थ्री डेज बहुत न्यू ओपरा हाउस है उन्होंने और एक बड़े एजाज की गल है
उस तो बाद मैं एक बॉलीवुड ब्रास बैंड है इंग्लैंड दे विच, उदे विच मैं काफ़ी टाइम 8 साल गुजारे उन्हां दे नाल ऑल ओवर वर्ल्ड, वो बॉलीवुड दे सोंग्स ते काम करते हैं, मेरे काफ़ी उन्हां दे नाल कॉन्सर्ट्स होए। उस तो अलावा जेलियो बैंड जिहड़ा हैगा स्पेन का उहदे नाल काम किया, फिर कुछ जैज आर्टिस्ट अमेरिका के उन्हां दे नाल भी काम किया, क्योंकि क्लासीकल दे विच तुहाडे कोल बहुत सारी एक्सटेंशन होंदी है चीज़ां नूं खुला गाउण दी, ਤੇ ਉਹਦੇ ਵਿੱਚ ਮੈਨੂੰ ਅੱਲਾਹ ਤਾਲਾ ਨੇ ਮੌਕਾ ਦਿੱਤਾ ਕਿ ਬੜੇ ਬੜੇ ਵੱਡੇ ਵੱਡੇ ਔਰ ਅੱਛੇ ਲੋਕਾਂ ਦੇ ਨਾਲ ਮੈਨੂੰ ਪਰਫੋਰਮ ਕਰਨ ਦਾ ਮੌਕਾ ਮਿਲਿਆ। ਦੂਸਰਾ ਹੈ ਕਿ ਸਾਡੀ ਪਾਕਿਸਤਾਨ ਦੀ ਮਾਰਕੀਟ ਜਿਹੜੀ ਥੋੜ੍ਹੀ ਛੋਟੀ ਹੈ ਮਿਊਜ਼ਿਕ ਇੰਡਸਟਰੀ ਜਿਹੜੀ ਹੈ, ਹੁਣ ਵੈਸੇ ਵੀ ਕਿਤੇ ਵੀ ਇੱਕ ਜਗ੍ਹਾ ਦੀ ਮਿਊਜ਼ਿਕ ਇੰਡਸਟਰੀ ਨਹੀਂ ਹੈਗੀ, ਤੁਸੀਂ ਕਿਸੇ ਵੀ ਜਗ੍ਹਾ 'ਤੇ ਜਾ ਕੇ ਕਿਸੇ ਵੀ ਮਿਊਜ਼ਿਕ ਇੰਡਸਟਰੀ ਨੂੰ ਰਿਪ੍ਰੈਜੈਂਟ ਕਰ ਸਕਦੇ ਹੋ ਐਜ਼ ਐਨ ਆਰਟਿਸਟ, ਤੁਸੀਂ ਕਿਤੇ ਵੀ ਜਾ ਸਕਦੇ ਹੋ, ਕਿਤੇ ਵੀ ਤੁਸੀਂ ਜਾ ਕੇ ਤੁਸੀਂ ਅਗਰ ਬਾਲੀਵੁੱਡ 'ਚ ਗਾ ਰਹੇ ਹੋ ਤੁਸੀਂ ਰਿਪ੍ਰੈਜੈਂਟਿੰਗ ਬਾਲੀਵੁੱਡ ਐਜ਼ ਵੈਲ ਪਾਕਿਸਤਾਨ, ਤੁਸੀਂ ਰਿਪ੍ਰੈਜੈਂਟ ਕਰਦੇ ਹੋ ਕਿ ਤੁਸੀਂ ਪਾਕਿਸਤਾਨ ਤੋਂ ਗਏ। ਬਾਲੀਵੁੱਡ ਇੰਡਸਟਰੀ ਐਡੀ ਵੱਡੀ ਇੰਡਸਟਰੀ, ਉਹ ਸਾਰਿਆਂ ਨੂੰ ਸਮਾ ਸਕਦੀ ਹੈ, ਉੱਥੇ ਸ਼੍ਰੀਲੰਕਨ ਵੀ, ਉੱਥੇ ਕੇਰਲਾ ਦੇ ਲੋਕ ਵੀ, ਉੱਥੇ ਅਮਰੀਕਾ ਤੋਂ ਵੀ ਜਾ ਕੇ, ਇੰਗਲੈਂਡ ਤੋਂ ਵੀ ਜਾ ਕੇ, ਪਾਕਿਸਤਾਨ ਤੋਂ, ਪਾਕਿਸਤਾਨ ਤੋਂ ਵੀ ਕੋਈ ਚਲੇ ਜਾਏ ਤਾਂ ਕੋਈ ਐਸੀ ਗੱਲ ਨਹੀਂ, ਉਹ ਵੀ ਜਾ ਕੇ ਗਾਉਂਦੇ ਨੇ। ਸਾਡੇ ਕਈ ਆਰਟਿਸਟਾਂ ਦੇ ਇੰਨੇ ਨਾਮ ਹੋਏ ਇੰਡੀਆ ਦੇ ਵਿੱਚ ਜਾ ਕੇ, ਉਹਨਾਂ ਨੇ ਇੰਡੀਆ ਦੇ ਗਾਣੇ ਗਾਏ, ਇੰਡੀਆ ਦੀ ਫਿਲਮਾਂ ਦੇ, ਔਰ ਇੰਡੀਅਨ ਆਰਟਿਸਟ ਉਹਨਾਂ ਨੇ ਐਕਸੈਪਟ ਵੀ ਕੀਤਾ, ਪਿਆਰ ਕੀਤਾ। ਤੇ ਇਸੇ ਤਰ੍ਹਾਂ ਹੁਣ ਆਰਟਿਸਟ ਜਦ ਤੱਕ ਇੰਟਰਨੈਸ਼ਨਲੀ ਨਹੀਂ ਸੋਚਦਾ ਉਹਦੀ ਗੱਲ ਨਹੀਂ ਬਣਦੀ। ਤੁਸੀਂ ਇੱਕ ਇਲਾਕੇ 'ਚ ਸਾਰੀ ਜ਼ਿੰਦਗੀ ਗਾਈ ਜਾਓ, ਮੈਂ ਇੱਥੇ ਗਾਈ ਜਾਂਦਾ ਪੰਜਾਬ ਦੇ ਵਿੱਚ ਉੱਚੀ ਉੱਚੀ ਗਾਈ ਜਾਂਦਾ, ਤੇ ਮੈਨੂੰ ਕਿੰਨੇ ਲੋਕਾਂ ਨੇ ਸੁਣਨਾ ਇੱਥੇ। ਆਰਟਿਸਟ ਨੂੰ ਹਮੇਸ਼ਾ ਜਦੋਂ ਉਹ ਆਪਣੇ ਪੈਰਾਂ ਤੇ ਖੜਾ ਹੋ ਜਾਏ ਤੇ ਉਹਨੂੰ ਆਪਣੀ ਜੇਬ ਤੋਂ ਵੀ ਅੱਗੇ ਵਧਣਾ ਚਾਹੀਦਾ, ਆਪਣੇ ਪੈਸੇ ਖਰਚ ਕੇ ਅੱਗੇ ਵਧੇ, ਲੋਕਾਂ ਨੂੰ ਮਿਲੇ, ਲੋਕਾਂ ਨੂੰ ਕਹੇ ਮੇਰੇ ਨਾਲ ਕੰਮ ਕਰੋ, ਔਰ ਆਦਮੀ ਇੱਕ ਨਵੀਂ ਨਵੀਂ ਐਕਸਪੈਰੀਮੈਂਟੇਸ਼ਨ ਕਰੇ, ਕਿਉਂਕਿ ਐਕਸਪੈਰੀਮੈਂਟੇਸ਼ਨ ਦਾ ਦੌਰ ਹੈਗਾ। ਅੱਲਾ ਕਰੀ ਹੁਣ ਅੱਛਾ ਵਕਤ ਆ ਜਾਏ, ਇਸ ਵੇਲੇ ਤੇ ਸਾਰੀ ਦੁਨੀਆ ਇਸ ਵੇਲੇ ਮੌਤ ਦੇ ਮੂੰਹ 'ਚ ਗਈ ਹੋਈ ਹੈ, ਤੁਸੀਂ ਯਕੀਨ ਕਰੋ ਸੁਬਾਹ ਖੁੱਲਦੀ ਹੈ ਤੇ ਆਪਣੇ ਆਪ ਨੂੰ ਵੇਖੀਦਾ ਯਾਰ ਠੀਕ ਹੈਗੇ ਨਾ, ਗਲਾ ਤਾਂ ਨਹੀਂ ਖਰਾਬ, ਸਿਰ ਤਾਂ ਨਹੀਂ ਦੁਖਦਾ ਪਿਆ, ਬੁਖਾਰ ਤਾਂ ਨਹੀਂ ਚੜ ਗਏ, ਹੁਣ ਤੇ ਇਹ ਮੁਸੀਬਤ ਪਈ ਹੋਈ। ਤੇ ਜਦੋਂ ਤੁਸੀਂ ਮਿਊਜ਼ਿਕ ਵਾਸਤੇ ਪ੍ਰੋਸਪੈਰਿਟੀ ਚਾਹੀਦੀ, ਦੇਖੋ ਨਾ ਮਿਊਜ਼ਿਕ ਦੀ ਵਾਰੀ ਉਦੋਂ ਆਉਂਦੀ ਜਦੋਂ ਬਹੁਤ ਨੇਸ਼ਨ ਤਰੱਕੀ ਕਰ ਲੈਂਦੀ ਹੈ, ਤੇ ਉਹ ਫਿਰ ਆਰਟਿਸਟ ਨੂੰ, ਜਦੋਂ ਆਪਣੇ ਆਰਟਿਸਟ ਨੂੰ ਮੌਕਾ ਦਿੰਦੀ ਤੇ ਉਹ ਫਿਰ ਆਰਟਿਸਟ ਤਰੱਕੀ ਕਰਦੇ। ਹੁਣ ਸਾਡਾ ਤੇ ਕੰਮ ਹੀ ਖੁਸ਼ੀਆਂ ਦੇ ਨਾਲ ਹੈਗਾ, ਤੇ ਅੱਲਾ ਕਰੇ ਖੁਸ਼ੀਆਂ ਵਾਪਸ ਆ ਜਾਣ ਤੇ ਅਸੀਂ ਵੀ ਦੁਬਾਰਾ ਕੋਈ ਐਸਾ ਕੰਮ ਕਰੀਏ ਜੋ ਮਰਨ ਤੋਂ ਪਹਿਲੇ ਲੋਕ ਕਹਿਣ ਨੇ ਯਾਰ ਬਹੁਤ ਅੱਛਾ ਕੰਮ ਕਰਕੇ ਗਏ। ਬਾਕੀ ਜਿਹਨਾਂ ਜਿਹਨਾਂ ਅੱਲਾ ਨੇ ਦਿੱਤੀ ਕੈਪੈਸਿਟੀ ਉਹਦੇ 'ਚ ਉਹ ਕੰਮ ਕਰਦਾ ਔਰ ਆਪਣਾ ਅੱਗੇ ਵੱਧਦਾ, ਇੰਨੀ ਗੱਲ ਹੈ। ਮੈਂ ਇੱਕ ਤੁਹਾਨੂੰ ਇੱਕ ਸ਼ਖਸ ਦੇ ਨਾਲ ਤੁਹਾਨੂੰ ਮੈਨੂੰ ਯਾਦ ਤਾਜ਼ਾ ਕਰਾਉਂਦਾ, ਇੱਕ ਬਾਲੀਵੁੱਡ ਦਾ ਬੜਾ ਫੇਮਸ ਸਿੰਗਰ ਵੀ ਹੈ ਤੇ ਕੰਪੋਜ਼ਰ ਵੀ ਹੈ, ਸ਼ੰਕਰ ਮਹਾਦੇਵਨ, ਉਹਨਾਂ ਦਾ ਨਾਮ ਹੈ ਜੀ ਬ੍ਰੈਥਲੈਸ। ਠੀਕ ਹੈ, ਉਹ ਨਾ ਇੱਕੋ ਸਾਹ ਦੇ ਵਿੱਚ ਬੜੀਆਂ ਗੱਲਾਂ ਕਰਦੇ ਨੇ ਤੇ ਬੜਾ ਕੁਛ ਗਾ ਜਾਂਦੇ ਇੱਕੋ ਸਾਹ 'ਚ, ਤੇ ਤੁਹਾਡੇ 'ਚ ਵੀ ਉਹ ਕੁਆਲਿਟੀ ਹੈ ਜੀ, ਤੁਸੀਂ ਬ੍ਰੈਥਲੈਸ ਹੋ, ਤੁਸੀਂ ਸਾਹ ਘੱਟ ਲੈਂਦੇ ਹੋ ਮੈਂ ਤੇ ਉਹਨਾਂ ਦਾ ਬੜਾ ਇਤਰਾਮ ਕਰਨਾ, ਬੜਾ ਅਦਬ ਕਰਨਾ ਉਹਨਾਂ ਦਾ। ਕਲਾਸੀਕਲ ਔਰ ਵੈਸਟਰਨ ਮਿਊਜ਼ਿਕ ਨੂੰ ਜੈਸਾ ਉਹ ਬੰਦਾ ਸਮਝਦਾ, ਸ਼ਾਇਦ ਹੀ ਸਬ ਕੰਟੀਨੈਂਟ ਕੁਛ ਲੋਕ ਇਸ ਤਰ੍ਹਾਂ ਸਮਝਦੇ ਹੋਣ ਜਿੰਨਾ ਉਹ ਉਹਨਾਂ ਦੇ ਗਾਣਾ ਗਾ ਸਭ ਨੂੰ ਨਨੇ ਦੇ ਗਣਾ ਚੈਨਾ ਹੁਣ ਹੈਗਾ ਬਾਜੋ ਬਾਂਦ ਕੋਲੇ ਕੋਲੇ ਜਾ ਉਹ ਤੇ ਕੋਨੇ ਕਿੱਡਾ ਉਹਨੂੰ ਮਾਡਰਨ ਕੀਤਾ ਉਸ ਪੈਰਵੀ ਨੂੰ। ਤੇ ਇਹ ਇੱਕ ਸੋਚ ਦੀ ਗੱਲ ਹੈਗੀ, ਹਰ ਆਦਮੀ ਦੀ ਇਹ ਸੋਚ, ਹਰ ਆਦਮੀ ਕੋਈ ਸੋਚ ਹੋ ਨਹੀਂ ਸਕਦੀ, ਔਰ ਉਹਨਾਂ ਕੋਲ ਅਪਰਚੁਨਿਟੀ ਵੀ ਬਹੁਤ ਹੈ, ਯਾਨੀ ਉਹਨਾਂ ਕੋਲ ਕੰਮ ਵੀ ਬੜਾ ਹੈਗਾ, ਜਦੋਂ ਜਿੰਨਾ ਕੰਮ ਮਿਲੇਗਾ ਨਾ ਤੁਹਾਡਾ ਕੰਮ ਉਹਨਾਂ ਵਧੇਗਾ, ਕੰਮ ਨਹੀਂ ਮਿਲੇਗਾ ਤੇ ਕੰਮ ਰੁਕ ਜਾਂਦਾ ਹੈ। ਮੈਂ ਦੇਖਿਆ ਤੁਸੀਂ ਆਦਮੀ ਆਪਣੇ ਤੌਰ ਤੇ ਕਿੰਨਾ ਕੁ ਕਰ ਸਕਦਾ, ਤੁਸੀਂ ਇਕੱਲਾ ਇਕੱਲੇ ਕਿੰਨਾ ਕੁ ਫਿਰ ਸਕਦੇ ਹੋ, ਇਕੱਲਾ ਕਿੰਨੀ ਕੁ ਸ਼ਾਇਰੀ ਯਾਦ ਕਰ ਸਕਦੇ ਹੋ, ਕਿੰਨੇ ਕੁ ਗਾਣੇ ਬਣਾ ਸਕਦੇ ਹੋ, ਕਿੰਨੇ ਸੁਣਨੇ ਨੇ, ਜਦ ਤੱਕ ਤੁਹਾਨੂੰ ਕੋਈ ਪ੍ਰੋਡਿਊਸਰ ਨਾ ਮਿਲੇ। ਜਿਵੇਂ ਤੁਹਾਨੂੰ ਮੈਨੂੰ ਇੱਕ ਫਿਲਮ ਮਿਲ ਜਾਏ ਤੇ ਮੈਂ ਮਿਊਜ਼ਿਕ ਬਣਾ ਦੇਵਾਂਗਾ, ਅੱਛਾ ਜਾਂ ਬੁਰਾ, ਕਿਸੇ ਨੂੰ ਚੰਗਾ ਲੱਗੇ ਜਾਂ ਬੁਰਾ ਲੱਗੇ, ਤੇ ਆਈ ਆਲਵੇਸ ਟ੍ਰਾਈ ਮਾਈ ਲੈਵਲ ਬੈਸਟ ਟੂ ਡੂ ਦਿਸ, ਕਿ ਜਦ ਤੱਕ ਤੁਹਾਡੇ ਕੋਲ ਕੋਈ ਇਨਸੈਂਟਿਵ ਨਹੀਂ ਹੋਏਗਾ ਤੁਸੀਂ ਕੁਛ ਨਹੀਂ ਕਰ ਸਕਦੇ। ਸ਼ਾਦੀ ਨੂੰ ਜੀ ਹੋ ਗਏ ਕੋਈ 22-23 ਸਾਲ ਹੋ ਗਏ ਬਾਈ, ਤੇ ਬਾਕੀ ਬੜਾ ਅੱਛਾ ਵਕਤ ਗੁਜ਼ਰਿਆ ਆਪਣੀ ਵਾਈਫ ਦੇ ਨਾਲ, ਔਰ ਬੜੇ ਜ਼ਿੰਦਗੀ ਬੜੀ ਅੱਛੀ ਗੁਜ਼ਰ ਰਹੀ ਹੈ, ਕਿਉਂਕਿ ਆਦਮੀ ਦੁੱਖ ਦਰਦ ਦਾ ਸਾਥੀ ਹੋਵੇ ਤਾਂ ਫਿਰ ਜ਼ਿੰਦਗੀ ਗੁਜ਼ਰਦੀ ਹੈ, ਸਿਰਫ ਪੈਸੇ ਨਾਲ ਥੋੜ੍ਹੀ ਜ਼ਿੰਦਗੀ ਗੁਜ਼ਰਦੀ। ਪੈਸੇ ਵਾਲੇ ਮੈਂ ਕਈ ਪਰੇਸ਼ਾਨ ਦੇਖੇ, ਗੱਡੀ ਚਲਾਉਂਦੇ ਨਾਲੇ ਰੋਂਦੇ ਹੁੰਦੇ, ਤੇ ਉਹ ਵੀ ਮੈਂ ਖੁਸ਼ ਦੇਖੇ ਜਿਹੜੇ ਸਾਈਕਲ ਤੇ ਆਈਸਕ੍ਰੀਮਾਂ ਫੜੀਆਂ ਤੇ ਖੁਸ਼ੀ ਨਾਲ ਜਾਂਦੇ ਨੇ, ਪਿੱਛੇ ਬੀਵੀ ਬੈਠੀ ਹੈ ਪਿੱਛੇ ਸਾਈਕਲ ਤੇ, ਤੇ ਉਹ ਖੁਸ਼ ਹੈਗੀ, ਸ਼ੀ ਇਜ਼ ਹੈਪੀ। ਤੇ ਇੱਕ ਮੈਂ ਉਹ ਵੀ ਦੇਖੀ ਜਿਹੜੀ 2 ਕਰੋੜ ਦੀ ਗੱਡੀ 'ਚ ਬੈਠੀ ਤੇ ਉਹਨੂੰ ਗੁੱਸਾ ਚੜਿਆ ਹੈ,
ਬਸ ਇਸ ਤਰ੍ਹਾਂ ਹੀ ਹੁੰਦਾ ਹੈ। ਇਹ ਪੈਸੇ ਨਾਲ ਨਹੀਂ ਖੁਸ਼ੀ ਕਦੀ ਤੁਸੀਂ ਹਾਸਿਲ ਕਰ ਸਕਦੇ, ਪੈਸੇ ਨਾਲ ਆਸੂਦਗੀ ਆ ਸਕਦੀ, ਬੱਚੇ ਚੰਗੇ ਸਕੂਲਾਂ 'ਚ ਜਾ ਸਕਦੇ ਨੇ, ਬੱਚੇ ਚੰਗੀ ਜਗ੍ਹਾ ਪੜ੍ਹ ਸਕਦੇ ਨੇ, ਤੁਸੀਂ ਬਹੁਤ ਵੱਡੇ ਸੋਫੇ ਖਰੀਦ ਸਕਦੇ, ਤੁਸੀਂ ਬੜਾ ਵੱਡੀਆਂ ਫਰਿੱਜਾਂ ਲੈ ਲਓਗੇ, ਵੱਡੀਆਂ ਗੱਡੀ, ਲੇਕਿਨ ਖੁਸ਼ੀ ਨਹੀਂ ਲਿਆ ਸਕਦੇ ਤੁਸੀਂ। ਖੁਸ਼ੀ ਉਦੋਂ ਆਏਗੀ ਜਦੋਂ ਤੁਹਾਡੀ ਇੰਟੈਂਸ਼ਨ ਕਲੀਅਰ ਹੋਏਗੀ, ਤੁਸੀਂ ਆਪਣੇ ਆਪਣੀ ਫੈਮਿਲੀ ਦੇ ਨਾਲ ਬਿਲਕੁਲ ਸਹੀ ਹੋਵੋਗੇ ਔਰ ਤੁਸੀਂ ਸਮਝਦੇ ਹੋਗੇ ਕਿ ਮੈਂ ਆਪਣੀ ਜ਼ਿੰਮੇਵਾਰੀਆਂ ਨਿਭਾ ਰਿਹਾ ਔਰ ਇੱਕ ਇੱਕ ਜ਼ਿੰਮੇਵਾਰੀ ਨੂੰ ਪੂਰਾ ਕਰ ਰਹੇ ਹੋਗੇ, ਖੁਸ਼ੀ ਆ ਜਾਏਗੀ ਤੁਹਾਡੀ ਫੈਮਿਲੀ ਦੇ ਅੰਦਰ। ਬੱਚੇ ਮੇਰੇ ਚਾਰ ਬੇਟੇ ਜੀ ਮੇਰੇ ਔਰ ਮਾਸ਼ਾਅੱਲਾ ਦੋ ਟਵਿੰਸ ਨੇ, ਛੋਟੇ ਨੇ ਉਹ ਬੜੇ ਹਾਲੇ 8-9 ਸਾਲ ਦੇ ਨੇ, ਤੇ ਮੇਰਾ ਇੱਕ ਬੇਟਾ ਬਖਤ ਅਲੀ ਖਾਨ ਉਹ ਮਾਸ਼ਾਅੱਲਾ 17 ਹੈਗਾ, 18 ਹੋ ਜਾਏਗਾ, ਤੇ ਇੱਕ ਬੱਚਾ ਮੇਰਾ ਯੂਨੀਵਰਸਿਟੀ 'ਚ ਪੜ੍ਹ ਰਿਹਾ ਉਹ ਜਰਨਲਿਜ਼ਮ ਦੇ ਵਿੱਚ MSc ਕਰ ਰਿਹਾ, ਉਹ ਬਹੁਤ ਹੀ ਲਾਇਕ ਹੈ, ਉਹ ਅੰਗਰੇਜ਼ੀ ਅੰਗਰੂਜ਼ੀ ਗਾਣੇ ਗਾਉਂਦਾ, ਤੇ ਮੈਂ ਕਹਿੰਦਾ ਗਾਣਾ ਗਾਣਾ ਹੁੰਦਾ, ਜੋ ਮਰਜ਼ੀ ਗਾਓ, ਜੋ ਦਿਲ ਕਰਦਾ ਉਹ ਗਾਓ, ਤੇ ਮੇਰਾ ਬੱਚਾ ਜਿਹੜਾ ਬਖਤ ਅਲੀ ਖਾਨ ਹੈ ਉਹ ਕਲਾਸੀਕਲ ਗਾਉਂਦਾ ਬਹੁਤ ਅੱਛਾ, ਕਿਸੇ ਦਿਨ ਤੁਸੀਂ ਉਹਦਾ ਪ੍ਰੋਗਰਾਮ ਕਰਨਾ ਤਾਂ ਬਹੁਤ ਅੱਛਾ। ਮੈਂ ਸੁਣਿਆ, ਮੈਂ ਐਕਚੁਅਲੀ ਯੰਗ ਬੱਚਿਆਂ ਦਾ ਵੀ ਪ੍ਰੋਗਰਾਮ ਮੈਂ ਲੈ ਕੇ ਆ ਰਿਹਾ ਸੀ ਉਹਨੂੰ ਇਸ ਸਮਰ 'ਚ ਅਮਰੀਕਾ ਦੇ ਵਿੱਚ। ਹਾਂਜੀ, ਬਸ ਉਹ ਬਦਨਸੀਬੀ ਦੇ ਨਾਲ, ਦੇਖੋ ਕਦੋਂ ਮੌਕਾ ਮਿਲਦਾ। ਲੋ ਜੀ, ਇੰਡੀਆ 'ਚ ਇੱਕ ਹੋਰ ਬੜੇ ਖਾਸ ਸ਼ਖਸ ਤੁਹਾਨੂੰ ਵੇਖ ਰਹੇ ਨੇ, ਜੁਨੇਦ ਸੁਲਤਾਨੀ ਜੀ, ਬਹੁਤ ਅੱਛੇ ਸਿੰਗਰ ਨੇ ਔਰ ਇਹਨਾਂ ਦੇ ਮਾਮਾ ਜੀ ਨੇ ਜਿਹੜੇ, ਉਹਨਾਂ ਨੇ ਵੀ ਬੜਾ ਨਾਮ ਪੈਦਾ ਕੀਤਾ, ਗੁਲਾਮ ਮੁਸਤਫਾ ਜੀ ਦੇ ਹਾਂਜੀ, ਹੁਣੇ ਹੁਣੇ ਗੁਜ਼ਰੇ ਨੇ, ਲੇਕਿਨ ਉਹਨਾਂ ਨੇ ਬਹੁਤ ਜ਼ਬਰਦਸਤ ਕੰਮ ਕੀਤਾ, ਤੇ ਸੁਲਤਾਨੀ ਜੀ ਤੁਹਾਨੂੰ ਆਦਾਬ ਕਹਿ ਰਹੇ ਨੇ। ਜੀ ਮੇਰਾ ਆਦਾਬ ਫਾਕਤ ਭਾਈ, ਕਿਵੇਂ ਆ? ਮੈਂ ਸ਼ਾਇਦ ਹੋ ਸਕਦਾ ਬੰਬੇ ਮਿਲਿਆ ਵੀ ਹੋਵਾਂ, ਬੜੀ ਮਿਹਰਬਾਨੀ ਇਹਨਾਂ ਨੂੰ, ਬਹੁਤ ਮੇਰਾ ਸਲਾਮ ਦੇ ਦਿਓ ਔਰ ਅੱਲਾ ਇਹਨਾਂ ਨੂੰ ਜ਼ਿੰਦਗੀ ਦੇਵੇ। ਇਹ ਬੜੀ ਵੱਡੀ ਦੁਨੀਆ ਦੇ ਬੇਟੇ ਨੇ ਔਰ ਬੜੀ ਵੱਡੀ ਗੱਲ ਹੈ। ਸਹੀ ਗੱਲ, ਮੁਸਤਫਾ ਖਾਨ ਸਾਹਿਬ ਦੇਖੋ ਤੁਹਾਨੂੰ ਦੁਨੀਆ ਕਿੱਥੋਂ ਕਿੱਥੋਂ ਪਿਆਰ ਕਰ ਰਹੀ ਹੈ, ਬਾਲੀਵੁੱਡ ਵੀ ਆ ਕੇ ਅੱਜ ਜੁੜਿਆ, ਰਾਹੁਲ ਰੋਏ ਵੀ ਆ ਕੇ ਜੁੜਿਆ ਤੁਹਾਡੇ ਨਾਲ। ਬਸ ਜੀ, ਬੜੀ ਮਿਹਰਬਾਨੀ, ਕੋਈ ਕਿਸੇ ਨੂੰ ਯਾਦ ਰੱਖੇ ਤੇ ਬੜੀ ਗੱਲ ਹੈ, ਇੱਥੇ ਕੌਣ ਕਿਸੇ ਨੂੰ ਯਾਦ ਰੱਖਦਾ ਜੀ। ਤੇ ਖਾਨ ਸਾਹਿਬ, ਤੁਸੀਂ ਸਿਰਫ ਪੰਜਾਬੀ ਔਰ ਉਰਦੂ ਹਿੰਦੀ ਚ ਗਾਏ ਜਾਂ ਕਿਸੇ ਹੋਰ ਲੈਂਗੁਏਜ ਚ ਵੀ ਗਾਇਆ? ਮੈਂ ਹੋਰ ਲੈਂਗੁਏਜਾਂ 'ਚ ਵੀ ਗਾਇਆ, ਲੇਕਿਨ ਉਹ ਗਾਣੇ ਯਾਦ ਨਹੀਂ ਰਹਿੰਦੇ। ਮੈਂ ਗਾਇਆ ਬਹੁਤ ਸਾਰੀਆਂ ਜ਼ਬਾਨਾਂ 'ਚ ਗਾਇਆ, ਲੇਕਿਨ ਉਹ ਫਿਰ ਗਾਣਾ ਥੋੜ੍ਹਾ ਭੁੱਲ ਜਾਂਦਾ। ਬੰਗਾਲੀ 'ਚ ਵੀ ਗਾਇਆ ਮੈਂ, ਪਸ਼ਤੋ ਜ਼ਬਾਨ 'ਚ ਵੀ ਗਾਇਆ, ਫਿਰ ਸਰਾਇਕੀ 'ਚ ਵੀ ਗਾਇਆ ਔਰ ਕਾਫੀ ਜ਼ਬਾਨਾਂ 'ਚ ਗਾਇਆ, ਲੇਕਿਨ ਭੁੱਲ ਜਾਂਦੇ। ਬੇਟਾ ਰਫਾਕਤ ਭਾਈ ਕੋ ਕਿਆ ਚਾਹੀਏ, ਉਹ ਦੇ ਦੋ। ਮੈਂ ਕਹਿੰਦਾ ਜਰਾ ਲਾਈਟ ਠੀਕ ਰੱਖੋ, ਲਾਈਟ ਠੀਕ। ਤੁਹਾਡੇ ਤੇ ਅਸੀਂ ਲਾਈਟ ਬੈਠੇ, ਜੋ ਮਰਜ਼ੀ ਕਰੀਏ। ਮੈਂ ਕਿਹਾ ਤੁਹਾਡੇ ਤੇ ਰੱਬ ਦੀ ਲਾਈਟ ਹੈ, ਤੁਹਾਨੂੰ ਤੇ ਕਿਸੇ ਚੀਜ਼ ਦੀ ਫਿਕਰ ਨਹੀਂ। ਅਲਹਮਦੁਲਿਲਾ ਜੀ, ਬੜੀ ਬੜੀ ਮਿਹਰ ਹੈ, ਬੜੀ ਮਿਹਰ ਹੈ, ਬੜੀ ਮਿਹਰ ਹੈ ਅੱਲਾ ਦੀ। ਤੁਸੀਂ ਹਰ ਵਕਤ ਅੱਲਾ ਦਾ ਸ਼ੁਕਰ ਅਦਾ ਕਰੋ, ਜਿੰਨਾ ਹੋ ਸਕੇ ਸ਼ੁਕਰੀਆ ਅਦਾ ਕਰਨਾ ਚਾਹੀਦਾ ਅੱਲਾ। ਰਫਾਕਤ ਜੀ, ਇਹ ਦੱਸੋ ਕਿ ਅਗਰ ਤੁਹਾਡਾ ਵਿਹਲਾ ਟਾਈਮ ਜਦੋਂ ਹੁੰਦਾ, ਉਹਨੂੰ ਉਦੋਂ ਤੁਸੀਂ ਕੀ ਸੁਣਨਾ ਪਸੰਦ ਕਰਦੇ ਹੋ? ਕਵਾਲੀਆਂ ਸੁਣਦੇ ਹੋ, ਗਜ਼ਲ ਸੁਣਦੇ ਹੋ, ਗਾਣੇ ਸੁਣਦੇ ਹੋ, ਕੀ ਤੁਹਾਨੂੰ ਉਦੋਂ ਕੀ ਸੁਣਦੇ ਹੋ ਤੁਸੀਂ? ਕਿ ਮੂਡ ਦੇ ਉੱਤੇ ਡਿਪੈਂਡ ਹੁੰਦਾ ਕਿ ਅੱਜ ਮੈਂ ਕਵਾਲੀ, ਅੱਜ ਮੈਂ ਜਦੋਂ ਹਰ ਵਕਤ ਮੈਂ ਅੱਲਾ ਦਾ ਬੜਾ ਕਰਮ ਹੈ, ਮੈਂ ਅੱਲਾ ਨੂੰ ਯਾਦ ਕਰਦਾ ਰਹਿੰਦਾ ਬਹੁਤ ਜ਼ਿਆਦਾ ਔਰ ਵਕਤ ਐਸਾ ਹੈ ਕਿ ਅੱਲਾ ਨੂੰ ਯਾਦ ਕਰਨਾ ਬੜਾ ਜ਼ਰੂਰੀ ਹੋ ਗਿਆ। ਕੋਲੈਕਟਿਵਲੀ ਯਾਦ ਕਰੀਏ ਤਾਂ ਕਿ ਅਸੀਂ ਮੁਸੀਬਤਾਂ 'ਚੋਂ ਨਿਕਲੀਏ, ਕਿਉਂਕਿ ਹੁਣ ਇੱਕ ਸਾਂਝੀ ਮੁਸੀਬਤ ਆਈ ਹੈ, ਇਕੱਲਿਆਂ ਦੀ ਨਹੀਂ, ਸਾਂਝੀ ਹੈ। ਦੂਸਰਾ, ਮੈਂ ਕੋਸ਼ਿਸ਼ ਕਰਦਾ ਰਹਿੰਦਾ, ਮੈਂ ਸ਼ਾਇਰੀ ਪੜ੍ਹਦਾ ਰਹਿੰਦਾ ਔਰ ਅੱਛੀਆਂ ਕਿਤਾਬਾਂ ਮੈਂ ਕੋਸ਼ਿਸ਼ ਕਰਦਾ ਰਹਿੰਦਾ, ਮੈਂ ਪੜ੍ਹਦਾ ਰਹਾਂ ਔਰ ਅੱਛੇ ਲੋਕਾਂ ਨੂੰ ਮੈਂ ਟੈਲੀਵਿਜ਼ਨ 'ਚ ਦੇਖਦਾ। ਅੱਛੀ ਫਿਲਮ ਮੈਨੂੰ ਬੜੀ ਅੱਛੀ ਲੱਗਦੀ, ਆਈ ਲਾਈਕ ਫਿਲਮਸ ਵੈਰੀ ਮੱਚ, ਬਹੁਤ ਇੰਟਰਸਟਿੰਗ ਹੈ। ਮੈਂ ਅਗਰ ਸ਼ੇਕਸਪੀਅਰ ਦੀ ਕਿਤਾਬ ਨਹੀਂ ਪੜ੍ਹੀ ਤਾਂ ਮੈਂ ਸ਼ੇਕਸਪੀਅਰ ਦੀ ਮੂਵੀ ਦੇਖ ਲੈਂਦਾ, ਤਾਂ ਲੱਗਦਾ ਕਿਤਾਬ ਹੀ ਪੜ੍ਹੀ। ਇਸੇ ਤਰ੍ਹਾਂ ਮੈਂ ਅਗਰ ਮੈਂ ਹੈਲਨ ਆਫ ਟ੍ਰਾਏ ਨਹੀਂ ਪੜ੍ਹਿਆ, ਬੈਨ ਹੂਰ ਨਹੀਂ ਵੇਖੀ, ਨਹੀਂ ਬੁੱਕ ਪੜ੍ਹੀ, ਤਾਂ ਫਿਲਮ ਦੇਖ ਲੈਂਦਾ ਮੈਂ। ਇਸ ਮੈਂ ਜੇਮਸ ਬੌਂਡ ਸੀਰੀਜ਼ ਬਹੁਤ ਪਸੰਦ ਆ, ਜਿਸ 007 ਦੀ ਹੈ, ਸ਼ੇਨ ਕੌਂਟਰੀ ਤੋਂ ਲੈ ਕੇ ਅਤੇ ਆਖਰੀ ਜੇਮਸ ਬੌਂਡ ਤੱਕ, ਸਕਾਈ ਫਾਲ ਤੱਕ, ਆਈ ਲਵ ਇਟ। ਉਸ ਤੋਂ ਇਲਾਵਾ ਸਲਾਮਤ ਅਲੀ, ਨਜ਼ਾਕਤ ਅਲੀ ਖਾਨ ਨੂੰ ਸੁਣਦਾ, ਬੜੇ ਗੁਲਾਮ ਅਲੀ ਖਾਨ ਸੁਣਦਾ, ਅਮੀਰ ਅਲੀ ਖਾਨ ਸਾਹਿਬ ਨੂੰ ਸੁਣਦਾ ਰਹਿੰਦਾ। ਮੈਂ ਟਾਈਮ ਜ਼ਾਇਆ ਨਹੀਂ ਕਰਦਾ, ਆਪਣਾ ਸਟੂਡੀਓ ਲਾਇਆ, ਮੈਂ ਰਿਕਾਰਡਿੰਗ ਕਰਦਾ ਰਹਿੰਦਾ, ਆਈ ਡੂ ਰਿਕਾਰਡਿੰਗਸ, ਲਾਈਵ ਸੈਸ਼ਨਸ ਕਰਦਾ ਰਹਿੰਦਾ, ਆਈ ਡੂ ਮੈਨੀ ਥਿੰਗਸ। ਅੱਲਾ ਦਾ ਸ਼ੁਕਰ ਹੈ, ਅੱਲਾ ਮੈਨੂੰ ਮੌਕਾ ਦੇ ਰਿਹਾ ਬਹੁਤ ਕੁਝ ਕਰਨ ਦਾ। ਰੂਹਦਾਰੀ ਪੂਰੀ ਭਰੀ ਹੋਈ ਹੈ, ਸਿਰ ਤੋਂ ਲੈ ਕੇ ਪੈਰ ਤਾਈਂ। ਜੀ 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 ਜੀ, ਰੂਹਦਾਰੀ ਤਾਂ ਤੁਹਾਨੂੰ ਪਤਾ, ਅਸੀਂ ਜਿਹੜਾ ਫੈਮਲੀਆਂ ਚੋਂ ਹੈਗੇ ਸੀ, ਉਹ ਰੂਹਦਾਰੀ ਦੇ ਨਾਲ ਹੀ ਬਣਦੀਆਂ ਨੇ ਫੈਮਲੀ, ਰੂਹਦਾਰੀ ਨਹੀਂ ਤੇ ਕੁਛ ਨਹੀਂ। ਮੈਂ ਬਸ ਥੋੜਾ ਜਿਹਾ ਪਕਾ ਲੈਂਦਾ, ਪਕਾ ਲੈਂਦਾ ਥੋੜਾ ਜਿਹਾ, ਲੇਕਿਨ ਉਹ ਮੇਰਾ ਬੇਟਾ ਔਰ ਮੇਰੀ ਵਾਈਫ ਬਹੁਤ ਜ਼ਬਰਦਸਤ ਕੁੱਕ ਨੇ,
ਉਹ ਅੱਗੇ ਆਉਣ ਨਹੀਂ ਦਿੰਦੇ ਕਿਸੇ ਪਾਸੇ, ਉਹ ਐਸੇ ਐਸੇ ਖਾਣੇ ਬਣਾਉਂਦੇ, ਉਹ ਮੇਰਾ ਬੱਚਾ ਦੇਖਦਾ ਰਹਿੰਦਾ ਨੈਟ ਦੇ ਉੱਤੇ ਤੇ ਸਾਨੂੰ ਤੇ ਪਤਾ ਨਹੀਂ ਹੁੰਦਾ ਸਟੇਕ ਫਲਾਣੀ ਚੀਜ਼ ਤੇ ਕਾਣੀ ਚੀਜ਼ ਤੇ ਬਰਗਰਸ ਐਂਡ ਮਿਕਸਡ ਆਫ ਸਾਲਟ ਐਂਡ ਪੈਪਰ ਐਂਡ ਯਾ ਅੱਲਾ ਉਹ ਕੁਛ ਅਸੀਂ ਤੇ ਖਾਣੇ ਸਵਾਗ ਸਾਗ ਤੇ ਜਵਾਰ ਦੀ ਰੋਟੀ ਸਿੱਧਾ ਸਿੱਧਾ ਸਿੱਧੀ ਦਾਲ ਪੱਕੀ ਸਿੱਧੀ ਅੱਗੇ ਆਈ ਪੌਣੇ ਚ ਰੋਟੀਆਂ ਪਈਆਂ ਖਾਧੀਆਂ ਉਹ ਗਏ। ਕੀ ਬਾਤ ਹੈ ਹੁਣ ਕੋਈ ਐਸਾ ਕੋਈ ਗੱਲ ਦੱਸੋ ਜਿਹੜੀ ਕਿ ਤੁਹਾਨੂੰ ਜ਼ਿੰਦਗੀ ਭਰ ਚ ਕੁਛ ਐਸਾ ਕੁਛ ਹੋਇਆ ਹੋਵੇ ਬਚਪਨ ਚ ਜਾਂ ਚਾਈਲਡਹੁੱਡ ਚ ਜਾਂ ਕਾਲਜ ਚ ਕਿ ਕੁਛ ਅਜੀਬ ਕੋਈ ਘਟਨਾ ਹੋਈ ਹੋਵੇ ਜਿਹੜੀ ਲੱਗੀ ਹੋਈ ਕਿ ਓ ਯਾਰ ਆਈ ਵਿਸ਼ ਕਿ ਮੈਂ ਤਾਂ ਨਾ ਕਰਦਾ ਜਾਂ ਇੱਦਾਂ ਨਾ ਹੁੰਦਾ ਕੋਈ ਐਮਬੈਰਸਿੰਗ ਮੂਮੈਂਟ ਜਿਹਨੂੰ ਕਹਿ ਦਿੰਦੇ। ਬਸ ਕਦੀ ਕਦੀ ਆਦਮੀ ਜਦੋਂ ਸਟੇਜ ਤੇ ਬਸੂਰਾ ਹੋ ਜਾਂਦਾ ਨਾ ਕਿ ਵੈਸੇ ਵੀ ਮਿਊਜ਼ਿਕ ਦੇ ਵਿੱਚ ਆਦਮੀ ਬਸੂਰਾ ਹੋ ਜਾਏ ਤੇ ਮਿਊਜ਼ਿਕ ਤੇ ਆਸਾਨ ਹੈ ਤੇ ਕਦੀ ਕਦੀ ਐਮਬੈਰਸਮੈਂਟ ਹੋ ਜਾਂਦੀ ਹੈ ਇਨਸਾਨ ਨੂੰ, ਲੇਕਿਨ ਅਲਹਮਦੁਲਿਲਾ ਕੋਸ਼ਿਸ਼ ਕਰੀਦੀ ਕਿ ਬੜਾ ਪੱਕੇ ਹੋ ਕੇ ਗਾਈਏ ਪੱਕੇ ਹੋ ਕੇ ਪਰਫਾਰਮੈਂਸ ਕਰੀਏ। ਔਰ ਦੂਸਰਾ ਕੋਈ ਰਿਗਰੈਟ ਨਹੀਂ, ਪਹਿਲੇ ਸੀ ਐਵੇਂ ਛੋਟੇ ਛੋਟੇ ਰਿਗਰੈਟ ਹੁੰਦੇ ਸੀ, ਹੁਣ ਨਹੀਂ ਕੋਈ ਰਿਗਰੈਟ। ਕੋਈ ਅੱਲਾ ਮਾਫ਼ ਕਰੇ, ਅੱਲਾ ਨੇ ਜ਼ਿੰਦਗੀ ਬੜੀ ਅੱਛੀ ਗੁਜ਼ਾਰੀ ਹੈ, ਕੋਈ ਐਡੀ ਜ਼ਿੰਦਗੀ ਖਰਾਬ ਨਹੀਂ ਹੋਈ, ਅੱਲਾ ਨੇ ਸੁੱਖ ਹੀ ਦਿੱਤਾ, ਸਿਹਤ ਦਿੱਤੀ, ਬੜੇ ਅੱਛੇ ਦੋਸਤ ਦਿੱਤੇ ਔਰ ਦੋਸਤਾਂ ਨੇ ਜ਼ਿੰਦਗੀ 'ਚ ਬਹੁਤ ਕੁਛ ਦਿੱਤਾ, ਬਿਲਕੁਲ ਰੱਬ ਦੇ ਰੂਪ ਬਣ ਕੇ ਆਏ ਦੋਸਤ ਅਤੇ I mean, I'm a man of responsibility. I do my responsibility in a very sensible way. The khas hai one sawal hai ke as time Bollywood ch aur bhi nove munde bade singer ne young ne te unna ch toda koi apna personal favorite koi singer ke aap munda bahut kamal kar raha hai as time baki sare kar rahe lekin koi ek aisa shakhs jehda toda favorite ho toda favorite hoye main achi tarah thodi typical ਬੰਦਿਆਂ ਨੂੰ ਸੁਣਨ ਵਾਲੇ ਲੋਕ ਹੈਗੇ ਲੇਕਿਨ ਮੈਨੂੰ ਅਰਜੀਤ ਸਿੰਘ ਅੱਛਾ ਗਾ ਰਿਹਾ ਇਸ ਵੇਲੇ ਕਿਉਂਕਿ ਉਹਨੂੰ ਸਾਰੀ ਦੁਨੀਆ ਗਵਾ ਰਹੀ ਹੈ ਔਰ ਉਹ ਹਰ ਕਿਸਮ ਦਾ ਗਾਣਾ ਗਾ ਰਿਹਾ ਹੈ, ਬਹੁਤ ਸਾਦਾ ਔਰ ਬੜਾ ਹੀ ਸ਼ਰੀਫ ਆਦਮੀ ਔਰ ਉਹਦੀ ਪਰਸਨੈਲਿਟੀ ਵੀ ਬੜੀ ਲੋਅ ਪ੍ਰੋਫਾਈਲ ਹੈ, ਇਤਨਾ ਵੱਡਾ ਹੋ ਕੇ ਵੀ ਉਹ ਲੋਅ ਪ੍ਰੋਫਾਈਲ ਹੈ, ਉਹਦੇ ਅੰਦਰ ਬੁਰਾ ਗਰੂਰ ਨਜ਼ਰ ਨਹੀਂ ਆਉਂਦਾ ਉਹਦੇ ਅੰਦਰ ਅਰਜੀਤ ਸਿੰਘ ਅੱਗੇ, ਲੱਗਦਾ ਨਹੀਂ ਕਿ ਉਹ ਕੋਈ ਗਾ ਕੇ ਅਤੇ ਪਤਾ ਨਹੀਂ ਉਹਨੇ ਕੀ ਪਹਾੜ ਢਾਹ ਦਿੱਤਾ ਹੈ ਕਿਸੇ ਵੱਡੀ ਪਹਾੜੀ ਸਿੱਟ ਦਿੱਤੀ ਥੱਲੇ, ਨਹੀਂ ਨਹੀਂ ਹੀ ਇਜ਼ ਵੈਰੀ ਨਾਈਸ ਪਰਸਨ। ਔਰ ਦੂਸਰਾ ਸਾਡੇ ਮੁਲਕ 'ਚ ਵੀ ਬੜੇ ਬੜੇ ਰਾਹਤ ਫਤਿਹ ਅਲੀ ਖਾਨ ਸਾਹਿਬ ਬਹੁਤ ਹੀ ਜ਼ਬਰਦਸਤ ਆਰਟਿਸਟ ਨੇ, ਮੈਂ ਉਹਨਾਂ ਨੂੰ ਜ਼ਾਤੀ ਤੌਰ 'ਤੇ ਪਸੰਦ ਕਰਨਾ, ਉਹਨਾਂ ਦਾ ਉਹ ਬੜੇ ਵੱਡੇ ਬਾਪ ਦੇ ਬੇਟੇ ਔਰ ਬਹੁਤ ਵੱਡੇ ਬਾਪ ਚਾਚਾ ਦੇ ਭਤੀਜੇ ਨੇ ਅਤੇ ਉਹ ਹੀ ਇਜ਼ ਵੈਰੀ ਗੁੱਡ ਮਾਸ਼ਾਅੱਲਾ ਹੀ ਇਜ਼ ਵੈਰੀ। ਅੱਛਾ ਜੀ, ਡੋਲੀ ਜੀ ਨੇ ਕਿਹਾ ਜੀ ਸਾਨੂੰ ਤੁਸੀਂ ਸਾਵਲ ਮੋੜ ਮੁਹਾਰ ਇਹ ਸੁਣਾਓ ਅਤੇ ਬੀਬਾ ਜੀ ਤੁਸੀਂ ਕੀ ਲਿਖ ਰਹੇ ਹੋ, ਸੁਣਾ ਦੀਆ ਕਿਆ ਜੁਨੈਦ ਜੀ ਇਹਨੇ ਅਭੀ ਥੋੜੀ ਦੇਰ ਪਹਿਲੇ ਤੂੰ ਕੁਜਾ ਜਿਹੜਾ ਹੈਗਾ ਉਹ ਸੁਣਾ ਦਿੱਤਾ ਆਲਰੇਡੀ, ਸੋਰੀ ਤੁਹਾਨੂੰ ਵੀਡੀਓ ਦੁਆਰਾ ਦੇਖਣੀ ਪਏਗੀ, ਲੇਕਿਨ ਡੋਲੀ ਜੁਟਲਾ ਜੀ ਨੇ ਕਿਹਾ ਜੀ ਸਾਵਲ ਮੋਰ ਮੁਹਾਰ ਜੇ ਤੁਹਾਡਾ ਦਿਲ ਕਰੇ ਤੇ ਸਾਨੂੰ ਵੀ। ਜੀ 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 ਮੈਂ ਦੋ ਲਾਈਨਾਂ ਵਿੱਚ ਸੁਣਾ ਦਿੰਦਾ, ਬਿਲਕੁਲ ਸੁਣਾ ਦਿੰਦਾ ਮੈਂ, ਲੇਕਿਨ ਸਾਵਲ ਮੋਲ ਮੁਹਾਰ ਦੇ ਮਿਲਦੀ ਜੁਲਦੀ ਚੀਜ਼ ਉਹ ਤੇ ਬਹੁਤ ਸਾਰੀ ਗਾਈ ਜਾਂਦੀ ਹੈ, ਲੇਕਿਨ ਉਹਨਾਂ ਦਾ ਜਿਹੜੀ ਫਰਮਾਇਸ਼ ਹੈ ਮੈਂ ਆਪਣੀ ਭੈਣ ਦੀ ਫਰਮਾਇਸ਼ ਜਾਣ ਨਹੀਂ ਦਵਾਂਗਾ। ਸਿੰਦਰਾ ਸੋਰੀ ਮਾਫ਼ ਕਰਨਾ, ਤੇਰਾ ਇੰਟਰੈਕਟ ਕਰਨਾ ਪੈਂਦਾ ਫੇਰ ਹੀ। ਨੋ ਪ੍ਰੋਬਲਮ ਮਾਫ਼ ਕਰਨਾ ਹੈ। ਹਾਂਜੀ ਕੋਈ ਗੱਲ ਨੀ, ਅਸੀਂ ਲਾਈਵ ਆਏ, ਲਾਈਵ ਦਾ ਹੀ ਮਜ਼ਾ ਹੈ, ਲਾਈਵ ਦਾ ਹੀ ਮਜ਼ਾ ਹੈ। ਦੋ ਸ਼ੇਰ ਮੈਂ ਡੋਲੀ ਜੀ ਦੀ ਨਜ਼ਰ ਕਰਨਾ, ਥੋੜਾ ਵਧਾ ਆਵਾਜ਼, ਠੀਕ ਆ ਰਹੀ ਉਧਰ ਆਵਾਜ਼, ਠੀਕ ਆ ਰਹੀ? ਪਰਫੈਕਟ। ਮਾਰਨਾ ਓ ਬਸਤੀ ਆਬਾਦ ਥੀਵੇ ਜਿੱਥੇ ਯਾਰ ਮੇਰੇ ਦੀ ਜੋਗੇ, ਮੇਰੇ ਚਾਚਾ ਜੀ ਦਾ ਉਸਤਾਦ ਸਲਾਮ ਅਲੀ ਖਾਨ। ਓ ਬਸਤੀ ਆਬਾਦ ਥੀਵੇ ਓ ਜਿੱਥੇ ਯਾਰ ਮੇਰੇ ਦੀ ਜੋਗੇ, ਵੱਲ ਵੰਝਣ ਦੀ ਵਾਰ ਨਾ ਲੱਗਦੀ ਉੱਥੇ ਵੱਸਦੇ ਜ਼ਾਲਿਮ ਲੋਕ। ਵਾਹ ਵਾਹ ਬਹੁਤ ਚੰਗਾ।
ओ बस्ती आबाद थी वे ओथे यार मेरे दी जोगे वल वजन दीवाना लगी ओथे बसदे जालिम लोग नक्शा यार दी बस्ती वाला ओथे कुहाल दिसावा रोके गुलाम फरीदा चल उथे चलिए मते मरिए मुसाफिर हो तू सावला न मार देना तू सांबला नमार नना दे तेरे मुझ नमार नना दे नमार नना दे तीरवे तू सांबला नमार नना दे तेरे तू सावला न मार न दे क्या बात है थैंक यू और लेकिन तनु असि एदा नहीं छड़ांगे असि बहुत जल्द यूएसए दा एक म्यूजिकल टूर अरेंज कर रहे हैं थे बड़े सारे सानू प्रमोटर्स मिले ने इंडियन भी पाकिस्तानी भी जुदा कर दिता है मन एक बंदा कहंदा जी तुसी अमरीका कदों आ रहे हो मैं कहा जी तुसी एक वैक्सीन तैयार कर लो मैं इंशाल्लाह जल्दी आ जाऊं सही गल है नेता ट्रंप ने ब्लीच ही बुला छड़नी है अच्छा हुण जांदे जांदे तुसी साडी ऑडियंस नु कोई मैसेज देना चाहोगे आवाम नु कुछ कहना चाहोगे देखो जी आवाम नु की दसना आवाम नु तो सारियां समझा ने और आवाम जिहड़ी है वह सब कुछ जानती उन्हां नू दसन की की जरूरत होंगी है बाकी यह है कि मेरी दुआ हैगी कि अल्लाह ताला सानू सब तो पहले इस मुसीबत और मुश्किल चो कढ़े और असी इहदे चो निकल आईए और अल्लाह जिन्नियां खुशियां ने दुनिया चो वापस आ जाण इस वक्त एक लफ्ज़ आंदा है इफ वी लिसन टू वॉइस ऑफ आवर कॉन्शियंस वी कैन अंडरस्टैंड वट वी आर एंड वट वी शुड बी वी हैव टू अंडरस्टैंड आवर कॉन्शियंस असी अपने कॉन्शियंस नू समझिए कि असी कित्थे खड़े हैं कित्थे असी गलत हाँ ਕਿੱਥੇ ਅੱਲਾ ਨਾਰਾਜ਼ ਹੈ ਸਾਡੇ ਨਾਲ ਤੇ ਉਹਨੂੰ ਚੰਗਾ ਹੈ ਕਿ ਮਨਾ ਲਈਏ ਔਰ ਉਹ ਮੰਨ ਵੀ ਜਾਏਗਾ ਉਹ ਬੰਦਾ ਥੋੜ੍ਹੀ ਹੈ ਕਿ ਉਹਨੇ ਮੰਨਣਾ ਨਹੀਂ ਉਹਨੇ ਮੰਨ ਵੀ ਜਾਣਾ ਹੈ ਇਨਸ਼ਾ ਅੱਲਾ ਤਾਲਾ ਜ਼ਰੂਰ ਮੰਨੇਗਾ ਤੇ ਤੁਹਾਨੂੰ ਸਾਰਿਆਂ ਨੂੰ ਅੱਲਾ ਸਲਾਮਤ ਰੱਖੇ ਜੀ ਲੇਕਿਨ ਮੈਂ ਜਾਂਦੇ ਜਾਂਦੇ ਇੱਕ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਤੁਹਾਡੇ ਤੋਂ ਕਵਾਲੀ ਜ਼ਰੂਰ ਸੁਣਨਾ ਚਾਹਾਂਗੀ ਜਾਂ ਕੁਛ ਵੀ ਜੋ ਤੁਹਾਡਾ ਰੂਹ ਕਰੇ ਇਸ ਵਕਤ ਮੈਂ ਖਾਨ ਸਾਹਿਬ ਨੁਸਰਤ ਅਲੀ ਖਾਨ ਦੀ ਬੜੀ ਅੱਛੀ ਕਵਾਲੀ ਮੈਂ ਜਨਾਬ ਨੂੰ ਪੇਸ਼ ਕਰਨਾ ਤੇ ਮੈਨੂੰ ਬੜੀ ਪਸੰਦ ਹੈ ਇਹ ਜੋ ਹਲਕਾ ਹਲਕਾ ਸਰੂਰ ਹੈ ਥੋੜਾ ਜਿਹਾ ਮੈਂ ਤੁਹਾਨੂੰ ਉਹ ਸੁਣਾ ਦਿੰਦਾ ਉਹਦੀਆਂ ਚੰਦ ਪੰਪੀਆਂ ਚੰਦ ਲਾਈਨ ਮੈਂ ਅੱਜ ਕੋਸ਼ਿਸ਼ ਕਰ ਰਿਹਾ ਕਿ ਹਿੰਦੀ ਚ ਵੀ ਬੋਲਾਂ ਮੈਂ ਉਹਦੀ ਚੰਦ ਪੰਪੀਆਂ ਦਾ ਇਰਸ਼ਾਦ ਪਾਸ ਰਹਿਤਾ ਹੈ ਦੂਰ ਰਹਿਤਾ ਹੈ ਕੋਈ ਦਿਲ ਮੇਂ ਜ਼ਰੂਰ ਰਹਿਤਾ जब से देखा उनकी आंखों को हल्का हल्का सरूर रहता है
ये जो हल्का हल्का जरूर है ये तेरी नजर का कसूर है के शराब पीना सिखा दिया के शराब पीना सिखा दिया ये जो हल्का हल्का जरूर है ये तेरी नजर का कसूर है के शराब पीना सिखा दिया प्यार ने तेरे जान ने तेरे हक की निगाह ने मुझे एक शराबी बना दिया मुझे एक शराबी बना दिया ओ मेरे गोशिले दीवाना बना दो मेरे होश ले लो दीवाना बना दो कोई बात छेड़ो फसाना बना दो मेरे होश ले लो दीवाना बना दो कोई साथ छेड़ो बसाना बना दो निगाहों से तुम भी कहानी सुना करे बहारों का दीवाना बना दो मेरे होश ले लो दीवाना बना दो बसाना बना दो ना यूं शर्म से तुम निगाहें झुका दो मुझे जिंदगी दो मुझे मार डालो ना यूं शर्म से तुम निगाहें झुका दो मुझे जिंदगी दो मुझे मार डालो मुझे जिंदगी दो मुझे मार डालो बहानों का छोड़ो बहाना बना दो कोई बात छेड़ो फसाना बना दो सारा जहान मस्त जहां गाने नाम मस्त सारा जहान मस्ते जहां का निजाम जो तो साकी हर तरह की दिल बहकाने में है वो यू तो साकी हर तरह की दिल बहकाने में है वो भी थोड़ी सी जो इन आंखों के पैमाने में है वो भी थोड़ी पहुंचे तेरा प्यार है मेरी जिंदगी तेरा प्यार है मेरी जिंदगी हो बस मेरी जिंदगी तेरा प्यार 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 है मेरे जनू का है मौजज़ा फिल्म बना ये मेरे जनू का है मौजज़ा जहाँ अपने सर को झुका दिया वहाँ मैंने काबा बना दिया वहाँ मैंने काबा बना दिया पहुँचे लग जा गले के फिर ये हसी रात हो न हो शायद फिर से जन्म मुलाकात हो न हो लग जा गले के फिर ये हसी रात हो न हो शायद फिर से जन्म
ਮੁਲਾਕਾਤ ਹੋ ਨਾ ਹੋ ਨਜ਼ਰ ਤੁਹਾਡੀ ਦੋਨਾਂ ਦੀ ਬਸ ਆਈਏ ਗਮ ਨਹੀਂ ਆਏਗੇ ਬਾਰ ਬਾਰ ਬਾਹੇ ਗਲੇ ਮੇ ਤਾਲ ਹਮ ਰੋਏ ਦਾਰ ਆਖੋ ਸੇ ਫਿਰ ਯੇ ਪਿਆਰ ਕੀ ਬਾਤ ਹੈ ਬਰਸਾਤ ਹੋ ਨਾ ਹੋ ਸ਼ਾਇਦ ਫਿਰ ਸੇ ਜਨਮ ਮੁਲਾਕਾਤ ਹੋ ਨਾ ਆਣੀਆਂ ਜਾਨੀਆਂ ਤੂੰ ਵੀ ਸਿੱਖ ਕਦੀ ਦੁੱਖ ਸੁੱਖ ਬੋਲਣਾ ਤੇਰੇ ਬਿਨ ਨਹੀਂ ਲੱਗਣਾ ਦਿਲ ਮੇਰਾ ਡੋਲਣਾ ਕੁਛ ਕਾਲੇ ਬਦਲਾ ਤੋਂ ਸੀਨੇ ਵਿੱਚ ਅਗਨਾ ਕੇ ਕਈ ਬਰਸਾਤਾਂ ਲਕਸ਼ਮੀਕਾਂਤ ਪਿਆਰੇ ਨਾਲ ਯਾਦ ਆ ਰਹੇ ਨੇ ਜਾਨੇ ਚਮਨ ਜਾਨੇ ਬਹਾਰ ਜਾਨੇ ਚਮਨ ਜਾਨੇ ਬਹਾਰ ਤੂੰ ਏਕ ਹੈ ਤੇਰੇ ਨਾਮ ਹਜ਼ਾਰ ਦੁਬਾਰਾ ਇਹ ਤੁਹਾਡੀ ਨਜ਼ਰ ਹੈ ਦੋਨਾਂ ਦੀ ਇਹ ਨੋਟ ਜੀ ਤੂੰ ਏਕ ਹੈ ਤੇਰੇ ਨਾਮ ਹਜ਼ਾਰ ਕਭੀ ਹੋਂਟੋਂ ਪੇ ਹਯਾ ਛਾ ਜਾਏ ਕਭੀ ਹੋਂਟੋਂ ਪੇ ਹਯਾ ਛਾ ਜਾਏ ਕਭੀ ਜ਼ੁਲਫ ਤੇਰੀ ਲਹਿਰਾਏ ਕਭੀ ਆਖੋਂ ਮੇ ਹਯਾ ਛਾ ਜਾਏ ਕੈਸੇ ਕਰੂੰਗਾ ਅਬ ਇੰਤਜ਼ਾਰ ਜਾਨੇ ਚਮਨ ਜਾਨੇ ਬਹਾਰ ਤੂੰ ਏਕ ਹੈ ਤੇਰੇ ਨਾਮ ਹਜ਼ਾਰ ਕਿਆ ਬਾਤ ਬੋਝੇ ਆਣਿਆ ਜਾਨੀਆ ਤੂੰ ਵੀ ਸਿੱਖ ਕਦੀ ਤੁਕ ਤੁਕ ਬੋਲਣਾ ਤੇਰੇ ਬਿਨ ਨਹੀਂ ਲੱਗਣਾ ਦਿਲ ਮੇਰਾ ਡੋਲਣਾ ਤੁਹਾਡੀ ਨਜ਼ਰ ਵਾਰ ਵਾਰ ਦੇਖੋ ਹਜ਼ਾਰ ਵਾਰ ਦੇਖੋ ਵਾਰ ਵਾਰ ਦੇਖੋ ਹਜ਼ਾਰ ਵਾਰ ਦੇਖੋ ਯੇ ਦੇਖਨੇ ਕੀ ਚੀਜ਼ ਹੈ ਹਮਾਰਾ ਦਿਲ ਰੁਬਾ ਦਾਲੇ ਹੋ ਤਾਰਮ ਦਾਲੇ ਹੋ ਜ਼ਰੂਰ ਹੈ ਨਜ਼ਰ ਕਾ ਕਸੂਰ ਹੈ ਤੁਹਾਡੀ ਨਜ਼ਰ ਹੈ ਮੇਰੇ ਬਾਦ ਕਿਸ ਕੋ ਸਤਾਵੋਗੇ ਮੁਝੇ ਕਿਸ ਤਰ੍ਹਾਂ ਸੇ ਮਿਟਾਵੋਗੇ ਕਹਾਂ ਜਾ ਕੇ ਤੀਰ ਚਲਾਵੋਗੇ ਚੱਲਣ ਨਾ ਜਾਗੇ ਆਖਰੀ ਲਾਈਨ
आजा रे मैं तो कब से खड़ी इस बार के अखियां सलामत अली खान बड़ी पसंद सी थक गई तुम से निगाह आजा रे परदेसी शेर है तुम संग जन्म जन्म के फेरे भूल गए क्यों साजन मेरे पहुंचे भूल गए क्यों साजन मेरे तड़पत हूँ मैं साज सवेरे अजरे तब से करी इस बार ये किया तक गई तुमसे अजरे बड़े बसे मैया बिना घर सोना जब से पल में सितारे जब से पल में परदेसी सितारे चैन दिया नहीं पाए ये चैन दिया नहीं पाए सैया बिना घर दू सैया बिना सैया बिना सैया बिना सैया बिना क्या बात है वाह जी वाह लो जी थैंक यू इनू कहिदा है कलाकारी वाह जी वाह वाकई कलाकारी की एक कोई रिदम दे विच सारा कुछ गा जाना ओनू टेंपो यू नो टेंपो दे विच सब कुछ कर जाना क्या बात है एक आर्टिस्ट बड़ी बहुत शुक्रिया मैं क्या मैं बड़े दिल दे नाल अपनी बहन वास्ते और भरा वास्ते गाया कोशिश की थी मैं क्योंकि साढ़े को समान भी ऐसा नहीं पिया कि असि ये बहुत ईको पा के गाने लग पे असं बस शुरू ही हो गए जी बिल्कुल कोई नहीं सानू पता है कि कोविड करके कोरोना करके यू नो ज्यादा ज्यादा लोग नहीं है ज्यादा समान नहीं है लेकिन बहुत बहुत मजा आया और विभा जी आप बार बार लिख रही है गुलाम अली खान साहब की कोई गजल हो जाए पर उन्होंने कहा था कि तबला नहीं है इस वजह से गजल नहीं किया कर रहा हूँ कौन सी गजल थी बताएं आप कौन सी गजल सुनना चाहेंगी विभा जी कौन सी गजल थी गुलाम अली साहब की लेट्स सी मैं वापस मैसेज देख रही हूँ ना मेन टाइम विभा जी अगर आप जुड़ी हुई है तो बताए चलो नेक्स्ट टाइम सुना देंगे कोई नहीं हाँ नहीं तो अब तो खान साहब का ही अपना ही घर है और अपना ही टीवी है जी खान साहब जी जी माई टीवी माई टीवी जी माई का मतलब मेरा मेरा जी, 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 ओदा ही टीवी बस दुआ करांगे कि बहुत जल्दी असी सारे मिल सकिए बहुत शुक्रिया तुसी बड़ा टाइम दिता मन बहुत शुक्रिया मैं सुनया जो भी मैं गाया मैं एंटरटेन कीता तुहानू सारेयां नू ज्यादा मैं स्केल नहीं कीता कोशिश कीती एंटरटेन करन दी तुहानू
ਤੁਸੀਂ ਪਤਾ ਕੀ ਕੀਤਾ ਕੋਵਿਡ ਦੇ ਟਾਈਮ ਚ ਵੀ ਲੋਕਾਂ ਨੂੰ ਘਰੇ ਬੈਠੇ ਨੂੰ ਐਂਟਰਟੇਨ ਇੱਕ ਅੱਛਾ ਸੱਚਾ ਆਰਟਿਸਟ ਹੋਈ ਹੈ ਜਿਹੜਾ ਖੁਸ਼ੀ ਦੂਰ ਦੂਰ ਤੱਕ ਪਹੁੰਚਾ ਦਵੇ ਬੜੀ ਮਿਹਰਬਾਨੀ ਤੁਹਾਡਾ ਪਿਆਰ ਹੈ ਤੁਸੀਂ ਬਹੁਤ ਹੀ ਪਿਆਰੇ ਲੋਕ ਹੋ ਦੋਨੋਂ ਮੈਨੂੰ ਤੁਸੀਂ ਪਹਿਲੇ ਤੋਂ ਬੜੇ ਪਸੰਦ ਹੋ ਔਰ ਇਹ ਮੇਰੀ ਛੋਟੀ ਭੈਣ ਹੈ ਤੁਸੀਂ ਮੇਰੇ ਭਾਈ ਹੋ ਔਰ ਅੱਲਾ ਤੁਹਾਡੀ ਕਾਰ ਨੂੰ ਆਬਾਦ ਔਰ ਬਸਤਾ ਰੱਖੇ ਅਮਰੀਕਾ ਨੂੰ ਵੀ ਅੱਲਾ ਸਲਾਮਤ ਰੱਖੇ ਅੱਲਾ ਇੱਥੇ ਵੀ ਜਿਹੜੀ ਮੁਸੀਬਤ ਹੈ ਅੱਲਾ ਖਤਮ ਕਰੇ ਪੂਰੀ ਦੁਨੀਆ 'ਚ ਖਤਮ ਕਰੇ ਔਰ ਅੱਲਾ ਸਾਨੂੰ ਤੌਫੀਕ ਦੇਵੇ ਕਿ ਅਸੀਂ ਜੁੜੇ ਰਹੀਏ ਔਰ ਇੱਕ ਦੂਸਰੇ ਨੂੰ ਪਿਆਰ ਦੇਈਏ ਜੀ ਉਹਨਾਂ ਨੇ ਲਿਖਿਆ ਜੀ ਚੁਪਕੇ ਚੁਪਕੇ ਕੋਡ ਕੋਡ ਰੱਖ ਲਓ ਮੈਂ ਤੁਹਾਨੂੰ ਦੋ ਲਾਈਨਾਂ ਸੁਣਾ ਦਿੰਦਾ ਵਿਭਾ ਚੁਪਕੇ ਚੁਪਕੇ ਰਾਜ ਜੀ ਦਾ ਵਿਭਾ ਜੀ ਤੁਹਾਡੇ ਲਈ ਖਾਸ ਗਾਇਆ ਹਾਂ ਮੈਂ ਦੋ ਲਾਈਨਾਂ ਕਹਿ ਦਿੰਦਾ ਮੈਂ ਇਨਕਾਰ ਨਹੀਂ ਕਰਦਾ ਠੀਕ ਹੈ ਆਖੇ ਚ ਲੈਣਾ ਬੋ ਮੇਰਾ ਪਰਦੇ ਕਾ ਕੋਨਾ ਗੁਲਾਮਰੀ ਸਾਹਿਬ ਦੀ ਰੂਹਾਨੀ ਇਜਾਜ਼ਤ ਨਾ ਉਹ ਵੱਡੀ ਦੁਨੀਆ ਹੈ ਖੇਚ ਲੈਣਾ ਮੇਰਾ ਪਰਦੇ ਕਾ ਕੋਨਾ ਦਫ਼ਤ ਔਰ ਤੇਰਾ ਨੰਗੇ ਪਾਉਗਾ हमको अब तक आज की का वो ज़बानाया है चुप के चुप के रात दिन आंसू बहानाया एक शेर और कमा कर जी ਦੁਪਹਿਰ ਕੀ ਧੂਪ ਮੇ ਮੇਰੇ ਬੁਲਾਨੇ ਕੇ ਲੀਏ ਦੋ ਐਦਰਾ ਨਜ਼ਰੇ ਤੁਹਾਡੀ ਥੋੜਾ ਜਿਹਾ ਸ਼ਾਮ ਚੁਰਾਸੀ ਵੀ ਪਾ ਰਹੇ ਵਿੱਚ ਦੋ ਬਗੈਰੀ ਕੀ ਧੁੱਪ ਮੇ ਮੇਰੇ ਬੁਲਾਨੇ ਕੇ ਲੀਏ ਦੋ ਬਗੈਰੀ ਕੀ ਧੁੱਪ ਮੇ ਮੇਰੇ ਬੁਲਾਨੇ ਕੇ ਲੀਏ ਵੋ ਤੇਰਾ ਓਠੇ ਤੇ ਨੰਗੇ ਪਾਉਣਾ ਯਾਦ ਹਮਕੋ ਅਬ ਤੱਕ ਰਾਸ਼ ਕੀ ਕਾਬੂ ਜ਼ਬਾਨਾ ਯਾਦ ਚੁਪਕੇ ਚੁਪਕੇ ਖਤਰਨਾਕ ਫਰਮਾਇਸ਼ ਹੈ ਖਤਰਨਾਕ ਫਰਮਾਇਸ਼ ਨਸਾਉਣਾ ਹੋਵੇ ਨਾ ਮਹਿਫਲ ਚ ਉਹਨੂੰ ਐਮ ਫਰਮਾਇਸ਼ ਕਰ ਦੇ ਉਹ ਦੌੜ ਜਾਏਗਾ ਕਿਆ ਬਾਤ ਹੈ ਨੀ ਅਸੀਂ ਹੁਣ ਬਹੁਤ ਜਲਦ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਅਸੀਂ ਆਪਣੇ ਨਾਲ USA ਲੈ ਕੇ ਆਈਏ ਟੂਰ 'ਚ ਜਿੱਦਾਂ ਮੈਂ ਦੱਸਿਆ ਕਿ ਪੂਰੇ USA ਦਾ ਤਾਂ ਨਹੀਂ ਪਤਾ ਪਰ ਵਾਸ਼ਿੰਗਟਨ 'ਚ DC 'ਚ ਡੈਫੀਨੇਟਲੀ ਤੁਹਾਨੂੰ ਮੈਂ ਲੈ ਕੇ ਆਉਣ ਵਾਲੀ ਹਾਂ ਬਹੁਤ ਜਲਦ ਬਸ ਦੁਆ ਕਰੋ ਅਰਦਾਸ ਕਰੋ ਕਿ ਕਰੋਨਾ ਭੱਜ ਜਾਏ ਨੱਠ ਜਾਵੇ ਇਹ ਚਲਾ ਜਾਏਗਾ ਇਨਸ਼ਾਅੱਲਾ ਤਾਲਾ ਚੰਗੀ ਸੋਚ ਰੱਖੋ ਬਸ ਮੇਰੀ ਮੇਰੀ ਤੁਹਾਡੇ ਅੱਗੇ ਦਰਖਾਸਤ ਹੈ ਅਰਦਾਸ ਹੈ ਕਿ ਬਸ ਇਨਸ਼ਾਅੱਲਾ ਅੱਲਾ ਸਾਡੀ ਮਦਦ ਕਰੇਗਾ ਬਿਲਕੁਲ ਔਰ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਬੇਟੇ ਦੇ ਨਾਲ ਤੁਸੀਂ ਆਓ ਤਾਂ ਕਿ ਉਹਨੂੰ ਇੰਟਰੋਡਿਊਸ ਕਰ ਸਕੋ ਅਮਰੀਕਨ ਹਾਂਜੀ ਇਨਸ਼ਾਅੱਲਾ ਮੇਰੀ ਪੂਰੀ ਕੋਸ਼ਿਸ਼ ਹੈ ਕਿ ਮੇਰਾ ਬੇਟਾ ਆਵੇ ਔਰ ਉਹ ਪਰਫਾਰਮ ਕਰੇ ਆ ਬਿਲਕੁਲ ਹਸਨ ਜੀ ਦਾ ਵੀ ਸ਼ੁਕਰੀਆ ਅਦਾ ਕਰਦੇ ਹੋ ਤੁਸੀਂ ਵੀ ਬਹੁਤ ਬਹੁਤ ਜੀ ਹਸਨ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਾਡਾ ਜਵਾਬ ਦੇ ਦਿਓ ਉਹਨਾਂ ਨੂੰ ਹਾਂ ਅਸਲਾਮ ਅਲੈਕੁਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਲਾਹ ਪਾਕ ਆਪਣੇ ਸਮਾਨ ਚ ਰੱਖੇ ਸ਼ੁਕਰੀਆ ਜੀ ਥੈਂਕ ਯੂ ਜੀ ਥੈਂਕ ਯੂ ਬਹੁਤ ਅੱਛਾ ਵਜਾਇਆ ਉਹਨੇ ਰੌਣਕ ਲਾ ਬਹੁਤ ਅੱਛਾ ਵਜਾਇਆ ਜੀ ਬਿਲਕੁਲ ਔਰ ਤੁਹਾਡੇ ਕੈਮਰਾਮੈਨ ਨੂੰ ਵੀ ਬੜੀ ਬੜੀ ਮਿਹਰਬਾਨੀ ਜਿਹੜਾ ਵੀਡੀਓ ਖਿੱਚ ਰਿਹਾ ਹੈ ਮੈਂ ਦਾਦ ਜੀ ਆਪ ਆ ਗਿਆ ਸੇ ਥੈਂਕ ਯੂ ਟੂ ਇਹ ਮੇਰਾ
ਮੇਰੀ ਸਿਸਟਰ ਦਾ ਬੇਟਾ ਸਕਾ ਪਣ ਜਾ ਹੋਰ ਹੋਰ ਥੱਲੇ ਹੋ ਜ਼ੁਲਫਾ ਦਿਖਾ ਆ ਹੋਰ ਥੱਲੇ ਜ਼ੁਲਫਾ ਆਇਆ ਹੈ ਮੈਂ ਕਿ ਜ਼ੋਰ ਨਾ ਜ਼ੋਰ ਕਿਆ ਦੇ ਥੈਂਕ ਯੂ ਵੈਰੀ ਮਚ ਥੈਂਕ ਯੂ ਸੋ ਮਚ ਫॉर ਹੋਸਟਿੰਗ ਅਸ ਟੁਨਾਈਟ ਇਟਸ ਬੀਨ ਐਨ ਆਨਰ ਇਟਸ ਬੀਨ ਐਨ ਆਨਰ ਅਦਰ ਸ਼ਰਮੀਲਾ ਪੁੰਨ ਮਿਲ ਜਾਵੇ ਨਜ਼ਾਕਤ ਅਲੀ ਸਲਾਮਤ ਅਲੀ ਔਰ ਉਹਨਾਂ ਦੇ ਬਾਅਦ ਤੁਸੀਂ ਚਮਕਾ ਰਹੇ ਉਹਨਾਂ ਦਾ ਨਾਮ ਸਾਨੂੰ ਬੜੀ ਖੁਸ਼ੀ ਹੈ ਕਿਉਂਕਿ ਮੇਰੇ ਦਿਲ ਚ ਖਵਾਇਸ਼ ਸੀਗੀ ਕਿ ਮੈਂ ਤੁਹਾਡੇ ਨਾਲ ਇੱਕ ਵਾਰੀ ਮੈਂ ਰੂਬਰੂ ਹੋਣਾ ਤੁਹਾਡੇ ਨਾਲ ਇੱਕ ਵਾਰੀ ਮੈਂ ਇੰਟਰਵਿਊ ਲੈ ਮੇਰਾ ਮੇਰਾ ਆਪਣਾ ਬੜਾ ਦਿਲ ਸੀ ਲੇਕਿਨ ਉਹ ਫਿਰ ਅੱਲਾ ਨੂੰ ਇਸਰੇ ਮਨਜ਼ੂਰ ਸੀ ਠੀਕ ਹੈ ਜੀ ਕੋਈ ਨਹੀਂ ਇਸ ਵਾਰੀ ਅਸੀਂ ਕੈਮਰੇ ਦੇ ਵਿੱਚ ਮਿਲੇ ਆ ਲੇਕਿਨ ਬਹੁਤ ਜਲਦ ਅਮਰੀਕਾ ਚ ਮੁਲਾਕਾਤ ਬਹੁਤ ਜਲਦੀ ਇਨਸ਼ਾਅੱਲਾ ਅਮਰੀਕਾ ਮਿਲਾਂਗੇ ਬਹੁਤ ਜਲਦੀ ਜੀ ਸੁਣੋ ਜੀ ਮੋਨੀ ਗਿੱਲ ਵੱਲੋਂ ਅਤੇ ਕੁਲਦੀਪ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰੱਬ ਰੱਖਾ ਔਰ ਦੁਆਵਾਂ ਚ ਔਰ ਆਪਣੇ ਪਿਆਰ ਚ ਸਾਨੂੰ ਹਮੇਸ਼ਾ ਯਾਦ ਰੱਖਣਾ ਥੈਂਕ ਯੂ ਸੋ ਮਚ ਥੈਂਕ ਯੂ ਜੀ ਚਲੋ ਜੀ ਇਹ ਸੀਗੇ ਜੀ ਰਫਾਕਤ ਅਲੀ ਜੀ ਔਰ ਇਹ ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਖਾਨਦਾਨੀ ਸਿੰਗਰ ਖਾਨਦਾਨੀ ਜਿਨ੍ਹਾਂ ਨੇ ਸੰਗੀਤ ਨੂੰ ਸਾਂਭ ਕੇ ਰੱਖਿਆ ਜਿਹੜੀ ਸੰਗੀਤ ਦੀ ਧਰੋਵਰ ਨੇ ਰਫਾਕਤ ਅਲੀ ਜੀ ਉਸਤਾਦ ਇਹੋ ਜਿਹੇ ਲੋਕ ਸੰਗੀਤ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਣਗੇ ਇਹਨਾਂ ਦੇ ਬੱਚੇ ਵੀ ਆ ਰਹੇ ਨੇ ਪੀੜ੍ਹੀ ਵੀ ਸੁਰੀਲੀ ਹੈ ਜ਼ਰੂਰ ਸੁਣਾਂਗੇ ਨਵੇਂ ਆਰਟਿਸਟ ਲੈ ਕੇ ਆਵਾਂਗੇ ਬਹੁਤ ਜਲਦੀ ਅਸੀਂ ਸੈਗਮੈਂਟ ਸ਼ੁਰੂ ਕਰ ਰਹੇ ਹਾਂ ਜਿਹ 'ਚ ਬੱਚੇ ਆਪਣੇ ਬਜ਼ੁਰਗਾਂ ਨਾਲ ਜਾਂ ਆਪਣੇ ਜ਼ਰੂਰ ਚਾਹਵਾਂਗੇ ਕਿ ਜਿਹੜੇ ਸਾਨੂੰ ਸੁਣਦੇ ਨੇ ਜਿਹੜੇ ਚਾਹੁੰਦੇ ਨੇ ਕਿ ਇਸ ਚੈਨਲ ਤੇ ਤੁਸੀਂ ਆਓ ਤੇ ਤੁਸੀਂ ਕਮੈਂਟਸ ਲਾਈਕ ਔਰ ਸ਼ੇਅਰ ਜ਼ਰੂਰ ਕਰੋ ਪਲੀਜ਼ ਫੀਡਬੈਕ ਦਿਓ ਔਰ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ ਪਲੀਜ਼ ਕਿਉਂਕਿ ਤੁਸੀਂ ਆਉਂਦੇ ਹੋ ਔਰ ਆ ਕੇ ਦੇਖ ਕੇ ਚਲੇ ਜਾਂਦੇ ਹੋ ਮੇਕ ਸ਼ੋਰ ਟੂ ਲਾਈਕ ਦਾ ਪੇਜ ਕਿਉਂਕਿ ਅਸੀਂ ਅੱਛੇ ਆਰਟਿਸਟ ਲੈ ਕੇ ਆਉਂਦੇ ਹਾਂ ਔਰ ਜਦੋਂ ਕੋਈ ਨਵੀਂ ਵੀਡੀਓ ਆਉਂਦੀ ਹੈ ਤਾਂ ਫਿਰ ਤੁਹਾਨੂੰ ਨੋਟੀਫਿਕੇਸ਼ਨ ਆ ਜਾਏਗੀ ਪਲੀਜ਼ ਕਮੈਂਟ ਦਿਓ ਕਿਉਂਕਿ ਐਡਾ ਵੱਡਾ ਆਰਟਿਸਟ ਜਦੋਂ ਆਪਣੀ ਵੀਡੀਓ ਦੇਖਦਾ ਹੈ ਤਾਂ ਲੋਕਾਂ ਨੇ ਥੱਲੇ ਸਤਿ ਸ਼੍ਰੀ ਅਕਾਲ ਜਾਂ ਹੱਥ ਉਹ ਨਾ ਉਹ ਬੜਾ ਐਪਰੀਸ਼ੀਏਟ ਕਰਦਾ ਬਿਲਕੁਲ ਅੱਜ ਆਪਾਂ ਹੋਰ ਕੁਝ ਨਹੀਂ ਕਰ ਸਕਦੇ ਐਟਲੀਸਟ ਐਪਰੀਸ਼ੀਏਸ਼ਨ ਤੇ ਕਰ ਸਕਦੇ ਤੇ ਜ਼ਰੂਰ ਕਮੈਂਟਸ ਦਿਓ ਸ਼ੇਅਰ ਕਰੋ ਲਾਈਕ ਕਰੋ ਔਰ ਮੇਕ ਸ਼ੋਰ ਟੂ ਸਬਸਕ੍ਰਾਈਬ ਲਾਈਕ ਕਰੋ ਸਾਡੇ ਪੇਜ ਨੂੰ ਮਾਈ ਟੀਵੀ ਦੇ ਪੇਜ ਨੂੰ ਔਰ ਅਗਰ ਤੁਸੀਂ ਸਿੰਗਰ ਹੋ ਤੇ ਡੈਫੀਨੇਟਲੀ ਨੰਬਰ ਤੁਹਾਡੇ ਅੱਗੇ ਲਿਖਿਆ ਹੋਇਆ ਸਕਰੀਨ ਤੇ ਨਜ਼ਰ ਆ ਰਿਹਾ ਨੰਬਰ ਤੁਸੀਂ ਕਾਲ ਕਰ ਸਕਦੇ ਹੋ ਲੇਕਿਨ ਹੁਣ ਜਾਣ ਲੱਗੇ ਜਾਂਦੇ ਜਾਂਦੇ ਅਬ ਥੋੜਾ ਸਾ ਪੈਸਾ ਵੀ ਕਮਾਣਾ ਹੈ ਭਾਈ ਪੈਸਾ ਪੈਸਾ ਤਾਂ ਪੈਸਾ ਕਿਵੇਂ ਕਮਾਏਂਗੇ ਐਡਵਰਟਾਈਜ਼ ਕੇ ਜ਼ਰੀਏ ਜੇ ਤੁਹਾਡਾ ਕੋਈ ਬਿਜ਼ਨਸ ਹੈ ਤੁਸੀਂ ਐਡਵਰਟਾਈਜ਼ ਕਰਨਾ ਚਾਹੁੰਦੇ ਆਪਣਾ ਬਿਜ਼ਨਸ ਡੂ ਦੈਟ ਸਰ ਮਾਈ ਟੀਵੀ ਵਾਸਤੇ ਜੇ ਆਪਣਾ ਬਿਜ਼ਨਸ ਵਧਾਉਣਾ ਚਾਹੁੰਦੇ ਤਾਂ ਰਾਮ ਜੀ ਨੂੰ ਕਾਲ ਕਰ ਸਕਦੇ ਹੋ ਤੇ ਲੋ ਜੀ ਅਗਰ ਜੀਵਨ ਦੇ ਕੁਝ ਕਸ਼ਟ ਨੇ ਤੇ ਰਾਮ ਜੀ ਨੂੰ ਕਾਲ ਕਰੋ ਅਮਰੀਕਾ ਦੇ ਵਿੱਚ ਨੇ USA ਦੇ ਵਿੱਚ ਨੇ ਔਰ ਸਕਾਈਪ ਦੇ ਜ਼ਰੀਏ ਜਾਂ ਫੋਨ ਦੇ ਜ਼ਰੀਏ ਤੁਸੀਂ ਦੁਨੀਆ 'ਚ ਕਿਤੇ ਵੀ ਆਪਣੀ ਪ੍ਰੋਬਲਮ ਸੋਲਵ ਕਰ ਸਕਦੇ ਹੋ ਲੋ ਜੀ ਮੋਨੀ ਗਿੱਲ ਵੱਲੋਂ ਸਤਿ ਸ਼੍ਰੀ ਅਕਾਲ ਰੱਬ ਰਾਖਾ ਐਡਵਰਟਾਈਜ਼ ਦੇਖਦੇ ਹਾਂ ਸਤਿ ਸ਼੍ਰੀ ਅਕਾਲ Ram Ji Astrologer, everything begins with faith. We walk by faith, not by sight. Ram Ji is in the USA. Virginia offers reliable and practical astrology solutions to all of life's problems. Confidentiality promise. Phone number is 571-551-8- Hi, my name is Kuldeep Gill. I'm broker of Sky Realty. The reason we are so successful because client trust us. I've been doing this my whole life. My team is my wife, my office manager, and my agents. We look forward to earn your business and we do speak your language. Thank you.